पहलवान दी जवान तो असीं सुणदे आ वी किहड़ियां किहड़ियां इह फोटो कदों इह सीगियां कदों नहीं इहनां दीआं यादां ताज़ियां कराउण लगे आ। पहलवान जी इह जिहड़ी फोटो आ तुहाडी इह कदों? इह पहलवान जी जदों मैं हिंद केसरी जित्तिया उस वेले दी आ। यूपी दे चीफ मिनिस्टर मैनूं गुरज दे रहे ने, इह सैकटरी साहब ने, सारे ऑर्गेनाइजर ने, ते उस वेले फाइनल कुश्ती जित गए हिंद केसरी दी। तो उस वेले मैं हाले खड़े ते बैठा खड़ा आ, उस वेले हार हूर पाए आ, ते उस वेले मैनूं गुरज दित्ती जा रही। इत्थे हैगी गुट्टी तुहाडे? हाँ, इत्थे मैं सरदार सिंह मेरे सिर ते जुड़िया आया। हाँ जी, बाकी सारे पहलवान बैठे थले सारे जिन्ने भी है जो रुस्तमें उस वेले की आ गुरज मैं दे रहे हैं। मैं हाले खाड़े तो उतरे हाले उत्तर इधर जी फोटो है। हाँ जी पहलवान जी, आ मेरा बेटा आ संजीवन सिद्धू, इतने आर सी पी दे विच पुलिस अफसर आ। ये मेरी डॉटर इन लॉ आ जगनदीप सिद्धू, ये भी इतने सरी दे विच पुलिस अफसर आ। उस्ताद अमीर हमीदी खड़े ने पटियाले, चीफ कोच होंगे ईरान दे ने, उस वेले ਸਾਰਿਆਂ ਨੂੰ ਸਾਨੂੰ ਟ੍ਰੇਨਿੰਗ ਦੇਣ ਵਾਲੇ ਸਾਡੇ ਕੈਂਪ ਲਾਉਣ ਵਾਲੇ ਹੀ ਹੁੰਦੇ ਸੀਗੇ ਅਮੀਰ ਅਮੀਰ ਜੀ। ਠੀਕ ਹੈ। ਹਾਂ ਬੇਟਾ, ਮੇਰੀ ਰਿਟਾਇਰਮੈਂਟ ਜਦੋਂ ਮੈਂ ਜੰਮੂ ਤੋਂ ਰਿਟਾਇਰ ਹੋ ਕੇ ਆਇਆ 2002 ਦੇ ਵਿੱਚ, ਉਸ ਵੇਲੇ ਦੀ ਆ ਜਦੋਂ ਮੈਂ ਆਪਣੇ ਹੈੱਡਕੁਆਰਟਰ ਛੱਡ ਕੇ ਆਪਣੇ ਘਰ ਨੂੰ ਆਉਣਾ ਸੀਗਾ, ਇਹ ਉਸ ਵੇਲੇ ਦੀ ਮੇਰੀ ਫੋਟੋ ਆ। ਠੀਕ ਹੈ। ਆਹ ਮੇਰੇ ਛੋਟਾ ਭਰਾ ਆ ਦਲਵੀਰ ਸਿੰਘ। ਠੀਕ ਹੈ ਜੀ। ਤਾਂ ਪਹਿਲਾ ਜਨਮ ਦਿਨ ਆ ਬੇਟੇ ਦਾ, ਤੇ ਇਹ ਮੇਰੇ ਬੇਟੇ ਦਾ ਜਨਮ ਦਿਨ ਤੇ ਸਾਰੇ ਇਕੱਠੇ ਹੋਏ ਸੀ ਦਿੱਲੀ, ਤੇ ਇਹ ਉਹਦੇ ਮਾਮਿਆਂ ਦੇ ਲੜਕੇ ਸਾਰੇ ਉੱਥੇ ਦੇ ਆ। ਠੀਕ ਹੈ ਜੀ। ਹਾਂਜੀ, ਬਾਕੀ ਆ ਸਾਰੇ ਤੁਹਾਡੇ ਵੱਲੋਂ ਹੋਰ ਸਾਰਿਆਂ ਵੱਲੋਂ ਤੁਹਾਡੇ ਵੱਲੋਂ ਇਨਾਮ ਮਿਲਿਆ ਉਹਨਾਂ ਮੇਰੇ ਰੁਸਤਮ ਪਹਿਲਵਾਨ ਦਾ ਹੀ ਆ, ਉਹ ਦੇਖੋ ਤੁਹਾਡੀ। ਸੋ ਤੁਹਾਡੇ ਹੱਕਦਾਰ ਹੈ ਨੀ, ਮੇਰੇ ਭੈਣਾਂ ਭਰਾਵਾਂ ਨੇ ਮੇਰਾ ਮਾਣ ਸਤਿਕਾਰ ਕੀਤਾ ਆ, ਇਹ ਸਾਰਾ ਉਹਦੀ ਆ ਜ਼ਿੰਦਗੀ ਤੁਸੀਂ ਜਿਹੜੀ ਘਾਲਣਾ ਘਾਲੀ ਹੈ ਤੇ ਸਟਰਗਲ ਕੱਟ ਕੇ ਤੁਸੀਂ ਰੁਸਤਮ ਬਣੇ ਆ। ਬਸ ਗੁਰੂਵਾਰ ਦੀ ਕਿਰਪਾ ਸੀ, ਭਾਵੇਂ ਤੁਹਾਡਾ ਲੋਕਾਂ ਦਾ ਭਰਾਵਾਂ ਦਾ ਬਹੁਤ ਅਸ਼ੀਰਵਾਦ ਪਿਆਰ ਆ ਜਿਹੜਾ ਜਿਹਨਾਂ ਮੇਰਾ ਮਾਣ ਸਤਿਕਾਰ ਨੇ ਕੀਤਾ। ਆਓ ਅੱਜ ਤੁਹਾਨੂੰ ਮਿਲਾਉਂਦੇ ਹਾਂ ਰੋਸਤਮਾਂ ਵਿੱਚੋਂ ਇੱਕ ਨਾਂ, ਰੋਸਤਮ ਪਹਿਲਵਾਨ ਸੁਖਵੰਤ ਸਿੰਘ। ਬਹੁਤ ਔਖੀ ਗੱਲ ਹੁੰਦੀ ਆ ਵੀ ਆਪਣੇ ਨਾਂ ਦੇ ਮਗਰ ਪਿੰਡ ਦਾ ਨਾਂ ਜੋੜਨਾ, ਜਿਹੜੇ ਇਹਨਾਂ ਦੇ ਇਹਨਾਂ ਨੇ ਇੰਨੀ ਮਿਹਨਤ ਲਾ ਕੇ ਇੰਨੀਆਂ ਪ੍ਰਾਪਤੀਆਂ ਕੀਤੀਆਂ, ਇਹਨਾਂ ਦਾ ਸਫ਼ਰ ਅੱਜ ਜਾਣਦੇ ਹਾਂ ਵੀ ਇਹਨਾਂ ਨੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਜਿਹਦਾ ਪਿੰਡ ਪੱਦੀ ਜਗੀਰ ਤੋਂ, ਸੁਖਵੰਤ ਪਹਿਲਵਾਨ ਆ। ਪਹਿਲਵਾਨ ਜੀ, ਤੁਸੀਂ ਆਪਣਾ ਸ਼ੁਰੂਆਤ ਕਦੋਂ ਤੁਹਾਡਾ ਜਨਮ ਹੋਇਆ ਉਹਦੇ ਬਾਰੇ ਦੱਸੋ। ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਰੁਸਤਮ ਦੀ ਆਵਾਜ਼ ਚੈਨਲ ਦੇ ਸਾਰੇ ਪ੍ਰਬੰਧਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ, ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਮੈਨੂੰ ਪਤਾ ਲੱਗਾ ਆ ਤੁਸੀਂ ਹਿੰਦੁਸਤਾਨ ਦੇ ਅਤੇ ਕੈਨੇਡਾ ਦੇ ਵਿੱਚ ਵੱਡੇ ਵੱਡੇ ਰੁਸਤਮਾਂ ਦੀ ਤੁਸੀਂ ਇੰਟਰਵਿਊ ਕੀਤੇ ਆ, ਮੈਂ ਵੀ ਉਹਨਾਂ ਵਿੱਚ ਵੇਖਿਆ, ਸੋ ਇਸ ਕਰਕੇ ਤੁਸੀਂ ਮੇਰੇ ਅੱਜ ਘਰ ਆਏ ਹੋ। ਥੈਂਕ ਬਹੁਤ ਬਹੁਤ ਤੁਹਾਡਾ ਧੰਨਵਾਦ। ਕਿਆ ਬਾਤ ਪਹਿਲਵਾਨ ਜੀ, ਬਹੁਤ ਖੁਸ਼ੀ ਹੋਈ ਤੁਹਾਡਾ ਘਰ ਵੀ ਦੇਖ ਕੇ ਮੂਹਰੇ ਰੁਸਤਮੇ ਹਿੰਦ ਲਿਖਿਆ ਆ ਨਾ, ਤਾਂ ਕਿਉਂਕਿ ਇੰਨੀ ਪ੍ਰਾਪਤੀ, ਜਿਹੜਾ ਇਹ ਸਫ਼ਰ ਆ, ਇਹ ਕਦੋਂ ਤੋਂ ਤੁਸੀਂ ਜਿਹੜੀ ਪਹਿਲਵਾਨੀ ਸ਼ੁਰੂ ਕਰਤੀ? ਮੈਂ ਵੀ ਪਹਿਲਵਾਨ ਜੀ, ਸਭ ਤੋਂ ਇਹ ਆ ਕਿ ਮੇਰੇ ਪਿਤਾ ਜੀ ਨੂੰ ਬਹੁਤ ਸ਼ੌਕ ਸੀਗਾ ਇਸ ਚੀਜ਼ ਪਹਿਲਵਾਨੀ ਦਾ, ਅਤੇ ਮੈਨੂੰ ਵੀ ਤੁਹਾਡੇ ਆਪਣੇ ਬੇਟਿਆਂ ਨੂੰ ਉਦਿਆਂ ਨੂੰ ਛੋਟੇ ਹੁੰਦੇ ਨੂੰ ਲਾ ਲਿਆ ਸੀਗਾ ਡੰਡ ਬੈਠਾ ਕੱਢਣ ਵਾਸਤੇ। ਸੋ ਸੱਤਵੀਂ ਅੱਠਵੀਂ ਦਾ ਸੀ ਜਦੋਂ ਡੰਡ ਬੈਠਾ ਕੱਢਦੇ ਘਰ ਕੱਢੀ ਦੀਆਂ ਸੀਆਂ, ਅਤੇ ਮੁੜ ਕੇ ਫਿਰ ਹੌਲੀ ਹੌਲੀ ਵੱਧਦੇ ਗਏ ਕੰਮ ਪਹਿਲਵਾਨੀ 'ਚ ਧਿਆਨ ਥੋੜ੍ਹਾ ਜਾਂਦਾ ਰਿਹਾ। ਮੇਰੇ ਪਿਤਾ ਜੀ ਪੁਲਿਸ ਅਫਸਰ ਸੀਗੇ, ਠੀਕ ਹੈ ਜੀ, ਤਾਂ ਬਸ ਘਰ 'ਚ ਦੋ ਹੀ ਗੱਲਾਂ ਹੁੰਦੀਆਂ ਸੀਗੀਆਂ, ਪੁਲਿਸ ਅਫਸਰਾਂ ਦੀਆਂ ਅਤੇ ਜਾਂ ਪਹਿਲਵਾਨਾਂ ਦੀਆਂ। ਤੁਸੀਂ ਜਿਹੜਾ ਤੁਹਾਡਾ ਜਿਹੜਾ ਜਨਮ ਆ ਜਿੱਦਾਂ ਉਹ ਪਿੰਡ ਪੱਦੀ ਜਗੀਰ ਤੋਂ ਹੀ ਆ? ਪਿੰਡ ਪੱਦੀ ਜਗੀਰ ਜੀ ਮੇਰੇ। ਹਾਂ, ਕਿਹੜੇ ਸਾਲ 'ਚ ਕਦੋਂ ਹੋਇਆ? ਮੇਰਾ ਜੀ 10 ਮਾਰਚ 1944 ਨੂੰ, 44, ਹਾਂ, ਪਿੰਡ ਪੱਦੀ ਜਗੀਰ 'ਚ ਮੇਰਾ ਜਨਮ ਹੋਇਆ ਆ। ਅਤੇ ਸਾਡਾ ਪਰਿਵਾਰ ਅੱਛਾ ਜ਼ਿਮੀਂਦਾਰ ਪਰਿਵਾਰ ਸੀਗਾ, ਜ਼ਮੀਨਦਾਰ ਜ਼ਿਆਦਾ ਬਹੁਤ ਖੁੱਲ੍ਹੀ ਸੀਗੀ, ਅਤੇ ਇਸ ਕਰਕੇ ਖਾਣ ਪੀਣ ਦੀ ਘਰ 'ਚ ਕਦੇ ਕਮੀ ਆਈ ਨਾ ਸੀ ਹੈ। ਸੋ ਮੈਂ ਸ਼ੁਰੂ ਤੋਂ ਕੁਛ ਖੁੱਲ੍ਹੇ ਹੱਥਾਂ ਪੈਰਾਂ ਦਾ ਸੀਗਾ, ਅਤੇ ਇਸ ਕਰਕੇ ਪਹਿਲਵਾਨੀ ਵੱਲ ਜ਼ਿਆਦਾ ਸ਼ੌਕ ਸੀਗਾ। ਬਾਕੀ ਤਾਂ ਵੈਸੇ ਤਾਂ ਮੈਨੂੰ ਕੋਚਿਤ ਹੋਰ ਵੀ ਕਹੀਦੇ ਹੁੰਦੇ ਸੀ ਕੋਈ ਤੁਸੀਂ ਗੋਲਾ ਸਿੱਟਣਾ ਸ਼ੁਰੂ ਕਰਦੇ, ਹੈਮਰ ਕਰਦੇ ਜਾਂ ਡਿਸਕਸ ਥਰੋ ਕਰਦੇ, ਪਰ ਪਿਤਾ ਜੀ ਦਾ ਜਿਹਦਾ ਧਿਆਨ ਦਾ ਬਣਿਆ ਵੀ ਪਹਿਲਵਾਨੀ ਕਰਦੇ, ਇਸ ਤਾਂ ਪਹਿਲਵਾਨੀ ਸੀਗਾ। ਉਹ ਆਪ ਵੀ ਕਰਦੇ ਰਹੇ? ਉਹ ਆਪ ਵੀ ਕਰਦੇ ਰਹੇ, ਹਾਂ, ਆਪ ਵੀ ਕਰਦੇ। ਉਹ ਪੰਜਾਬ ਪੁਲਿਸ ਸੀਗੇ, ਅਤੇ ਉਹ ਪੰਜਾਬ ਪੁਲਿਸ ਦੀ ਟੱਗ ਆਫ ਆਰਸ ਦੀ ਟੀਮ ਦੇ ਕਪਤਾਨ ਹੁੰਦੇ ਸੀਗੇ। ਹਾਂ, ਜਿਸ ਵੇਲੇ ਸਾਂਝਾ ਪੰਜਾਬ ਹੁੰਦਾ ਸੀਗਾ, ਬ੍ਰਿਟਿਸ਼ ਇੰਡੀਆ ਸੀ ਇਸ ਵੇਲੇ। ਠੀਕ ਆ।
ਤੁਸੀਂ ਤੇ ਜਿਹੜੇ ਉਦੋਂ ਮਾਸਟਰ ਚਾਂਦਵੀ ਰਾਮ ਹੁੰਦਾ ਸੀ, ਮੇਹਰਦੀਨ ਹੋਏ ਆ ਪਹਿਲਵਾਨ ਰੋਸਤਮ, ਜਿਹੜੇ ਉਹਨਾਂ ਤੁਹਾਡੇ ਤੋਂ ਪਹਿਲਾਂ ਹੋਏ ਆ? ਇਹ ਪਹਿਲਾਂ ਮੇਰੇ ਤੋਂ ਪਹਿਲਾਂ ਹੋ ਗਿਆ, ਮੇਰਾ 1944 ਦਾ ਜਨਮ ਆ, ਇਹ ਹੈਗੇ 1937 ਦਾ, ਕੋਈ 38 ਦਾ, 6-7 ਮੇਰੇ ਤੋਂ ਪਹਿਲਾਂ ਨਹੀਂ ਸੀ। ਤੁਸੀਂ ਕਿੰਨੇ ਕੁ ਸਾਲਾਂ ਦੇ ਜਦੋਂ ਪਹਿਲਵਾਨੀ ਸ਼ੁਰੂ ਕਰ ਲਈ ਜੀ? ਮੈਂ ਜੀ ਡੰਡ ਬੈਠ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ 8ਵੀਂ 9ਵੀਂ ਤੋਂ ਕਰਨਾ ਸ਼ੁਰੂ ਕਰਤਾ ਸੀਗਾ, ਫਿਰ ਜਦ 10ਵੀਂ ਪਾਸ ਕੀਤੀ ਤਾਂ ਸਾਡੀ ਗੁੱਡਲੱਕ ਇਹ ਹੋਈ ਕਿ ਉਹਨਾਂ ਦਿਨਾਂ ਵਿੱਚ ਹੀ ਸਾਨੂੰ 1962 ਦੇ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਸਪੋਰਟਸ ਕਾਲਜ ਦੇ ਅੰਦਰ ਖੋਲ੍ਹ ਦਿੱਤਾ। ਠੀਕ ਹੈ ਜੀ। ਅਤੇ ਮੈਂ ਦੇਖਣ ਵੱਖਣ ਨੂੰ ਚੰਗਾ ਸੀਗਾ, ਅਤੇ ਮੈਂ ਪਿਤਾ ਜੀ ਕਹਿਣ ਲੱਗੇ ਵੀ ਚਲੋ ਤੈਨੂੰ ਉੱਥੇ ਸਪੋਰਟਸ ਕਾਲਜ ਭਰਤੀ ਕਰਾਉਂਦੇ ਹਾਂ, ਅਤੇ ਉੱਥੇ ਫਿਰ ਰੈਸਲਿੰਗ ਦੇ ਟ੍ਰਾਇਲ ਦੇਣੇ ਸੀਗੇ। ਮੈਂ ਡੰਡ ਬੈਠਣ ਦੇ ਕੱਢਦਾ ਸੀ ਪਰ ਰੈਸਲਿੰਗ ਨਹੀਂ ਕਰਨੀ ਆਉਂਦੀ ਹਾਲੇ, ਅਤੇ ਫਿਰ ਮੈਨੂੰ ਫੁਆੜੇ ਡਾਕਟਰ ਭਗਤ ਰਾਮ ਸਾਡੇ ਪਿੰਡ ਦੇ ਹੁੰਦੇ ਸੀਗੇ, ਜਿਹੜੇ ਕਿ ਫੁਆੜੇ ਵਿੱਚ ਹਰ ਐਤਵਾਰ ਕੁਸ਼ਤੀਆਂ ਕਰਾਉਂਦੇ ਹੁੰਦੇ ਸੀ, ਪੱਕੇ ਰਾਵਣ, ਪੱਕੇ ਰਾਵਣ ਤੇ ਬਹੁਤ ਉਹਨਾਂ ਦਾ ਬਹੁਤ ਭਲਵਾਨ ਬਹੁਤ ਕਰਦੇ ਸੀ ਉਹਨਾਂ ਦਾ, ਬਹੁਤ ਸਾਡੇ ਮਾਣ ਬਹੁਤ ਮਾਣ ਸਤਿਕਾਰ ਕੀਤਾ ਸਾਰੀ ਉਮਰੇ ਮੇਰਾ ਉਹਨਾਂ ਨੇ, ਅਤੇ ਪਿਤਾ ਜੀ ਮੈਨੂੰ ਉਹਨਾਂ ਕੋਲ ਛੱਡ ਕੇ ਆਏ ਵੀ ਸਵੰਤ ਨੂੰ ਥੋੜ੍ਹਾ ਜਿਹਾ ਖੜਨਾ ਅਖਾੜੇ 'ਚ ਕਿਵੇਂ ਬੈਠਣਾ ਆ, ਜੇ ਉਹ ਥੋੜ੍ਹਾ ਬਹੁਤਾ ਸਿਖਾਓ, ਤਾਂ ਮਹੀਨਾ ਕੋਈ 10ਵੀਂ ਦੇ ਇਮਤਿਹਾਨ ਦਿੱਤੇ ਸੀਗੇ, ਅਤੇ ਜੁਲਾਈ ਦੇ ਵਿੱਚ ਨਵੇਂ ਟ੍ਰਾਇਲ ਹੋਣੇ ਸੀਗੇ ਸਪੋਰਟਸ ਕਾਲਜ ਭਰਤੀ ਹੋਣ ਵਾਸਤੇ, ਅਤੇ ਮੈਂ ਫਿਰ ਪਿੰਡੋਂ ਰੋਜ਼ ਖਾੜੇ ਜਾਣਾ, ਇੱਥੇ ਬੰਗਿਆਂ ਰੋਡ 'ਤੇ ਹੁੰਦਾ ਸੀ ਮਸਾਨ ਘਾਟ, ਸ਼ਾਇਦ ਖਾੜਾ ਸੀ ਇੱਕ, ਹਾਂਜੀ ਹੈਗਾ ਸੀ ਉਹਨੂੰ, ਮਤਲਬ ਮੱਦੀ ਦਾ ਖਾੜਾ, ਹਾਂ ਮੱਦੀ ਦਾ ਸੀ, ਨਹੀਂ ਦੂਸਰਾ ਸੀ ਇਹ ਮੱਦੀ ਦਾ ਸੀਗਾ ਗੰਨੇ ਮਿਲ ਦੇ ਕੋਲ, ਇਹ ਖੜਾ ਸੀ ਬੰਗਿਆਂ ਸ਼ਮਸ਼ਾਨ ਘਾਟ, ਮੈਂ ਵੀ ਉੱਥੇ ਕੀਤੇ, ਮੈਂ ਜੀ ਮੈਂ ਬਾਪੂ ਜੀ ਕੋਲ ਖੂਹ ਤੇ ਸੌਂਦਾ ਹੁੰਦਾ ਸੀ, 4 ਵਜੇ ਮੈਨੂੰ ਉਠਾ ਦੇਣਾ ਸਵੇਰੇ, ਮੈਂ 4 ਵਜੇ ਸਾਈਕਲ ਲੈ ਕੇ ਤਫਵਾੜੇ, ਉਹ ਇੰਨਾ ਪੁਰਾਣਾ ਅਖਾੜਾ ਸੀਗਾ ਜੀ ਜੀ, ਇਹ ਸਾਰਾ 1962 ਦੀ ਗੱਲ ਸੁਣਾ ਰਿਹਾ ਤੁਹਾਨੂੰ, ਕਿਆ ਬਾਤ ਹੈ, ਉੱਥੇ ਮੇਰੇ ਜਾਂਦਿਆਂ ਨੂੰ ਉੱਥੇ ਕੋਈ 20 ਪਰਿਵਾਰ ਉੱਥੇ ਹੋਏ ਹੋਣੇ, ਹਾਂ ਬਸ ਉਹਦੀਆਂ ਕੱਪੜੇ ਲਾਉਣੇ ਥੋੜ੍ਹੀ ਬਹੁਤੀ, ਡਾਕਟਰ ਭਗਤ ਰਾਮ ਨੇ ਦੱਸਣਾ ਪਹਿਲਵਾਨੀ ਕਿਵੇਂ ਕਰਨੀ ਆ, ਲਗੋਟਾ ਕਿਵੇਂ ਪਾਉਣਾ, ਇਹ ਸ਼ੁਰੂਆਤ ਉੱਥੇ ਹੀ ਹੋਈ ਆ, ਸ਼ੁਰੂਆਤ ਉੱਥੇ, ਹਾਂ ਅਤੇ ਉੱਥੇ ਸਾਡੇ ਮੰਡੀ ਦੇ ਬਾਹਰ ਇੱਕ ਭਾਈਆਂ ਦੀ ਦੁਕਾਨ ਹੁੰਦੀ ਸੀ ਦਹੀਂ ਦੁੱਧੀ, ਅਤੇ ਪਿਤਾ ਜੀ ਉੱਥੇ ਮੇਰਾ ਬੰਨਿਆ ਹੁੰਦਾ ਸੀਗਾ, ਖਾੜਿਓ ਆਉਣਾ ਤਾਂ ਸਿੱਧਾ ਭਾਈਆਂ ਦੀ ਦੁਕਾਨ 'ਤੇ ਜਾਣਾ, ਉੱਥੋਂ ਦਹੀਂ ਕਰਨਾ ਹੋਵੇ ਦਹੀਂ ਲੱਸੀ ਪੀਣੀ ਜੋ ਵੀ ਦਿਲ ਖਾਣੇ ਖਾ ਪੀ ਕੇ ਸਾਈਕਲ ਚਲਾ ਕੇ 10 ਵਜੇ ਤੱਕ ਘਰ ਆ ਜਾਣਾ, ਫਿਰ ਜਾਣਾ ਆਪਣੇ। ਤੁਸੀਂ ਉਸ ਟਾਈਮ ਬੋਪਾਰਾ 'ਚ ਵੀ ਖਾੜਾ ਬਹੁਤ ਮਸ਼ਹੂਰ ਸੀ ਸੋਹਣ ਦਾ, ਹਾਂ ਬੋਪਾਰੇ ਮੈਂ ਗਿਆ ਪਰ ਬੋਪਾਰੇ ਮੈਂ ਬਾਅਦ 'ਚ ਗਿਆ, ਹਾਂ ਬੋਪਾਰੇ ਮੈਂ ਬਾਅਦ 'ਚ ਗਿਆ, ਭਾਈ ਪਹਿਲਾਂ ਮੈਂ ਫੁਆੜੇ ਕਰਦਾ ਰਿਹਾ, ਹਾਂ ਮੈਨੂੰ ਸਪੋਰਟਸ ਕਾਲਜ ਐਡਮਿਸ਼ਨ ਮਿਲ ਗਈ, ਫਿਰ ਅਸੀਂ ਜਲੰਧਰ ਸਪੋਰਟਸ ਕਾਲਜ ਰਹਿਣ ਲੱਗ ਪਏ, ਉੱਥੇ ਪ੍ਰਤਾਪ ਸਿੰਘ ਕੈਰੋ ਨੇ ਫ੍ਰੀ ਸਾਡਾ ਬੋਰਡਿੰਗ, ਫ੍ਰੀ ਲੋਜਿੰਗ, ਫ੍ਰੀ ਰੋਟੀ ਪਾਣੀ ਸਭ ਕੁਛ ਰਹਿਣ ਦਾ ਫ੍ਰੀ ਸੀ ਸਾਡਾ। ਤੁਹਾਨੂੰ ਵੀ ਮੌਕਾ ਮਿਲਿਆ ਕੋਈ ਪੱਕੇ ਰਾਮ ਨੂੰ ਦਿਖਾਉਣ ਦਾ ਜਦੋਂ ਭਾਵੇਂ? ਕਈ ਬਹੁਤ ਪੁੱਛਿਆ ਜੀ, ਪੜ੍ਹਾਈ ਵਾਲੇ ਜਿਹੜੇ ਪਲਾਨ ਸਾਰਿਆਂ ਨੂੰ ਮੈਂ ਘੁਲਿਆ, ਦੇਵਨਾ ਬਾਗੀਨਾ ਹਾਂ ਸਾਰਿਆਂ ਨੇ ਘੁਲਿਆ, ਸਾਰਾ ਪਿੰਡ ਉਹ ਵੀ ਭਲਵਾਨਾਂ ਦੇ, 5 ਰੁਪਏ ਮਿਲਦੇ ਹੁੰਦੇ ਸੀ ਜਲੰਧਰ ਹੋਣਾ ਘੁਲਣ ਵਾਸਤੇ, ਤੇ ਡਾਕਟਰ ਭਗਤਾਂ ਨੇ 5 ਰੁਪਏ ਦੇਣੇ, ਕਈ ਵਾਰ ਤਾਂ 5 ਦੀ ਭਾਅ ਰਹੀ ਹੁੰਦੀ ਸੀਗੀ, ਉਹ ਪਠਾਨੀ ਦਾ ਸਾਡਾ ਲੱਗਣਾ ਬੱਸ ਦਾ ਕਰਾਇਆ, ਇੱਕ ਤਾਂ ਮੁੰਡਾ ਮੈਂ ਨਾਲ ਲਿਆ ਹੋਣਾ, ਅਸੀਂ ਪਠਾਨੀ ਦੇ ਕੇਲੇ ਲੈਣੇ ਖਾਂਦੇ ਨੇ, ਮੁੜ ਕੇ ਜਲੰਧਰ ਫੇਰ ਮੁੜ ਜਾਣਾ। ਆਪਣੇ ਕਦੇ ਤੁਸੀਂ ਇਹ ਵੀ ਸੋਚਿਆ ਵੀ ਜਦੋਂ ਰੋਸਤਮ ਮਹਿੰਦਰ ਦਾ ਟਾਈਟਲ ਜਿੱਤਣਾ, ਪਹਿਲਾਂ ਮਨ ਚ ਬਣਾ ਵੀ ਇੱਕ ਦਿਨ ਰੋਸਤਮ ਬਣਨਾ? ਜੀ ਸੀ, ਮਨ ਮਤਲਬ ਇਹ ਸੀ ਵੀ ਮੇਰਾ ਕੱਦ ਘੱਟ ਦੇਖ ਕੇ ਬਾਪੂ ਜੀ ਕਹਿੰਦੇ ਸੀ ਵੀ ਤੂੰ ਹਿੰਦੁਸਤਾਨ ਦਾ ਤਕੜਾ ਪਲਾਨ ਬਣ ਸਕਦਾ ਆ, ਪਰ ਇਹਦੇ ਵਾਸਤੇ ਮਿਹਨਤ ਬਹੁਤ ਚਾਹੀਦੀ ਸੀਗੀ, ਕੰਮ ਮਿਹਨਤ ਬਹੁਤ ਚਾਹੀਦੀ ਸੀ, ਖੁਰਾਕ ਬੜੀ ਚਾਹੀਦੀ ਸੀ, ਫਿਰ ਨਿਜ਼ਮ ਬਹੁਤ ਚਾਹੀਦਾ ਸੀਗਾ। ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਸੀ ਆਉਂਦੀ ਉਦੋਂ ਟਾਈਮ ਦੱਸਦੇ ਸੀ ਵੀ ਗੁੱਟੀ ਹੁੰਦੀ ਸੀ ਤੁਹਾਡੀ? ਮੇਰੇ ਗੁੱਟੀ ਨਹੀਂ ਜੀ, ਕਮ ਸੇ ਕਮ ਹਿੰਦ ਕੇਸਰੀ ਜੋ ਬਣਿਆ ਉਦੋਂ ਵੀ ਗੁੱਟੀ ਹੁੰਦੀ ਸੀ, ਉਦੋਂ ਵੀ ਗੁੱਟੀ, ਹਾਂ ਕਿਉਂਕਿ ਤੁਹਾਡੀਆਂ ਪੁਰਾਣੀਆਂ ਫੋਟੋ ਅਸੀਂ ਸਭ ਜਦੋਂ ਦੇਖਦੇ ਹਾਂ ਉਹਨਾਂ ਚੋਂ ਰਹਿੰਦੇ ਹਾਂ। ਬਿਲਕੁਲ ਮੈਂ ਗੁੱਟੀ ਰੱਖੀ ਹੋਈ ਨਾ, ਬਿਲਕੁਲ ਮੈਂ ਮੇਰੇ ਗੁੱਟੀ ਜੋ ਟੋਪਾ ਪਾਉਂਦਾ ਹੁੰਦਾ ਸੀ, ਜਿੱਦਾਂ ਜੱਸਾ ਪੱਟੀ ਵਾਲਾ ਪਾਉਂਦਾ ਆ ਟੋਪਾ ਆ ਕੇ ਮੈਂ ਘੁਲਣਾ, ਤੇ ਕਈ ਜਿਹੜੇ ਹਰਿਆਣੇ ਦੇ ਸ਼ਰਾਰਤੀ ਹੁੰਦੇ ਸੀ ਉਹਨੇ ਮੇਰਾ ਟੋਪਾ ਫੜ ਖਿੱਚ ਲੈਣਾ, ਹਾਂ ਟੋਪਾ ਵਾਲੇ ਟੋਪਾ ਲੈਣਾ, ਜੇ ਨੰਗੇ ਸਿਰ ਪਾਉਂਦਾ ਤਾਂ ਨੰਗੇ ਪਿੱਛੋਂ ਜਿੱਚੀ ਤੋਂ ਬਾਹਰ ਫੜ ਲੈਣੇ, ਤੇ ਇੱਦਾਂ ਦੀ ਸ਼ਰਾਰਤਾਂ ਥੋੜ੍ਹੀਆਂ ਹੁੰਦੀਆਂ ਰਹਿੰਦੀਆਂ ਸੀਆਂ। ਪਰ ਮੇਰੀ ਮਾਤਾ ਬਹੁਤ ਧਾਰਮਿਕ ਸੀਗੀ, ਪਾਠ ਪੂਜਾ ਕਰਨ ਵਾਲੀ ਸੀਗੀ, ਤੇ ਉਹਨਾਂ ਕਹਿੰਦਾ ਮੈਂ ਬਾਲ ਨਹੀਂ ਕਟਾਉਣੇ ਹੈ। ਪਹਿਲੀ ਕੋਲ ਪਹਿਲਵਾਨ ਜੀ ਤੁਹਾਨੂੰ ਕੋਈ ਚੇਤੇ ਆ ਜਦੋਂ ਤੁਸੀਂ ਵੀ ਪਤਾ ਵੀ ਮੈਂ ਭਲਵਾਨੀ ਚੋਣਾ ਦਾਖਲ ਹੋ ਗਿਆ, ਸਾਰਿਆਂ ਨਾਲ ਪਹਿਲੀ ਕੋਲ ਜਿਹੜੀ ਹੋਈ ਆ, ਤੁਹਾਨੂੰ ਫਖਰ ਮਹਿਸੂਸ ਹੋਇਆ ਵੀ ਮੈਂ ਇਹ ਬੰਦੇ ਨਾਲ? ਮੇਰੇ ਜੀ ਤੁਸੀਂ ਸ਼ਾਇਦ ਜਾਣਦੇ ਹੋਵੋਗੇ, ਫੁਆੜੇ ਇੱਕ ਮੱਦੀ ਭਲਵਾਨ ਹੁੰਦਾ ਸੀਗਾ, ਹਾਂਜੀ ਇਹ ਮੱਦੀ ਸੁਨਿਆਰਾ ਸੀ, ਉਹ ਮੱਦੀ ਦਾ ਖਾੜਾ ਵਾਲਾ ਹੋ ਸਕਦਾ, ਇਹ ਕੋਈ ਸਰਾਫਾ ਬਾਜ਼ਾਰ ਹੁੰਦਾ ਸੀ ਇੱਕ, ਅੱਛਾ ਜੀ, ਤੇ ਮੇਰੀ ਉਹਨਾਂ ਨੇ ਡਾਕਟਰ ਭਗਤ ਨੇ ਉਹਦੇ ਨਾਲ ਕੁਸ਼ਤੀ ਕਰਾਤੀ, ਅੱਛਾ ਜੀ, ਤੇ ਉਹ ਅਸੀਂ ਮੈਂ ਪਟਿਆਲੇ ਨਵਾਂ ਨਵਾਂ ਕੈਂਪ ਲਾ ਕੇ ਆਇਆ ਸੀ, ਮੈਂ ਨੈਲਸਨ ਪੌੜਾ ਸਿੱਖਿਆ ਕੇ ਆਇਆ ਸੀਗਾ, ਸਟਾਰਟਿੰਗ ਨੈਲਸਨ, ਮੈਂ ਉਹਨੇ ਇੱਦਾਂ ਨੈਲਸਨ ਪਾਇਆ ਕਿ ਉਹਦੀ ਕਮਰੇ ਹੀ ਹਿੱਲ ਗਈ, ਉਹ ਮੁੜ ਕੇ 6 ਮਹੀਨੇ ਬੰਦਾ ਹਿੱਲ ਨਹੀਂ ਸਕਿਆ ਉੱਥੋਂ, ਉਹਦੇ ਇੰਨੀ ਸੱਟ ਲੱਗ ਗਈ ਉਹਦੇ ਨੈਲਸਨ ਨਾਲ ਹੀ, ਕਿਉਂਕਿ ਇਹਨਾਂ ਦੀਆਂ ਧੌਣਾ ਮਾੜੀਆਂ ਸੀਆਂ, ਮੈਂ ਨੈਲਸਨ ਜੋੜ ਨਾ ਪਾਤਾ। ਉਦੋਂ ਤੁਸੀਂ ਕਿੰਨੇ ਕੁ ਸਾਲ ਦੇ ਸੀ? ਮੈਂ ਜੀ 10ਵੀਂ ਪਾਸ ਕੇ, 18 ਸਾਲ ਦਾ, 18 ਸਾਲ ਦਾ। ਉਦੋਂ ਉਸ ਟਾਈਮ ਭਾਰ ਤੁਹਾਡਾ ਹੋਊਗਾ
ਕੁਆਟਰ ਤੋਂ ਉੱਪਰੇ ਨਹੀਂ ਉਦੋਂ ਘੱਟ ਸੀ ਜੀ 75-76 ਕਿਲੋ 75-76 ਕਿਲੋ ਹਾਂ ਠੀਕ ਹੈ ਕੱਲ ਦਾ ਵਿੱਚ ਨਗਰ ਯੂਨੀਵਰਸਿਟੀ ਵੀ ਰਹਿੰਦੇ ਰਿਹਾ 75-76 ਲੰਬਾ ਸੀ ਤੇ ਪਤਲਾ ਸੀਗਾ ਪਹਿਲਾਂ ਉਦੋਂ ਤੁਸੀਂ ਜਿਹੜੀ ਆਪ ਮਿਹਨਤ ਕਿਹੜੀ ਕਰਦੇ ਰਹੇ ਜ਼ਿਆਦਾ ਡੰਡ ਬੈਠਕਾਂ ਦੀ ਉਸ ਟਾਈਮ ਵੀ ਜਿਮ ਤਾਂ ਨਹੀਂ ਜਿਮ ਨਹੀਂ ਸੀ ਜੀ ਮੈਂ ਤਾਂ ਦੋ ਇੱਟਾਂ ਰੱਖੀਆਂ ਹੁੰਦੀਆਂ ਸੀਗੀਆਂ ਸਾਫ਼ ਕਰਕੇ ਉਹਨਾਂ ਨੂੰ ਤੇਲ ਲੱਗ ਇੰਨਾ ਹੋ ਗਿਆ ਸੀ ਉਹੀ ਇੱਟਾਂ ਚੋਲੀ ਚੋਣੀ ਜਾਂ ਕਾਲੀ ਲੈ ਜਾਣੀਆਂ ਆਉਣ ਲੱਗੇ ਉਹੀ ਇੱਟਾਂ ਪਾ ਕੇ ਪਿੰਡ ਨੂੰ ਲੈ ਆਉਣੀਆਂ ਉਹਨਾਂ ਇੱਟਾਂ ਤੇ ਮੇਰੇ ਹੱਥ ਟਿੱਕ ਗਏ ਸੀਗੇ ਵੀ ਉਹਨਾਂ ਦੇ ਲੱਗਣੇ ਆ ਤੇ ਸਾਡੇ ਵੈਸੇ ਤਾਂ 20 ਦੀਆਂ ਮੋਟਰਾਂ ਲੱਗ ਗਈਆਂ ਸੀਗੀਆਂ ਪਰ ਅਸੀਂ ਹੱਥ ਖੂਹ ਤੇ ਰੱਖਿਆ ਸੀਗਾ ਹੱਥ ਖਿੱਚਣ ਵਾਸਤੇ ਬਾਪੂ ਜੀ ਨੇ ਬੀਟ ਬਣਾਈ ਸੀ ਸ਼ਾਮ ਨੂੰ ਬੈਠਿਆ ਕੱਢ ਕੇ ਤਾਂ ਬੀਟ ਪਾ ਜਾਣੀ ਕਹਿਣਾ ਵੀ ਅੱਜ 25 ਗੇੜੇ ਦੇਣੇ ਆ ਅੱਜ 26 ਗੇੜੇ ਦੇਣੇ ਅੱਜ 27 ਗੇੜੇ ਦੇਣੇ ਆ ਹੱਥ ਦੇ ਗੇੜੇ ਦੇਣੇ ਆ ਹਾਂਜੀ ਉਦੋਂ ਇੱਕ ਜਿਹੜਾ ਉਹ ਗਲ ਚ ਪਾ ਕੇ ਉਹ ਭਾਰ ਵੀ ਹੋਰ ਤੁਰਦੇ ਹੁੰਦੇ ਉਹ ਵੀ ਤੁਸੀਂ ਕਦੇ ਪਾਇਆ ਨਹੀਂ ਉਹ ਨੀ ਪਾਇਆ ਖਾੜਾ ਪੱਟਿਆ ਸੀ ਸੁਆਗੀ ਫੇਰ ਨਹੀਂ ਖਾੜੇ ਦੀ ਸੁਆਗੀ ਬਣੀ ਕਦੇ ਕਿਸੇ ਨੂੰ ਉਠਾ ਲੈਣਾ ਕਦੇ ਕਿਸੇ ਨੂੰ ਉਠਾ ਲੈਣਾ ਤੇ ਹੱਟ ਖਿੱਚਣਾ ਡੰਡ ਬੈਠਕਾਂ ਉਸ ਟਾਈਮ ਡੰਡ ਬੈਠਕਾਂ ਹੀ ਹਾਂਜੀ ਡੰਡ ਬੈਠਕਾਂ ਹੀ ਕੋਈ ਉਦੋਂ ਗਿਣਤੀ ਨਹੀਂ ਸੀ ਕਰਦੇ ਨਾ ਇੱਕ ਡੰਡ ਇੱਕ ਡੰਡ ਇੱਕ ਬੈਠਕ ਵਾਹਿਗੁਰੂ ਦੋ ਵਾਹਿਗੁਰੂ ਤਾਂ ਉਹ ਤੋਂ ਫਿਰ ਨਾਮਦਾਰ ਜਦੋਂ ਕੋਈ ਸ਼ੁਰੂ ਹੋਈਆਂ ਤੁਹਾਡੀਆਂ ਘੋਲਾਂ ਜਦੋਂ ਉਹ ਤਾਂ ਪਹਿਲੀ ਸੀਗੀ ਉਦੋਂ ਕਿਹੜੀ ਸੀਗੀ ਸਟਾਰਟਿੰਗ ਜਿਹੜੀ ਘੋਲ ਹੋਈ ਆ ਤੁਹਾਡੀ ਪਹਿਲਾਂ ਮੈਂ ਤੁਹਾਨੂੰ ਵਰਜਿਸ਼ ਦੱਸਦਾ ਵਰਜਿਸ਼ ਦਾ ਇੱਦਾਂ ਹੁੰਦਾ ਸੀ ਕਿ 100-100 ਦੇ ਸਪੱਟੇ ਲਾਉਣੇ ਠੀਕ ਹੈ ਜੀ ਤੇ ਮੈਂ ਹਮੇਸ਼ਾ ਹੀ 95-96 ਤੋਂ ਕਹਿਣਾ ਜੀ ਹੋ ਗਿਆ 100 ਬਾਪੂ ਜੀ ਨੇ ਕਹਿਣਾ ਨਹੀਂ ਬਈ ਹਲੇ 100 ਹੋਇਆ ਹੈ ਸਾਡੀ ਬੇਬੁੱਧੀ ਲੜਾਈ ਲੜੀ ਸਪੱਟਾ ਬਦਲੇ ਮੈਂ ਕਹਿੰਦਾ 100 ਵੜ ਗਿਆ ਉਹਦੀ ਕਹਿਣਾ ਹਰ 95 ਹੋਇਆ ਗਿਣਦੇ ਹੋਣੇ ਕੋਲ ਗਿਣਦੇ ਰਹਿੰਦੇ ਸੀ ਕਿ ਕਈ ਵਾਰ ਉਹਨੇ ਮੈਨੂੰ ਜਾਣ ਕੇ ਛੱਡ ਕੇ ਆਪਣੇ ਉੱਤੇ ਜਾਣਾ ਉਹਨੇ ਕਹਿਣਾ ਮੈਂ ਆਪਣੇ ਕਦਮਾਂ ਨਾਲ ਦੇਖਦਾ ਤੇਰੇ ਤੂੰ ਕਿਸ ਸਪੀਡ ਨਾਲ ਕੱਢਦਾ ਆ ਮੈਂ ਖੇਡਦਾ ਜਾਂਦਾ ਗਿਣਦਾ ਆ ਜਾਂਦਾ ਤੇਰੇ ਨਾਲ 100 ਨਹੀਂ ਬਣਿਆ ਇਹ ਤਾਂ 100-100 10 ਸਪੱਟੇ ਲਾਉਣੇ ਜੀ ਤੁਸੀਂ ਸਾਡੇ ਨਾਲ ਰੁਸਤਮ ਦੀ ਬਾਤ ਚ ਇੱਦਾਂ ਜੁੜੇ ਰਹਿੰਦੇ ਆ ਪਹਿਲਵਾਨ ਉਹਨਾਂ ਤੋਂ ਬਹੁਤ ਗੱਲਾਂ ਅਸੀਂ ਕਢਾਉਣੀਆਂ ਉਹ ਟਾਈਮ ਤਾਂ ਪਹਿਲਾਂ ਕਿ ਉਸਤਾਦ ਜਿਹੜੇ ਹੁੰਦੇ ਸੀ ਉਹ ਤੁਹਾਡੀ ਗਰਮੀ ਦੇਖ ਕੇ ਦੱਸ ਦਿੰਦੇ ਹੁੰਦੇ ਸੀ ਮਿਹਨਤ ਕਿੰਨੀ ਲਾਈ ਆ ਬਿਲਕੁਲ 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 ਉਹ ਤੇ ਝੂਠ ਬੋਲਣ ਦੀ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਵੀ ਇੰਨੇ ਕਿਤੇ ਉੱਪਰ ਇਹ ਤਾਂ ਨਹੀਂ ਕਹਿੰਦੇ ਹੁੰਦੇ 14-11 ਆਸ਼ਕਾਂ ਕਸਮਾਂ ਨਾਲ ਵਿਹਾਰ ਜਦੋਂ ਬਾਪੂ ਜੀ ਕਿਤੇ ਖੂਹ ਤੇ ਨਹੀਂ ਹੋਣੇ ਤਾਂ ਮੈਂ ਇੱਟਾਂ ਰੱਖ ਕੇ ਤੇ ਮੂੰਹ 'ਚ ਪਾਣੀ ਭਰ ਲੈਣਾ ਉਹ ਹੌਲੀ ਹੌਲੀ ਦੋ ਤਿੰਨ ਸਿੱਟੀ ਲੈਣੇ ਦੋ ਤਿੰਨ ਸਿੱਟੀ ਲੈਣੇ ਮੂੰਹ ਦੇ ਵਿੱਚੋਂ ਤੇ ਐਂ ਲੱਗਣਾ ਜਦੋਂ ਤੁਸੀਂ ਨਾ ਡਿੱਗਿਆ ਇੱਦਾਂ ਦੇ ਹਾਂਜੀ ਇੱਦਾਂ ਚੋਰੀ 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 ਕਰ ਲੈਣੀ ਆ ਬਾਅਦ 'ਚ ਵੀ ਕਦੋਂ ਤੁਹਾਡਾ ਮਨ ਜਿੱਦਾਂ ਪੂਰਾ ਮਿਹਨਤ ਵੱਲ ਹੋਇਆ ਵੀ ਜਿੱਦਾਂ ਆਪਾਂ ਪਹਿਲਾਂ ਚਲੋ ਆਪਾਂ ਚੋਰੀ ਫਾਦਰ ਤੋਂ ਕਰਦੇ ਵੀ ਪਤਾ ਵੀ ਜਦੋਂ ਤੁਹਾਡਾ ਵੀ ਮਨ ਚੱਲ ਪਿਆ ਵੀ ਹੁਣ ਮੈਂ ਪਹਿਲਵਾਨੀ ਵੱਲ ਜਦ ਮੈਂ ਪਟਿਆਲੇ 1966 ਦੇ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਹੋਈ ਠੀਕ ਹੈ ਤੇ ਪਹਿਲਾਂ ਪੰਜਾਬ ਚੈਂਪੀਅਨਸ਼ਿਪ ਹੋਈ ਅੰਬਾਲੇ ਉਸ ਵੇਲੇ ਪਟਿਆਲਾ ਤੇ ਹਰਿਆਣਾ ਪੰਜਾਬ ਬਣਿਆ ਨਹੀਂ ਸੀ ਇਕੱਠਾ ਹੁੰਦਾ ਉਦੋਂ ਇਕੱਠਾ ਹੀ ਸੀ ਤੇ ਸਾਡੀ ਪੰਜਾਬ ਚੈਂਪੀਅਨਸ਼ਿਪ ਹੋਈ ਅੰਬਾਲੇ ਉੱਥੋਂ ਮੈਂ ਜਿੱਤਿਆ ਜਿੱਤ ਕੇ ਤਾਂ ਪੰਜਾਬ ਦੋ ਤਿੰਨ ਪਹਿਲਵਾਨ PAP ਦੇ ਦੋ ਤਿੰਨ ਸਾਡੇ ਦੋ ਤਿੰਨ ਹੋਰੇ ਦਿਲੋ ਦਿਲੇ ਅਸੀਂ ਟੀਮ ਲੈ ਕੇ ਪਟਿਆਲੇ ਗਏ ਉੱਥੇ ਨੈਸ਼ਨਲ ਹੋਈਆਂ ਸੀ ਉੱਥੇ ਨੈਸ਼ਨਲ ਮੈਂ ਆਰਮੀ ਦੇ ਵਿਸ਼ਵਾ ਰਥ ਉਠਾਇਆ ਚਿਤ ਕੀਤਾ ਜੀ ਫ੍ਰੀ ਸਟਾਈਲ ਦੇ ਵਿੱਚ ਤੇ ਕਿਆ ਬਾਤ ਹੈ ਜੀ ਉਹ ਤਾਂ ਬਹੁਤ ਬਹੁਤ ਤਕੜਾ ਸੀ ਬਹੁਤ ਤਕੜਾ ਸੀ ਹਿੰਦੁਸਤਾਨ ਦੇ ਨੰਬਰ 1 ਚੋਂ ਸੀਗਾ ਤੋ ਉਹ ਇਸ ਤਰ੍ਹਾਂ ਸੀ ਕਿ ਮੈਂ ਉਲਟੀ ਮਾਰਦਾ ਸੀਗਾ ਉਲਟੀ ਪਿੱਛੇ ਮਾਰਨੀ ਉਹ ਉਲਟੀ ਏਦਾਂ ਦੀ ਸੀ ਕਿ ਮੈਂ ਉਲਟੀ ਨਾਲ ਕੁਸ਼ਤੀਆਂ ਖਰਾਬ ਵੀ ਮੇਰੀਆਂ ਬੜੀਆਂ ਹੋਈਆਂ ਕਿਉਂਕਿ ਬੜੀ ਰਿਸਕੀ ਦਾ ਆਇਆ ਤੇ ਜਿਹਦੇ ਲੱਗ ਗਿਆ ਉਹ ਤਾਂ ਠੱਕ ਚਿੱਤ ਉਹ ਬਚਿਆ ਨੀ ਉਹ ਬਚ ਨੀ ਸਕਿਆ ਮੁੜਕੇ ਤੋ ਵਿਸ਼ਵਾ ਮੇਰੇ ਕੋਲ ਲੱਤੀ ਲੱਗਾ ਮੈਂ ਕੜੰਗਾ ਫਸਾਇਆ ਪਿੱਛੇ ਉਲਟੀ ਮਾਰੀ ਦੜਮ ਗਈ ਉੱਤੇ ਥੱਲੇ ਉਹਦੇ ਉੱਤੇ ਮੈਂ ਉਹਦੇ ਮੈਂ ਵਿਸ਼ਵਾ ਵੀ ਉਲਟੀ ਮਾਰਕੀਟ ਆਇਆ ਤੇ ਮੈਂ ਹਰਬੰਸ ਸਾਹਿਬ ਪੱਡਿਆਂ ਵਾਲਾ ਉਹ ਵੀ ਉਲਟੀ ਮਾਰਕੀਟ ਆਇਆ ਚਿੱਤ ਹਾਂ ਤੇ ਕਈ ਵੀ ਉਲਟੀਆਂ ਮੈਨੂੰ ਮੈਂ ਕਈਆਂ ਤੋਂ ਖਰਾਬ ਗਿਆ ਬਿਲਕੁਲ ਰਿਸਕੀ ਦਾ ਆਇਆ ਜਿੱਦਾਂ ਲੱਦੜ ਰਿਹਾ ਮੇਰੀ ਮੈਂ ਮਾਰ ਲੱਗਾ ਉਲਟੀ ਮਾਰ ਲੱਗਾ ਉਹ ਲੱਤਗਾਂਢੇ ਮੈਂ ਆਪਣਾ ਡਿੱਪੇ ਪਿੱਛੇ ਦੂੰਗਾ ਲੱਦੜ ਉਹਨਾਂ ਦੀ ਤੁਸੀਂ ਗੱਲ ਕੀਤੀ ਆ ਉਹ ਤਾਂ ਇਸ ਟਾਈਮ ਹੈ ਨੇ ਜਿੱਦਾਂ ਪਹਿਲਵਾਨ ਉਹ ਉਹਨਾਂ ਦੀ ਵੀ ਗੱਲ ਕਰ ਦਿੰਦੇ ਵੀ ਉਹ ਕਹਿੰਦੇ ਵੀ ਚੋਰੀ ਮਿਹਨਤ ਲਾਉਂਦੇ ਰਹੇ ਤੁਸੀਂ ਵੀ ਇਦਾਂ ਦਾ ਕੋਈ ਮਨ ਚ ਕੀਤਾ ਜਿੱਦਾਂ ਪਹਿਲਾਂ ਤਾਂ ਚੀਟਿੰਗ ਕਰਦੇ ਆ ਕੋਈ ਮਨ ਚ ਬਣਾਇਆ ਬਾਅਦ ਚ ਵੀ ਕੁੜਤਾ ਪਜਾਮਾ ਪਾ ਕੇ ਲੋਕਾਂ ਸਾਹਮਣੇ ਫਿਰੀ ਜਾਣਾ ਪਰ ਆਪਣੀ ਮਿਹਨਤ ਲਾਈ ਹੁੰਦੀ ਸੀ ਇਸ ਤਰ੍ਹਾਂ ਸੀ ਵੀ ਬਾਪੂ ਜੀ ਨੇ ਸਵੇਰੇ ਤੜਕੇ ਠਾ ਲੈਣਾ ਕਹਿੰਦਾ ਯਾਰ ਲੋਕ ਮਿਲਣ ਬਹੁਤ ਆ ਜਾਂਦੇ ਆ ਸਵੇਰੇ ਸਵੇਰੇ ਨਿਬੇੜ ਲਓ ਸਵੇਰੇ ਸਵੇਰੇ ਨਿਬੇੜ ਲੈਣੀ ਲੱਦਣ ਮੇਰੀ ਕੁਸ਼ਤੀਆਂ ਬਹੁਤ ਹੋਈਆਂ ਉਹਨਾਂ ਨਾਲ ਗੱਲ ਉਦੋਂ ਕਰਨ ਦਾ ਇੱਕ ਬਣਿਆ ਸੀ ਸਵਾਬ ਜਿੱਦਾਂ ਉਹ ਉੱਥੇ ਬਾਬਾ ਲਾਡੀ ਸ਼ਾਹ ਦੇ ਜਾਂਦੇ ਉੱਥੇ ਉਹਨਾਂ ਨੇ ਉਹ ਗੱਲ ਦੱਸਦੀ ਕਹਿੰਦੇ ਅਸੀਂ ਬਾਅਦ ਚ ਫਿਰੀ ਜਾਣਾ ਕਹਿੰਦਾ ਲੱਦੜ ਤਾਂ ਮਿਹਨਤ ਲਾਉਂਦਾ ਤਾਂ ਉਹ ਕਹਿੰਦੇ ਚੋਰੀ ਦੀ ਮਿਹਨਤ ਕਹਿ ਦਿੰਦੇ ਆ ਤਾਂ ਤੁਹਾਨੂੰ ਸਵਾਲ ਲਾਉਣ ਨੂੰ ਰਸਤਾ ਹੀ ਹੈ
ਲੱਦੜ ਦਾ ਲੱਦੜ ਨਾਲ ਕਿੰਨੀਆਂ ਘੁਲਾਂ ਦੀ ਘੁਲਾਂ ਹੋਈਆਂ ਤੁਹਾਡੀਆਂ ਲੱਦੜ ਨਾਲ ਮੇਰੀਆਂ ਹੋਈਆਂ ਜੀ ਕਿਉਂਕਿ ਲੱਦੜ ਪੁਲਿਸ ਵੀ ਭਰਤੀ ਹੋ ਗਿਆ ਸੀਗਾ ਅੱਛਾ ਜੀ ਫਿਰ ਸਾਡੀ ਇੰਡੀਆ ਪੁਲਿਸ ਵੀ ਸਾਡੀਆਂ ਹੋਈਆਂ ਠੀਕ ਹੈ ਜੀ ਤੇ ਇੱਕ ਲੱਦੜ ਹੁੰਦਾ ਸੀ ਇੱਕ ਨਿੰਮਾ ਹੁੰਦਾ ਸੀ ਦੁਗਰੀ ਵਾਲਾ ਨਿੰਮਾ ਦੁਗਰੀ ਦਾ ਕਿ ਇੱਕ ਬੋਪਾ ਰਾਏ ਦਾ ਨਹੀਂ ਨਿੰਮਾ ਦੀ ਦੁਗਰੀ ਦਾ ਪੀਜੀਪੀ ਚ ਹੁੰਦਾ ਸੀਗਾ ਅੱਛਾ ਜੀ ਲੰਬਾਈ ਸੀ ਉਹ ਹਾਂ ਤੇ ਇਹ ਦੋ ਤਿੰਨ ਸੁਪਰ ਹਾਈਵੇਟ ਚ ਕੋਈ ਪਲਾਨ ਹੁੰਦੇ ਕਿੰਨੇ ਸੀਗੇ 100 ਕਿਲੋ ਤੋਂ ਉੱਤੇ ਸੁਪਰ ਵੀ ਹੁੰਦਾ ਸੀਗਾ ਤੇ ਥੋੜੇ ਪਲਾਨ ਹੁੰਦੇ ਸੀਗੇ ਜਿਹੜਾ ਉਹ ਨਿੰਮੇ ਦੇ ਅਸੀਂ ਉਹ ਕਰਦੇ ਹਾਂ ਜਿੱਦਾਂ ਸਿਕੰਦਰ ਹੋਣਾ ਟਾਈਮ ਜਿਹੜਾ ਆਉਂਦਾ ਨਿੰਮੋ ਪਲਾਨ ਜਿਹੜਾ ਆਪਣੇ ਗ੍ਰਾਂ ਲਾ ਉਹ ਤਾਂ ਗ੍ਰਾਂ ਵਾਲਾ ਸੀਗਾ ਉਹ ਪੁਲਿਸ ਨਾਲ ਸੀ ਇਹ ਇਹ ਅਸੀਂ ਜਿਹੜੇ ਕਰਤਾਰ ਦੇ ਕੋਲ ਡੁਗਰੀ ਪਿੰਡ ਹੈ ਉੱਥੇ ਦਾ ਸੀ ਉੱਥੇ ਸੀਗਾ ਸਾਡਾ ਠੀਕ ਹੈ ਉਹਨਾਂ ਨਾਲ ਹੋਇਆ ਉਹਨਾਂ ਕੋਲ ਬਹੁਤ ਜੀ ਹਾਂ ਮੈਂ ਹਰਾਈ ਵੀ ਆ ਹਾਂ ਜੀ ਹਾਂ ਤੇ ਇਹ ਪੁਰਾਣੇ ਪੁਲਾਣੇ ਇਹਨਾਂ ਦਾ ਮੈਂ ਨਾਂ ਨਹੀਂ ਲੈਣਾ ਕਿਉਂਕਿ ਵਿਚਾਰੇ ਗੁਜ਼ਰ ਚੁੱਕੇ ਵਾ ਪਰ ਸਾਡੀਆਂ ਕੁਸ਼ਤੀਆਂ ਬਹੁਤ ਹੋਈਆਂ ਹਾਂ ਪਰ ਫਿਰ ਵੀ ਆਪਾਂ ਪਬਲਿਕ ਨੂੰ ਜਿਹੜੀ ਰੋਸਤਮ ਦੀ ਆਵਾਜ਼ ਸੁਣਦੇ ਆ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਸੁਖਵੰਤ ਪਹਿਲਵਾਨ ਨੇ ਕਿੰਨੀਆਂ ਕਿੰਨੀਆਂ ਘੋਲਾਂ ਕੀਤੀਆਂ ਤਾਂ ਤੁਸੀਂ ਆਪਣੀਆਂ ਉਸ ਟਾਈਮ ਦੇ ਜਿਹੜੇ ਮਸ਼ਹੂਰ ਪਹਿਲਵਾਨ ਹੋਰ ਕਿਹੜੇ ਸੀ ਤੁਹਾਡੇ ਲਾਗੇ ਜਿਨ੍ਹਾਂ ਨਾਲ ਘੋਲਾਂ ਹੋਈਆਂ ਹੋਰ ਦੇਖੋ ਜੀ ਪਹਿਲੇ ਕਾਲਜਾਂ ਦੇ ਵਿੱਚ ਤਾਂ ਪਹਿਲਾਂ ਯੂਨੀਵਰਸਿਟੀ ਹੁੰਦੀ ਸੀ ਯੂਨੀਵਰਸਿਟੀ ਜਿੱਤੇ ਫਿਰ ਇੰਟਰ ਯੂਨੀਵਰਸਿਟੀ ਚੰਡੀਗੜ੍ਹ ਹੋਈ ਉਹ ਇੰਟਰ ਯੂਨੀਵਰਸਿਟੀ ਜਿੱਤੀ ਫਿਰ ਯੂਨੀਵਰਸਿਟੀ ਕੋਲਹਾਪੁਰ ਹੋਈ ਫਿਰ ਕੋਲਹਾਪੁਰ ਘੁਲ ਕੇ ਆਏ ਉੱਥੇ ਵੀ ਮੈਂ ਗੋਲਡ ਮੈਡਲ ਜਿੱਤ ਕੇ ਲਿਆਇਆ ਸੋ ਕਾਲਜਾਂ ਤਾਂ ਮੈਂ ਤਕੜਾ ਤਕਰੀਬਨ ਤਕੜਾ ਹੀ ਹੋ ਗਿਆ ਸੀਗਾ ਕਾਲਜਾਂ ਵਿੱਚ ਗੱਦੇ ਤੇ ਪਹਿਲਵਾਨ ਜੀ ਤੁਸੀਂ ਜਿੱਦਾਂ ਸਮਝ ਲਓ ਘੁਲਦੇ ਰਹੇ ਨੇ ਉਸ ਟਾਈਮ ਤੇ ਜ਼ਿਆਦਾ ਮਿੱਟੀ ਚ ਪਹਿਲਵਾਨ ਘੁਲੇ ਆ ਉਹਦਾ ਕਾਰਨ ਇਹ ਹੋਇਆ ਜੀ ਕਿ ਜਦੋਂ ਚੰਡੀਗੜ੍ਹ ਹੋਈ ਨਾ ਸਾਡੀ ਇੰਟਰ ਯੂਨੀਵਰਸਿਟੀ ਤਾਂ ਪਟਿਆਲੇ ਤੋਂ ਈਰਾਨ ਦੇ ਪਹਿਲਵਾਨ ਅਮੀਰ ਹਮੀਦੀ ਆਏ ਹੋਏ ਸੀਗੇ ਠੀਕ ਹੈ ਜੀ ਉਹਨਾਂ ਉਹ ਮੈਨੂੰ ਕਹਿਣ ਲੱਗਿਆ ਵੀ ਮੈਂ ਤੇਰੇ ਡੈਡੀ ਨੂੰ ਮਿਲਣਾ ਚਾਹੁੰਦਾ ਆ ਭਈ ਸੁਖਵੰਤ ਤੈਨੂੰ ਹੁਣੇ ਹੀ ਤੈਨੂੰ ਹਾਲੇ ਗੱਦਾ ਕਸਰ ਘੁਲਣਾ ਨਾ ਸੀ ਉਹਨੂੰ ਗੱਦੇ ਤੇ ਨੰਗੇ ਪੈਰੀ ਘੁਲਣਾ ਪਤਾ ਨਾ ਸੀ ਕਸਟਿਊਮ ਕੀ ਪਾਉਣਾ ਕੱਛਾਂ ਨੇ ਘੁਲ ਲੈਣਾ ਤੇ ਉਹ ਫਿਰ ਮੇਰੇ ਬਾਪੂ ਨੂੰ ਕਹਿਣ ਲੱਗੇ ਵੀ ਇਹ ਸੁਖਵੰਤ ਵਧੀਆ ਬਣ ਸਕਦਾ ਆ ਵੀ ਮਿਸਾਲ ਮੇਰੇ ਕੋਲ ਚੱਲ ਤੇ ਮੈਨੂੰ ਕਹਿੰਦੇ ਚੱਲ ਛੱਡ ਯਾਰ ਤੂੰ ਪੜ੍ਹਾਈ ਇੱਕ ਸਾਲ ਬੰਦ ਕਰ ਲਾ ਇੱਕ ਸਾਲ ਪਟਿਆਲੇ ਚੱਲ ਜਾ ਮੈਂ ਉਹਨੂੰ ਪਟਿਆਲੇ ਚੱਲ ਗਿਆ ਫਿਰ ਮੇਰੀ ਗੱਦੇ ਦੀ ਪ੍ਰੈਕਟਿਸ ਇੰਨੀ ਹੋ ਗਈ ਫਿਰ ਤਾਂ ਮੈਨੂੰ ਫਰਕ ਹੀ ਨਹੀਂ ਪੈਂਦਾ ਮਿੱਟੀ ਤੇ ਗੱਦੇ ਦੀ ਕੋਈ ਉਸ ਟਾਈਮ ਤੁਸੀਂ ਸਰਦਾਰ ਚ ਸੀ ਜਿਹੜਾ ਸਰਦਾਰ ਬਿਲਕੁਲ ਯਾਰ ਹਾਂ ਯਾਰ ਮੈਂ ਫੋਟੋ ਵੀ ਪਿੱਛੇ ਕੋਚ ਨਾਲ ਦੇਖੀ ਹਾਂ ਇਹ ਜਿਹੜੀ ਬਸ ਆਪ ਦੇਖੋ ਨਾ ਦਾੜੀ ਬਣ ਬੜੀ ਹੋਈ ਸੀ ਇਹ ਰਮੀਦੀ ਦੀ ਉਸ ਟਾਈਮ ਤੁਹਾਨੂੰ ਕੀ ਡਿਫਰੈਂਟ ਲੱਗਾ ਜਿੱਦਾਂ ਇਹਨਾਂ ਚ ਉਹਨਾਂ ਦੇ ਮੂਵ ਜਿਹੜੇ ਆਪਾਂ ਕਰਦੇ ਆ ਦਾ ਮਾਰਦੇ ਉਦੋਂ ਤੁਸੀਂ ਪੁੱਠੀ ਉਲਟੀ ਮਾਰਦੇ ਸੀ ਤੁਹਾਨੂੰ ਗੱਦੇ ਤੇ ਕੀ ਤੁਹਾਨੂੰ ਫਰਕ ਲੱਗਾ ਵੀ ਉਹ ਉਲਟੀ ਉੱਥੇ ਚੱਲ ਸਕਦੀ ਹੈ ਕਿ ਤੁਹਾਨੂੰ ਨਵੇਂ ਕੋਈ ਦਾ ਨਹੀਂ ਨਹੀਂ ਗੱਦੇ ਤੇ ਬਹੁਤ ਕੁਝ ਅੱਜ ਨਹੀਂ ਹੁਣ ਤੁਸੀਂ ਸਭ ਤੋਂ ਮਾਰਦੇ ਹੋ ਸਭ ਤੋਂ ਮਾਰਦੇ ਹੋ ਭਾਰਤ ਅੱਜ ਮਾਰਦੇ ਹੋ ਸਾਰੇ ਅਸੀਂ ਉਸ ਵੇਲੇ ਤੋਂ ਸਿੱਖਿਓ ਆ ਰਹੀ ਹੈ ਇਹਦੇ ਪੁਆਇੰਟ ਕਿੰਨੇ ਬਣਦੇ ਜੋ ਜਿਹੜਾ ਲੈ ਕੇ ਰੋਜ਼ ਕਰਦੇ ਆ ਤਾਂ ਉਹਨੂੰ ਬਹੁਤ ਉਸ ਟਾਈਮ ਚੱਲਦੇ ਸੀ ਤਾਂ ਇਹ ਹਾਂ ਚੱਲਦੇ ਸੀ ਬਿਲਕੁਲ 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 ਉਦੋਂ ਇੰਟਰਵਾਸਟੀ ਤੁਸੀਂ ਜਿਹੜੀਆਂ ਘੋਲਾਂ ਹੋਈਆਂ ਤੁਹਾਡੀਆਂ ਉਹ ਮਹਾਰਾਸ਼ਟਰ ਵੱਲੋਂ ਬਹੁਤ ਤਿਆਰੀ ਬਿਲਕੁਲ 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 ਉਧਰਲੇ ਭਲਵਾਨ ਨਾਲ ਕਦੇ ਘੋਲ ਕੋਈ ਹੋਈ ਇੱਦਾਂ ਦੇ ਮੇਰੀ ਯੂਨੀਵਰਸਿਟੀ ਤਾਂ ਹੁੰਦੀਆਂ ਹੁੰਦੀਆਂ ਸੀ ਪਰ ਮੇਰੀ ਉਦਾਂ ਵੀ ਕੋਲਾ ਕੋਈ ਘੋਲ ਨਾਲ ਦੌਲੇ ਤੇ ਮਾਰ ਦਿੰਦੇ ਹਾਂ ਬਿਲਕੁਲ ਬਿਲਕੁਲ ਹਾਂ ਉਹ ਖਾੜੇ ਵਾਲੇ ਬਹੁਤ ਗੱਦੇ ਤੇ ਨਹੀਂ ਕੋਲ ਕਾਮਯਾਬ ਹੁੰਦੇ ਉਹ ਖਾੜੇ ਵਾਲੇ ਭਲਵਾਨ ਸਾਰੇ ਖਾੜੇ ਵਾਲੇ ਭਲਵਾਨ ਮਿੱਟੀ ਚ ਗੱਦੇ ਤੇ ਆ ਕੇ ਤਾਂ ਬਹੁਤ ਸ਼ਰਮ ਤਿਆਰੀ ਸੀ ਉਹਨਾਂ ਦੇ ਘੋਲ ਨਾਲ ਨਹੀਂ ਸੀ ਬਿਲਕੁਲ 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 ਤਿਆਰੀ ਬਹੁਤ ਸੀ ਤਿਆਰੀ ਬਹੁਤ ਸੀ ਹਾਂ ਉਹ ਆਪਣੇ ਉਸ ਟਾਈਮ ਭਲਵਾਨ ਜੀ ਮਿਹਰਦੀਨ ਹੁਣ ਮਿਹਰਦੀਨ ਨਾਲ ਗੱਦੇ ਤੇ ਵੀ ਹੋਈਆਂ ਕੋਈ ਘੋਲਾਂ ਜੀ ਮਿਹਰਦੀਨ ਨੇ ਮੇਰੀ ਪਹਿਲੀ ਕੁਸ਼ਤੀ ਹੋਈ ਹੈ ਜੀ ਕਾਲਾ ਸੰਘੇ ਮੈਂ ਉਦੋਂ ਸਪੋਰਟਸ ਕਾਲਜ ਬੀਏ ਚ ਪੜ੍ਹਦਾ ਸੀਗਾ ਤੇ ਕਾਲਾ ਸਿੰਘ ਛਿੰਝ ਹੋਈ ਤਾਂ ਉਹ ਪੰਚਾਇਤ ਸਾਨੂੰ ਲੈਣ ਆ ਗਈ ਭਈ ਜਾਓ ਤੇ ਮੈਂ ਗਿਆ ਤੇ ਮੇਰੇ ਨਾਲ ਕੋਈ ਬੰਦਾ ਭਲਵਾਨ ਢਾਇਆ ਮੈਂ 5 ਮਿੰਟ 2 ਮਿੰਟ ਢਾਤਾ ਉਹ ਫੜ ਕੇ ਅੱਛਾ ਜੀ 2 ਮਿੰਟਾਂ ਜੀ ਹਾਂਜੀ ਤੇ ਉਹ ਪੰਚਾਇਤ ਵਾਲੇ ਕਹਿੰਦੇ ਯਾਰ ਇਸ ਮੁੰਡੇ ਨੂੰ ਪੜਾਓ ਤਾਂ ਮਿਹਰਦੀਨ ਇਹਦੇ ਨਾਲ ਉਹਦੇ ਨਾਲ ਘੁਲਦਾ ਕੋਈ ਨੀ ਇਹਨੂੰ 1 ਮਿੰਟ 2 ਮਿੰਟ ਢਾ ਕੇ ਆ ਗਿਆ ਯਾਰ ਤੇ ਮੈਂ ਕਿਹਾ ਵੀ ਨਹੀਂ ਮੈਂ ਨੀ ਘੁਲਣਾ ਵੀ ਮੈਨੂੰ ਤਕੜਾ ਆ ਉਹ ਕਹਿੰਦੇ ਵੀ ਤੂੰ 10 ਮਿੰਟ ਤਾਂ ਘੁਲ 10 ਮਿੰਟ ਤੈਨੂੰ ਅਸੀਂ ਕੋਈ ਘੁਲ ਜੋਗਾ ਤਾਂ ਹੋਵੇ ਤੇ 10 ਮਿੰਟ ਵੀ ਕੋਈ ਨੀ ਮੰਨਦਾ ਉਹ ਇੰਨੀਆਂ ਪੁਰਾਣੀਆਂ ਛਿੰਝਾਂ ਨੀ ਉਹ ਵੀ ਕਾਲਾ ਸਿੰਘ ਬਹੁਤ ਪੁਰਾਣੀ ਛਿੰਝ ਬਿਲਕੁਲ ਕੋਈ ਬਿਲਕੁਲ ਬਹੁਤ ਪੁਰਾਣੀ ਛਿੰਝ ਬਹੁਤ ਪੁਰਾਣੀ ਦੇਖੋ ਜੀ ਮੈਂ ਉੱਥੇ ਮੇਰੀ ਜੀ ਨਾਲ ਘੁਲਿਆ 1965 ਦੇ ਵਿੱਚ ਕੀ ਬਾਤ ਹੈ ਪਹਿਲਵਾਨ ਜੀ 1965 ਜੀ ਹਾਂ 1965 ਚ ਹਾਂ ਉਸ ਟਾਈਮ ਤੁਹਾਡਾ ਜਿਹੜਾ ਵਜਨ ਹੈ ਉਹਨਾਂ ਕੁਆਂਟਲ ਤੋਂ ਉੱਪਰ 90-95 ਕਿਲੋ ਸੀਗਾ ਹਾਂਜੀ ਮੇਰੇ ਤਿੰਨ ਦਾ ਵੀ ਨਹੀਂ ਮੇਰੀ ਤਾਂ 22-24 ਸੀ ਅੱਛਾ ਜੀ ਹਾਂ ਅਸੀਂ ਤਿੰਨੇ ਭਰਾ 120 ਤੋਂ ਉੱਤੇ ਰਹੇ ਹਾਂ ਜੀ ਮੈਂ ਮੇਰਾ ਵੀ 120 ਜਦੋਂ ਮੈਂ ਹਿੰਦਕੇ ਸ੍ਰੀ ਪੜ੍ਹਿਆ ਮੇਰਾ ਵੀ 124 ਹੋ ਗਿਆ 124 ਮੇਰੇ ਦਿਨ ਦਾ ਵੀ 124-125 ਚੰਡੀਗ੍ਰਾਮ ਦਾ ਵੀ 120 ਗਿਆ ਆਸ ਪਾਸ ਇੱਦਾਂ ਹਾਂ ਇੱਥੇ ਨਹੀਂ ਹਾਂ ਇੱਕ ਮੱਧ ਪ੍ਰਦੇਸ਼ ਦਾ ਸੀ ਤੇਜ ਸਿੰਘ ਸ਼ਾਇਦ ਤੁਸੀਂ ਸੁਣਿਆ ਹੋਵੇ ਤੇਜ ਸਿੰਘ ਵੀ ਮੇਰੇ ਜਿਹੜੇ 6'3" ਉੱਚਾ ਤੇ ਪੂਰਾ ਜਵਾਨ ਹੋਇਆ ਬਹੁਤ ਤਕੜਾ ਸੀ ਉਹ ਮੱਧ ਪ੍ਰਦੇਸ਼ ਪੁਲਿਸ ਸੀਗਾ ਮੇਰਾ ਉਹ ਟੱਕਰੇ ਪੁਲਿਸ ਆਲ ਇੰਡੀਆ ਪੁਲਿਸ ਸਾਡੇ ਹੁੰਦੇ ਰਹਿੰਦੇ ਸੀ ਉਹਦੇ ਨਾਲ ਚੰਦਗੀਰਾਮ ਨਾਲ ਵੀ ਹੋਈਆਂ ਚੰਦਗੀਰਾਮ ਨਾਲ ਜਦੋਂ ਇੱਥੋਂ ਪਹਿਲੀ ਵਾਰ ਅਸੀਂ ਹਿੰਦ ਕੇਸਰੀ ਕੋਲ ਇਹ ਭਾਰਤ ਕੇਸਰੀ ਕੋਲ ਲਗਾਏ ਆ 1968 ਦੇ ਵਿੱਚ ਤੇ ਸੋਹਣ ਪਹਿਲਵਾਨ ਸਾਡਾ ਟੀਮ ਨਾਲ ਚਾਰ ਸੀ ਮੈਂ ਨਿੰਮਾ ਭਜੀ ਗੇਜਾ ਤੇ ਸਿਕੰਦਰ ਇਹ ਵੀ ਅਸੀਂ ਸਾਰੀ ਇੱਕ ਟੀਮ ਸੀਗੇ ਸਿਕੰਦਰ ਬਿਜਲੀ ਬੋਰਡ ਚ ਸੀਗਾ ਮੇਰੇ ਖਿਆਲ ਬਿਜਲੀ ਬੋਰਡ ਚ ਹਾਂ
ਜਿਹੜਾ ਤੁਸੀਂ ਪਏ ਨੇ ਮੇਰੇ ਹਿਸਾਬ ਨਾਲ ਉਸ ਟਾਈਮ ਦੇ ਪਹਿਲਵਾਨਾਂ ਚੋਂ ਜਿਹੜੇ ਜਿੱਦਾਂ ਇੰਟੈਲੀਜੈਂਟ ਪਹਿਲਵਾਨ ਤੁਹਾਨੂੰ ਗਿਣਿਆ ਜਾਂਦਾ ਜਦੋਂ ਵੀ ਕਿਤੇ ਜਾਣਾ ਅਸੀਂ ਕਿਤੇ ਬਾਹਰ ਘੁੱਟ ਜਾਂਦੇ ਸੀਗੇ ਮੈਂ ਅਸੀਂ ਬਾਹਰ ਮੈਂ ਤੇ ਮੇਰੇ ਦਿਨ ਅਸੀਂ ਦੂਜੀਆਂ ਬਾਹਰਲੇ ਕੰਟਰੀ ਚ ਗਏ ਹਾਂ ਇਕੱਠੇ ਦੁਬਈ ਦੁਬਈ ਯੇ ਉਹ ਇੱਧਰ ਕਤਰ ਹੈ ਇਹਨਾਂ ਦੀਆਂ ਟਿਕਟਾਂ ਭਰਨੀਆਂ ਪਾਸਪੋਰਟ ਲਿਖਣੇ ਯੇ ਸਾਰਾ ਮੈਂ ਹੀ ਕਰਦਾ ਸੀ ਤੁਸੀਂ ਜਿੱਦਾਂ ਪਹਿਲਾਂ ਪੜ੍ਹਨੂੰ ਨਾਲ ਵਧੀਆ ਸੀ ਬਿਲਕੁਲ ਨਾਲ ਪੜ੍ਹਾਈ ਵਧੀਆ ਸੀ ਬਾਪੂ ਜੀ ਦਾ ਸਾਡੇ ਇਹੀ ਸੀ ਨਾ ਵੀ ਪਹਿਲਵਾਨੀ ਵੀ ਕਰਨੀ ਨਾਲ ਪੜ੍ਹਨਾ ਵੀ ਜ਼ਰੂਰੀ ਆ ਜਿਸ ਟਾਈਮ ਰੋਸਤਮੇਂਦ ਬਣੇ ਆ ਪਹਿਲਵਾਨ ਜੀ ਤੁਸੀਂ ਉਸ ਟਾਈਮ ਕਿੰਨੀ ਕੁ ਗਿਣਤੀ ਸੀ ਉਦੋਂ ਪਹਿਲਵਾਨ ਕਿਹੜਾ ਕਿਹੜਾ ਆਇਆ ਉਸ ਦੰਗਲ ਚ ਇਹ ਸਭ ਤੋਂ ਪਹਿਲਾਂ ਜੀ 70 ਚ ਹਿੰਦ ਕੇਸਰੀ ਦਾ ਹੋਇਆ ਕੰਪੀਟੀਸ਼ਨ ਜਦੋਂ ਸਰਦਾਰ ਸੀਗਾ ਠੀਕ ਹੈ ਜੀ ਹਿੰਦ ਕੇਸਰੀ ਦਾ ਕੰਪੀਟੀਸ਼ਨ ਹੋਇਆ ਖਾਨਪੁਰ ਠੀਕ ਹੈ ਜੀ ਤੇ ਆਪਣੇ ਹਿੰਦ ਕੇਸਰੀ ਜਿਹੜੇ ਹਾਂ ਕਾਨਪੁਰ ਦੀ ਇਹ ਕਾਨਪੁਰ ਦੀ ਕਾਨਪੁਰ ਹਾਂਜੀ 1970 ਚ ਹੋਇਆ ਸੀ ਦਸੰਬਰ ਦੇ ਵਿੱਚ ਠੀਕ ਹੈ ਜੀ ਇੱਥੇ ਅਸੀਂ ਆਏ ਜੀ ਕੋਈ 70-72 ਪਹਿਲਵਾਨ ਚੰਡੀਗ੍ਰਾਮ ਵਿੱਚ ਆਇਆ ਸੀਗਾ ਚੰਡੀਗ੍ਰਾਮ ਆਇਆ ਗਣਪਤ ਅੰਦਕਰ ਆਇਆ ਤੇਜ ਸਿੰਘ ਆਇਆ ਦੀਵਾਨ ਸਿੰਘ ਆਇਆ ਇੱਕ ਫਤੂ ਢਿੰਗੇ ਵਾਲਾ ਭਰਾ ਹੁੰਦਾ ਸੀ ਪ੍ਰੀਤਾ ਉਹ ਆਇਆ ਇੱਦਾਂ ਕਈ ਸੀ ਪਹਿਲਵਾਨ ਤੇ 17 ਵਿੱਚ ਉਦੋਂ ਤਾਂ ਨੌਕਾਊਟ ਸਿਸਟਮ ਸੀ 17 ਵਿੱਚੋਂ 35 ਚੋਂ 17 ਚੋਂ 8 ਚਿੱਤ ਕਰਨਾ ਹੁੰਦਾ ਸੀ ਇੱਕ ਪੁਆਇੰਟ ਹੁੰਦੇ ਪਹਿਲੇ 30 ਮਿੰਟ ਚਿੱਤ ਕਰਦੇ ਮੇਰੀ ਸੈਮੀ ਫਾਈਨਲ ਹੋਈ ਜੀ ਤੇਜ ਸਿੰਘ ਦਾ ਠੀਕ ਹੈ ਉਹ ਮੈਂ ਪੁਆਇੰਟ ਦੇ ਰਿਹਾ ਬਤਾਲੀ ਮਿੰਟ ਤਾਂ ਪੁੱਛਿਆ ਗਿਆ ਉਸ ਟਾਈਮ ਤੁਹਾਡੇ ਫਾਦਰ ਹੈਗੇ ਸੀ ਹਾਂਜੀ ਠੀਕ ਹੈ ਕਿੰਨੀ ਖੁਸ਼ੀ ਹੋਈ ਮੇਰੀ ਮਾਤਾ ਨੇ ਕਹਿਣਾ ਭਈ ਮੇਰੀ ਮਾਤਾ ਨੇ ਹਰ ਵੇਲੇ ਰੇਡੀਓ ਆਪਣੇ ਕੋਲ ਰੱਖਣਾ ਰੋਟੀਆਂ ਪਾਉਂਦੀ ਰੋਟੀ ਰੇਡੀਓ ਕੋਲ ਰੱਖਣਾ ਕਹਿੰਦਾ ਪਤਾ ਨੀ ਸੁਣਦੀ ਖੁਸ਼ੀ ਕਿਹੜੇ ਵੇਲੇ ਆ ਜਾਵੇ ਇੱਥੇ ਰੇਡੀਓ ਤੇ ਰੇਡੀਓ ਹੁੰਦਾ ਸੀ ਕੋਲ ਟੀਵੀ ਤਾਂ ਹੀ ਸੀ ਘਰਾਂ ਤੇ ਰੇਡੀਓ ਤੇ ਖਬਰਾਂ ਨੀ ਆਉਂਦੀਆਂ ਸੀ ਚੰਦਗੀਰਾਮ ਕੁਸ਼ਤੀ ਹੋਈ ਆ ਮੈਂ ਚੰਦਗੀਰਾਮ ਤੋਂ ਸੈਮੀ ਫਾਈਨਲ ਚ ਆ ਰਿਹਾ ਸੀ ਉੱਥੇ ਮੈਂ 5-6 ਜਿੱਤੇ ਕੁਸ਼ਤੀਆਂ 5-6 ਜਿੱਤ ਕੇ ਫਾਈਨਲ ਚ ਚੰਦਗੀਰਾਮ ਮੈਨੂੰ ਹਰਾਇਆ ਤੇ ਸੈਮੀ ਫਾਈਨਲ ਚ ਤੇ ਫਾਈਨਲ ਚ ਮੇਰੀ ਜਿਹਨੂੰ ਹਰਾਇਆ ਉਹਨੇ ਉਹ ਕਿਹੜੀ ਸਨ ਦੀ ਸੀਗੀ 69 ਚ 68 ਚ ਨਹੀਂ
ਨਿਮਰ ਤਾਂ ਬਹੁਤ ਹੋਈ ਜੀ, ਨਿਮਰ ਤਾਂ ਇਕੱਠੇ ਜੋ ਇਕੱਠੇ ਭਲਵਾਨ ਨੇ ਕਰਦੇ ਅਸੀਂ ਜੋਰ ਇਕੱਠੇ ਕਰਦੇ ਰਹੇ। ਉਹ ਟਾਈਮ ਫਿਰ ਤੁਹਾਨੂੰ ਜੋਰ ਨਹੀਂ ਸੀ ਮਿਲਦੇ ਜਿਹਦਾ ਫਗਵਾੜੇ ਜਦੋਂ ਨਹੀਂ ਫਗਵਾੜੇ ਕੋਈ ਹੈ ਨਹੀਂ ਸੀ ਮੱਦੀ ਸੀ, ਮੱਦੀ ਕੋਈ ਛੋਟੇ ਛੋਟੇ ਭਲਾਨ ਸ਼ਹਿਰੀ ਭਲਾਨ ਸੀ ਹਾਂ, ਤੇ ਮੈਂ ਉਦੋਂ ਹੋ ਗਿਆ ਸੀ 20-15 ਕਿਲੋ ਵਾਲਾ, ਤੇ ਫਿਰ ਇੱਥੇ ਤਾਂ ਮੈਂ ਨਿੰਮਾ ਤੇ ਕਦੇ ਕਦੇ ਭੱਜੀ ਗਿਆ ਜਾਣਾ ਹੁੰਦਾ ਸੀਗਾ ਤੇ ਰੁਕੀ ਵਾਲਾ ਭੱਜਣਾ, ਹੋਰ ਇੱਦਾਂ 5-7 ਆਲੇ ਵਾਲੇ ਕੋਈ ਹੋਰ ਇਕੱਠੇ ਹੋਏ ਸੀ। ਉਦੋਂ ਸੋਹਣ ਉਦੋਂ ਜਿੱਦਾਂ ਸੋਹਣ ਦੇ ਨਾਲ ਨਾਂ ਦੇ ਨਾਲ ਬੀ ਏ ਜੁੜ ਗਿਆ ਸੀ ਤਾਂ ਉਹ ਉਹਨਾਂ ਦਾ ਵਜਨ ਵੀ ਉਦੋਂ ਭਲਾਂ ਚ ਘੱਟ ਸੀ, ਉਦੋਂ ਉਹ ਜਦੋਂ ਉਹਨਾਂ ਨਾਲ ਜ਼ੋਰ ਉਹ ਤੁਹਾਡੇ ਨਾਲ ਕਰ ਲੈਂਦਾ ਸੀ ਉਦੋਂ ਉਹਨਾਂ ਦੀ ਉਹਨਾਂ ਦੀ ਏਜ ਉਦੋਂ ਕਿੰਨੀ ਸੀ ਜਦੋਂ ਤੁਸੀਂ ਗਏ? ਉਹ ਛੇਤੀ ਪੂਰੇ ਹੋ ਗਏ ਵੈਸੇ। ਅੱਛਾ ਜੀ ਹਾਂ, ਪਰ ਠੀਕ ਸੀ ਉਸ ਵੇਲੇ ਉਹ ਦਾਦੇ ਬੜਾ ਵਜਨ ਉਹਨਾਂ ਨੂੰ ਘਟਾਉਣ ਲਈ ਕਿਹਾ ਤਾਂ ਮਿਹਨਤੀ ਬਹੁਤ ਸੀ, ਬਹੁਤ ਮਿਹਨਤੀ ਸੀ, ਬਹੁਤ ਮਿਹਨਤੀ ਸੀ, ਬਹੁਤ ਮਿਹਨਤ ਕਰਨ ਵਾਲੇ ਉਹਦੀ ਸਭ ਤੋਂ 25-25 ਬੈਠ ਕੇ ਹੱਲੇ ਲਾਉਣੇ, 25-25 ਬੈਠਕਾਂ ਦੇ। ਅੱਛਾ ਜੀ, 25 ਲਾਉਣੇ ਹਲੇ ਐਂ ਕਰਨਾ ਚੱਲ ਚੱਲ ਫਿਰ 25 ਫਿਰ ਕੋਈ 10-25 ਲਵਾ ਕੇ ਪੱਟ ਲੈਣੇ ਫੁੱਟ ਜਾਣੇ, ਤੂੰ ਤੁਰਨਾ ਹੋਣਾ ਪੱਟਾਂ ਦੇ ਨਾਲ ਚੱਕ ਕੇ। ਹਾਂ, ਜਿਹੜਾ ਨਿੰਮੋ ਭਲਵਾਨ ਸੀ ਉਦੋਂ ਉਹਦਾ ਇਕੱਠੇ ਤੁਸੀਂ ਜ਼ੋਰ ਕਰ ਰਹੇ ਫਿਰ ਘੋਲਾ ਫਿਰ ਕਾਂਟਾ ਹੋ ਗਿਆ ਉਹਨਾਂ ਨੇ ਕੋਈ ਮੇਰੀ ਕੋਣ ਕਾਂਟੇ? ਹਾਂ, ਮੱਠਾ ਸੀ ਮੱਠਾ ਸੀ ਤੁਹਾਡੇ। ਹਾਂ, ਸਿਕੰਦਰ ਭਾਉਣੀ ਵੀ ਦੱਸਦੇ ਵੀ ਇਹਨਾਂ ਦਾ ਵੀ ਬਰਾਬਰ ਉਹਨਾਂ ਦੀਆਂ ਆਉਂਦੀਆਂ ਸੀ। ਹਾਂ, ਹੈ ਠੰਡਾ ਠੰਡਾ ਸੀ ਤੇ ਭਾਰਾ ਸੀਗਾ ਉਹਦਾ ਸੀਗਾ ਭਾਰਾ ਪੂਰਾ 125 ਕਿਲੋ ਭਲਵਾਨ। ਮੈਂ ਕਰਦੇ ਸੀ ਛੋਟ ਪਲਾਨ ਨਾਲ ਗਿਆ ਸੀਗਾ ਤੇ ਨਿੰਮੇ ਦੇ ਨਾਨਕੇ ਆ ਜਗਤਪੁਰ ਹਕੀਮਪੁਰ ਦੇ ਨਾਲ ਉੱਥੇ ਕੁਸ਼ਤੀਆਂ ਹੋਈਆਂ ਤੇ ਮੇਰ ਦਿਨ ਪੁਰਾਣ ਨਿੰਮੇ ਨੇ ਟਾ ਗਿਆ। ਉਦੋਂ ਕੋਈ ਸ਼ਰਾਬ ਪੀਣ ਪੂਣ ਦੀ ਵੀ ਗੱਲ ਕੋਈ? ਹਾਂ, ਇੱਦਾਂ ਹੀ ਲੋਕਾਂ ਨੇ ਬਣਾ ਲਈ ਕੋਈ ਪੁਰਾਣੀ ਸ਼ਰਾਬ ਪਲਾਈ ਸੀ, ਪੁਰਾਣ ਸ਼ਰਾਬੀ ਸੀਗਾ ਵੀ ਪੁਰਾਣੀ ਨੀ। ਹੁਣ ਗੱਲ ਇਹ ਆ ਵੀ ਜੇ ਸ਼ਰਾਬ ਹੈ ਤਾਂ ਨਾ ਪੀਓ, ਇਹ ਤਾਂ ਤੁਹਾਡੇ ਉੱਤੇ ਹੈ ਨਾ। ਨਿੰਮੋ ਫਿਰ ਤੁਹਾਨੂੰ ਕਿੱਦਾਂ ਲੱਗਦਾ ਜਦੋਂ ਜ਼ੋਰਾਂ ਚ ਵੱਧ ਪੈਂਦੇ ਸੀ ਤੁਸੀਂ? ਜ਼ੋਰਾਂ ਚ ਮਸਲਾ ਨੀ ਸੀ ਕਹਿੰਦੇ ਉਹਦਾ ਮੱਠਾ ਕੋਲ ਉਦੋਂ ਮੱਠਾ ਸੀ, ਪਰ ਉਦੋਂ ਅਸੀਂ ਇਕੱਠੇ 2-3 ਮਹੀਨੇ ਜ਼ੋਰ ਕੀਤਾ ਕਰਕੇ ਦਮ ਬਣ ਗਿਆ ਸੀ ਇਹ ਵੀ ਇਹ ਥੱਕਦਾ ਨਾ ਸੀ, ਉਹ 20-25 ਮਿੰਟ ਥੱਕਦਾ ਨਾ ਸੀ। ਹਾਂਜੀ, ਕੋਈ ਇੱਦਾਂ ਦੀ ਸ਼ਰਾਬ ਵਾਲੀ ਗੱਲ ਨੀ ਵੀ ਨਹੀਂ ਨਹੀਂ ਉਹਨੂੰ ਕਹਿੰਦੇ ਸ਼ਰਾਬ ਰਾਤ ਨੂੰ ਪਿਲਾਉਂਦੇ ਤੇ ਸਵੇਰ ਨੂੰ ਉੱਠ ਕੇ ਨਿੰਮੋ ਕਹਿੰਦੇ ਮੂਹਰੇ ਹੋ ਗਏ। ਬਿਲਕੁਲ ਉਹ ਝੂਠ ਵੀ ਜਾਣੀ ਗਲਤ ਤੁਸੀਂ ਪਹਿਲਵਾਨ ਜੀ ਉਦੋਂ ਤੁਹਾਡੇ ਨਾਲ ਉਹ ਦੱਸਦੇ ਪਏ ਵੀ ਪੁਰਾਣੇ ਭਲਾਨ ਉਹ ਪੀ ਲੈਂਦੇ ਖਾ ਪੀ ਲੈਂਦੇ, ਤੁਸੀਂ ਕੋਈ ਨਾਲ ਨਸ਼ਾ ਜਾਂ ਕੋਈ ਚੀਜ਼ ਦਿੱਤੀ? ਬਸ ਪਤਾ ਨੀ ਸ਼ੁਰੂ ਤੋਂ ਕੁਛ, ਕਿਉਂਕਿ ਮੇਰ ਦਿਨ ਨੂੰ ਵੀ ਦੱਸਦੇ ਵੀ ਉਹ ਟਾਈਮ ਮੁਰਗੇ ਸ਼ਰਾਬ ਪੂਰੀ ਪੀ ਲੈਂਦੇ ਸੀ, ਤੁਸੀਂ ਨੀ ਏਦਾਂ? ਨਹੀਂ ਬਿਲਕੁਲ ਨੀ, ਮੈਂ ਤਾਂ ਪਹਿਲਾਂ ਨੌਕਰੀ ਤੋਂ ਆਪਣੀ ਸਰਵਿਸ ਸ਼ੁਰੂ ਕੀਤੀ ਹੈ। ਸਰਵਿਸ ਸ਼ੁਰੂ ਕੀਤੀ ਹੈ, ਬਹੁਤ ਪਹਿਲ ਉੱਥੋਂ ਦੀ ਸਾਡੇ ਨਾਲ ਇੱਦਾਂ ਜੁੜੇ ਰਹਿਣਾ ਪਹਿਲਵਾਨ ਦਾ, ਉਹਨਾਂ ਤੋਂ ਬਹੁਤ ਗੱਲਾਂ ਕਢਾਉਣੀਆਂ। ਪਹਿਲਵਾਨ ਜੀ ਤੁਸੀਂ ਫਿਰ ਜੋਬ ਕਿਹੜੇ ਸਮ ਚ ਲੈ ਲਏ? ਹਾਂ, ਜੋਬ ਜੀ ਜਿਸ ਵੇਲੇ ਮੈਂ ਹਿੰਦ ਕੇਸਰੀ ਘੁੜਿਆ ਨਾ, ਅਸੀਂ ਭਾਰਤ ਕੇਸਰੀ ਘੁੜ ਗਏ ਪਹਿਲੀ ਵੇਰ। ਹਾਂਜੀ, ਜਦੋਂ ਤੁਹਾਨੂੰ ਦੱਸਿਆ ਬਈ ਅਸੀਂ ਮਿਰਜ਼ਾ ਦੀਰਾਂ ਨਾਲ ਕੁਸ਼ਤੀ ਹੁੰਦੀ ਆ ਤੇ ਸੈਮੀਫਾਈਨਲ ਤੱਕ ਮੈਂ ਪਹੁੰਚ ਗਿਆ ਤੇ ਮੈਂ ਉੱਥੇ ਦਿੱਲੀ ਪੁਲਿਸ ਦੇ ਤੇ ਸੀ ਆਰ ਪੀ ਦੇ ਭਲਵਾਨ ਕਈ ਢਾਏ 3-4 ਪਹਿਲਾਂ, ਕਿਉਂਕਿ 6ਵੀਂ ਕੁਸ਼ਤੀ ਮੈਂ ਚੰਦਗੀਰ ਤੋਂ ਹਰਿਆ। ਉਦੋਂ 500 ਰੁਪਏ ਕੁਸ਼ਤੀ ਦਾ ਮਿਲਦਾ ਹੁੰਦਾ ਸੀਗਾ ਉਸ ਵੇਲੇ, 500 ਰੁਪਏ ਕੁਸ਼ਤੀ, ਚਾਹੇ ਜਿੱਤੋ ਚਾਹੇ ਹਾਰੋ, ਬਹੁਤ ਸੀ, ਸਾਨੂੰ ਬਹੁਤ ਲੱਗਦਾ ਸੀ ਜੀ ਉਸ ਟਾਈਮ। 500 ਰੁਪਏ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ ਸੀ 1967 ਦੇ ਵਿੱਚ। ਤੁਸੀਂ ਵੀ ਕਦੇ ਗਏ ਆ ਜਿੱਦਾਂ ਦਾਰਾ ਸਿੰਘ ਹੋਣਾ ਵੱਲੋਂ ਜਿੱਦਾਂ ਮੇਰ ਦੀਨ ਕਹਿੰਦੇ ਜਦੋਂ ਪੈਸੇ ਮੁੱਕ ਜਾਂਦੇ ਉਹਨਾਂ ਦੇ ਚੱਬਾਂ ਨੂੰ ਚੱਲ ਜਾਂਦੇ ਇਹਨੂੰ 1000 ਰੁਪਏ ਦੇ ਕੇ ਘੋਲਦੇ ਹੁੰਦੇ ਸੀ? ਮੈਂ ਉਸ ਪੁਲਿਸ ਅਫਸਰ ਬਣ ਗਿਆ ਸੀ, ਮੈਂ ਥੋੜੀ ਥੋੜੀ ਜਿਹੀ ਗੱਲ ਪਿੱਛੇ ਰਹਿੰਦਾ ਹੁੰਦਾ ਵੀ ਨਹੀਂ ਕਰਦੀ ਹੈ, ਕਿਉਂਕਿ ਉਦੋਂ ਇਹ ਦੱਸਦੇ ਹੁੰਦੇ ਵੀ ਇਹਨਾਂ ਨੂੰ ਜਾ ਕੇ ਖੱਪ ਪਾਉਣ ਲੱਗ ਜਾਣਾ, ਉਹਨਾਂ ਨੇ ਬੈਠਿਆਂ ਨੇ ਇਹਨਾਂ ਨੂੰ ਪੈਸੇ ਦੇ ਦੇਣੇ ਆ ਵੀ ਇਹਨਾਂ ਨੂੰ 1000 ਰੁਪਇਆ ਬਹੁਤ ਹੋ ਜਾਂਦਾ ਸੀ। ਸਹੀ ਗੱਲ ਹੈ, ਤਾਂ ਕਿਉਂਕਿ ਜਿਹੜੇ ਰੀਜਨਲ ਭਲਵਾਨ ਆ ਜਿੱਦਾਂ ਹੁਣ ਖਲੀ ਹੋਇਆ ਜਾਂ ਹੋਰ ਆ, ਜਿਹੜੇ ਰੀਜਨਲ ਭਲਵਾਨ ਹੋਏ ਆ ਉਦੋਂ ਦਾਰਾ ਸਿੰਘ ਜੀ ਹੋਣੇ ਉਹ ਕੋਲ ਲੜਦੇ ਸੀ, ਜਿਹੜੇ ਰੋਸਤਮਾ ਦੇ ਰੋਸਤਮ ਹੈ ਇਹ ਪੁਰਾਣੇ ਅਸੀਂ ਤੁਹਾਨੂੰ ਬੁਲਾਉਂਦੇ ਹਾਂ ਵੀ ਇਹਨਾਂ ਤੋਂ ਇਹ ਗੱਲਾਂ ਜਾਣਨ ਨੂੰ ਮਿਲਦੀਆਂ। ਤਾਂ ਪਹਿਲਵਾਨ ਜੀ ਰੋਸਤਮ ਦੀ ਆਵਾਜ਼ 'ਚ ਆਪਾਂ ਸਾਰੀਆਂ ਤੁਹਾਡੀਆਂ ਗੱਲਾਂ ਕਰਾਉਣੀਆਂ, ਤਾਂ ਤੁਸੀਂ ਮੈਰਿਜ ਕਿਹੜੇ ਸਨ 'ਚ ਕਰਾ ਲਏ ਫਿਰ? ਜਿੱਦਾਂ ਮੈਰਿਜ ਜੀ ਮੇਰੀ ਹੋ ਗਈ 67 ਦੇ ਵਿੱਚ, ਜਲਦੀ ਹੋ ਗਈ ਸੀ ਮੇਰੀ ਮੈਰਿਜ। ਨਹੀਂ ਬਜ਼ੁਰਗਾਂ ਦੀ ਸੀ, ਸਾਡੇ ਵੀ ਵਾਰ ਚ ਜ਼ਮੀਨ ਸੀਗੀ ਇਹਨਾਂ ਦੇ, ਮੇਰੇ ਸਹੁਰੇ ਪਰਿਵਾਰ ਦੇ ਵੀ ਵਾਰ ਚ ਜ਼ਮੀਨ ਸੀਗੀ, ਇੱਕ ਦੂਜੇ ਨੂੰ ਉੱਥੋਂ ਜਾਣਦੇ ਸੀਗੇ ਤੇ ਇਸ ਕਰਕੇ ਸਾਡਾ ਰਿਸ਼ਤਾ ਹੋ ਗਿਆ। ਦੂਸਰਾ ਥੋੜੀ ਜਿਹੀ ਮੇਰੀ ਬੀਬੀ ਮਾਤਾ ਮੇਰੀ ਥੋੜੀ ਢਿੱਲੀ ਰਹਿੰਦੀ ਸੀਗੀ ਤੇ ਵੱਡਾ ਮੈਂ ਹੀ ਸੀਗਾ, ਮੇਰਾ ਵਿਆਹ ਫਿਰ ਜਲਦੀ ਹੋ ਗਿਆ ਸੀਗਾ। ਜਲਦੀ ਹੋ ਗਿਆ। ਕਿੰਨੇ ਬੱਚੇ ਤੁਹਾਡੇ? ਮੇਰੇ 3 ਬੇਟੀਆਂ ਹੈ ਜੀ, ਇੱਕ ਬੇਟਾ ਆ ਤੇ ਉਹ ਬੇਟਾ ਇੱਥੇ ਪੁਲਿਸ ਵਿੱਚ ਆ ਤੇ ਇੱਕ ਬੇਟੀ ਵੀ ਇੱਥੇ ਪੁਲਿਸ ਵਿੱਚ ਆ। ਕੀ ਬਾਤ ਹੈ, ਸੋ ਬਹੁਤ ਵਧੀਆ ਜੀ। ਹਾਂ, ਆਪਾਂ ਗੱਲ ਕਰ ਰਹੇ ਸੀਗੇ ਭਰਤੀ ਹੋਣ ਵਾਸਤੇ। ਹਾਂਜੀ ਹਾਂਜੀ,
ਤੇ ਮੈਂ ਉੱਥੇ ਜਦੋਂ ਸੀ ਆਰ ਪੀ ਦੇ ਦਿੱਲੀ ਪੁਲਿਸ ਦੇ ਪਹਿਲਵਾਨ ਆਏ ਤੇ ਮੈਨੂੰ ਦੋਨੇ ਮਹਿਕਮੇ ਭਰਤੀ ਕਰਨ ਨੂੰ ਤਿਆਰ ਹੋ ਗਿਆ। ਠੀਕ ਹੈ ਜੀ। ਦਿੱਲੀ ਪੁਲਿਸ ਵਾਲੇ ਕਹਿੰਦੇ ਤੂੰ ਸਾਡੇ ਕੋਲ ਆ ਜਾ ਤੇ ਸੀ ਆਰ ਪੀ ਵਾਲੇ ਕਹਿੰਦੇ ਸਾਡੇ ਕੋਲ ਆ ਜਾ ਤੇ ਮੇਰੇ ਪਿਤਾ ਜੀ ਪੁਲਿਸ ਵਿੱਚ, ਮੇਰੇ ਚਾਚਾ ਪੁਲਿਸ ਵਿੱਚ, ਤੇ ਇਸ ਕਰਕੇ ਮੇਰੇ ਬਲੱਡ 'ਚ ਵੀ ਪੁਲਿਸ ਦਾ ਜ਼ਿਆਦਾ ਸੀਗਾ ਵੀ ਜੇ ਨੌਕਰੀ ਕਰਨੀ ਤਾਂ ਪੁਲਿਸ ਦੀ ਕਰਨੀ ਆ। ਫਿਰ ਮੈਨੂੰ ਦੂਜਾ ਇਹ ਪਤਾ ਸੀ ਵੀ ਯੂਨੀਫਾਰਮ ਪਾ ਕੇ ਬੰਦੇ ਦਾ ਟੌਰ ਟੱਪਾ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਆ, ਇਸ ਕਰਕੇ ਸੀ। ਉਸ ਟਾਈਮ ਕਿਹੜੇ ਰੈਂਕ ਤੇ ਤੁਸੀਂ? ਮੈਂ ਜੀ ਇੰਸਪੈਕਟਰ ਭਰਤੀ ਹੋਇਆ ਸੀਗਾ ਡਾਇਰੈਕਟ। ਹਾਂ, ਸੀ ਆਰ ਪੀ ਖੇਡਾਂ ਸਪੋਰਟਸ ਦੇ ਵਿੱਚ ਇੱਕ ਮੈਂ ਹੀ ਉਹ ਪਹਿਲਾ ਖਿਡਾਰੀ ਸੀ ਜਿਹਨੂੰ ਐਜ ਇੰਸਪੈਕਟਰ ਲਿਆ ਸਿੱਧਾ। ਹਾਂ, ਜਿੱਦਾਂ ਲੱਗਦਾ ਅੱਜ ਤੱਕ ਇੰਸਪੈਕਟਰ ਕੋਈ ਨਾ ਸੀ ਹੈ, ਮੇਰੇ ਤੋਂ ਬਾਅਦ ਫਿਰ ਹੁਣ ਸ਼ੁਰੂ ਹੋ ਗਿਆ। ਉਸ ਟਾਈਮ ਪਹਿਲਾਂ ਤੁਹਾਡੇ ਨਾਲ ਦੇ ਜਿੰਨੇ ਪਹਿਲੇ ਵੀ ਦੇਖੇ ਹੋਰ ਵੀ ਦੇਖੇ ਉਹਨਾਂ 'ਚੋਂ ਮੇਰੇ ਹਿਸਾਬ ਨਾਲ ਕੋਈ ਸੈਟਲ ਘਲਵਾਉਣਾ ਹੈ ਨਹੀਂ ਸੀ। ਨਹੀਂ, ਮੇਰੇ ਦਿਨ ਲੈ ਲਓ ਨਹੀਂ ਨਹੀਂ ਇਹਨਾਂ 'ਚ ਜੋ ਅਸੀਂ ਦੇਖਦੇ ਹਾਂ ਤੁਹਾਨੂੰ ਅਸੀਂ ਬਾਅਦ 'ਚ ਵੀ ਗੱਲਾਂ ਸੁਣਦੇ ਹੁੰਦੇ ਅਸੀਂ ਬਹੁਤ ਠੰਡੇ ਸੁਭਾਅ ਦੇ ਆ। ਤੁਸੀਂ ਜਿਹੜਾ ਉਹ ਅੱਤਵਾਦ ਦਾ ਵੀ ਸਮਾਂ ਨਿਘਾਇਆ ਉਦੋਂ ਵੀ ਜਿਹੜੇ ਤੁਹਾਨੂੰ ਬਹੁਤ ਪਿਆਰ ਕਰਦੇ ਤੁਹਾਨੂੰ ਕੋਈ ਇੱਦਾਂ ਦੀ ਦਿੱਕਤ ਤਾਂ ਨਹੀਂ ਉਸ ਟਾਈਮ ਵੀ ਆਈ? ਦੇਖੋ ਜੀ, ਇਸ ਤਰ੍ਹਾਂ ਸੀ ਕਿ ਜਿਹੜੀ ਪੁਲਿਸ ਵਾਲਿਆਂ ਦੀ ਬਹੁਤੀ ਕਮੀਆਂ ਹੁੰਦੀਆਂ ਨਾ, ਸ਼ਰਾਬ ਪੀਣੀ ਜਾਂ ਪੈਸੇ ਲੈਣੇ, ਇਹ ਮੇਰੇ ਲੱਗੇ ਕਿ ਕਮੀਆਂ ਮੇਰੇ ਸਹਿਣ ਸੀ। ਉਹ ਟਾਈਮ ਸਮਾਂ ਤੁਸੀਂ ਉਦੋਂ ਪਤਾ, ਮੈਂ ਤਾਂ ਤੁਸੀਂ ਕਹਿੰਦੇ ਹੁੰਦੇ ਸੀ ਸਿੱਧੇ ਰਾਹ। ਹਾਂ, ਮੇਰਾ ਤਾਂ ਇੱਕੋ ਹੁੰਦਾ ਸੀ ਕਿ ਮੈਂ ਆਪਣੇ, ਕਿਉਂਕਿ ਮੇਰੀ ਪੋਸਟਿੰਗ ਹੋਈ ਸੀ ਨਕੋਦਰ। ਹਾਂਜੀ, ਨਕੋਦਰ ਮੇਰਾ ਆਪਣਾ ਇਲਾਕਾ ਸੀਗਾ, ਮੇਰੇ ਪਿੰਡ ਦੇ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਆਲੇ ਦੁਆਲੇ ਬਹੁਤ ਕੁਝ ਜਾਣਦੇ ਸੀਗੇ, ਘੁਲਿਆ ਵੀ ਸੀਗਾ ਮੈਂ ਉੱਥੇ, ਤੇ ਇਸ ਕਰਕੇ ਮੈਂ ਉੱਥੇ ਨਾ ਤਾਂ ਕੋਈ ਕਿਸੇ ਤੋਂ ਪੈਸਾ ਮੰਗਦਾ ਸੀ, ਨਾ ਮੈਂ ਕਿਸੇ ਨੂੰ ਨਜਾਇਜ਼ ਤੰਗ ਕਰਦਾ ਸੀਗਾ। ਮੇਰਾ ਇੱਕੋ ਏਮ ਹੁੰਦਾ ਸੀ ਕਿ ਇਹਨਾਂ ਨੂੰ ਠੀਕ ਕਰਨਾ, ਬੱਚਿਆਂ ਨੂੰ ਸਮਝਾਉਣਾ ਹੈ ਮੁੰਡਿਆਂ ਨੂੰ ਵੀ ਨਹੀਂ ਬੇਟਾ ਆਹ ਇਹ ਕੰਮ ਗਲਤ ਆ, ਵੀ ਨਹੀਂ ਜੇ ਕੋਈ ਤੁਹਾਨੂੰ ਤੰਗ ਕਰਦਾ ਤਾਂ ਮੈਨੂੰ ਦੱਸੋ। ਪਹਿਲਵਾਨ ਕੋਲੋਂ ਦੱਸ ਦਿੰਦੇ ਵੀ ਅਸੀਂ ਰਾਤ ਨੂੰ ਕਿਤੇ ਨਿਕਲ ਵੀ ਰਹੇ, ਪਹਿਲਵਾਨ ਉਹਨਾਂ ਨੇ ਆਪਣੀ ਗੱਡੀ 'ਚ ਬਿਠਾ ਕੇ ਸਾਨੂੰ ਫਿਰ ਅਸੀਂ ਉੱਥੇ ਜੋਗਿੰਦਰ ਭੁਲਾਣ ਉੱਥੇ ਹੁੰਦਾ ਸੀ ਵਿਹਲਾ ਫਿਰਦਾ, ਇਹਨੂੰ ਇਹਨਾਂ ਨੂੰ ਖਾੜਾ ਖੋਲ ਤਾਂ ਮੈਂ ਆਪਣੇ ਸੀ ਆਰ ਪੀ ਦੇ ਭੁਲਾਣ ਵੀ ਉੱਥੇ ਲਿਆ ਤੇ ਮੈਨੂੰ ਨਕੋਦਰ ਦੇ ਵੀ ਪੰਜ ਚਾਰ ਮੁੰਡੇ ਇਕੱਠੇ ਕਰ ਲਏ, ਅਸੀਂ ਉੱਥੇ ਬਗੀਚੀ 'ਚ ਖਾੜਾ ਬਣਾ ਲਿਆ ਇਹਨਾਂ ਤੇ ਇਹਨਾਂ ਨੂੰ ਇਹਨਾਂ ਦੇ ਕਰਾਈ ਜਾਣਾ ਉੱਥੇ। ਆ ਜੋਗਿੰਦਰ ਨਾਲ ਜਿਹੜੀਆਂ ਘੋਲਾਂ ਹੋਈਆਂ ਤੁਹਾਡੀਆਂ ਬਰਾਬਰ ਵੀ ਹੋਈਆਂ ਕਿ ਜ਼ਿਆਦਾ ਚਿੱਤ ਕੀਤੇ? ਨਹੀਂ, ਬਰਾਬਰ ਵੀ ਹੋਈ, ਬਰਾਬਰ ਜੋ ਮੈਂ ਪੜ੍ਹਦਾ ਹੁੰਦਾ ਸੀ ਉਦੋਂ ਬਰਾਬਰ ਹੋਈਆਂ, ਜਦੋਂ ਪੁਲਿਸ ਚੜ੍ਹ ਕੇ ਫਿਰ ਮੈਨੂੰ ਰੋਣ ਲੱਗ ਪਿਆ, ਕਿਉਂਕਿ ਪੀ ਏ ਪੀ ਵਾਲਿਆਂ ਦਾ ਬਹੁਤਾ ਡਿਸਪਲਿਨ ਨਹੀਂ ਨਾ ਸੀ ਆਏ, ਤੇ ਕਰਦੇ ਕੁਰਦੇ ਘੱਟ ਸੀਗੇ ਤੇ ਘੁੰਮਦੇ ਫਿਰਦੇ ਦਾਰੂ ਦੂ ਪੀਂਦੇ ਆਇਆ ਨਹੀਂ ਹੁੰਦੇ ਸੀਗੇ। ਉਹ ਟਾਈਮ ਦੇ ਭਲਵਾਨ ਜੀ ਜਿੰਨੇ ਵੀ ਅਸੀਂ ਬਾਅਦ ਚ ਵੀ ਭਲਵਾਨ ਦੇਖਿਆ ਸਾਰੇ ਨਸ਼ਾ ਜ਼ਰੂਰ ਕਰਦੇ, ਸ਼ਰਾਬ ਉਹਨਾਂ ਨੇ ਪੀਤੀ ਆ ਥੋੜ੍ਹੀ ਇਹਨਾਂ ਨੂੰ ਸੀ। ਜਿੱਦਾਂ ਤੁਹਾਡੇ ਮਨ ਚ ਕਿੱਦਾਂ ਇੱਦਾਂ ਪਹਿਲਾਂ ਤੋਂ ਖਿਆਲ ਤੁਸੀਂ ਇੱਧਰ ਨੂੰ ਹੋਏ ਨੇ? ਪਤਾ ਨਹੀਂ ਸੀ ਮੈਨੂੰ, ਮੈਨੂੰ ਆਪ ਹੀ ਸਮਝੋ ਕਿ ਮੈਨੂੰ ਕਿਸੇ ਨੂੰ ਮਨਾ ਤਾਂ ਕੀਤਾ ਨਹੀਂ ਹੈ ਭਾਈ ਵੀ ਨਹੀਂ ਪੀਣੀ ਹੈ, ਪਰ ਉਹ ਸੀ ਵੀ ਨਹੀਂ ਯਾਰ ਇਹ ਕੁਛ ਨਹੀਂ ਹੈ ਵੀ ਆ ਆਪਣੇ। ਤੁਸੀਂ ਬੱਚੇ ਸਮਾਂ ਦੱਸੇ, ਤਿੰਨ ਕੁੜੀਆਂ ਇੱਕ ਲੜਕਾ, ਤੁਹਾਡੇ ਮਨ ਚ ਕਦੇ ਖਿਆਲ ਆਇਆ ਨੀ ਵੀ ਮੈਂ ਇਹਨਾਂ ਨੂੰ ਵੀ ਗੇਮ ਚ ਪਾਉਣਾ ਜਿੱਦਾਂ ਉਹ ਹੁਣ ਪੁਲਿਸ ਚ ਹੋਏ? ਬਿਲਕੁਲ, ਉਹਦਾ ਕਾਰਨ ਇਹ ਸੀ ਮੈਂ ਚਾਹੁੰਦਾ ਸੀ, ਮੇਰੀ ਵਾਈਫ ਬਹੁਤ ਚਾਹੁੰਦੀ ਸੀਗੀ ਭਈ ਮੁੰਡੇ ਨੂੰ ਭੁਲਾਣੀ ਚ ਪਾਉਣਾ ਆ, ਪਰ ਮੈਨੂੰ ਇਹ ਪਤਾ ਸੀ ਕਿ ਜਿੰਨਾ ਮੇਰੇ ਬਾਪ ਨੇ ਮੇਰੇ ਲਈ ਕੀਤਾ ਮੈਂ ਕਹਾ ਉਹਨਾਂ ਕਰ ਨਹੀਂ ਸਕਦਾ, ਇਹਦੇ ਵਾਸਤੇ ਬਹੁਤ ਮਿਹਨਤ ਚਾਹੀਦੀ ਆ। ਮੇਰੇ ਬਾਪ ਨੇ ਤਾਂ ਮੈਨੂੰ ਤੜਕੇ ਉੱਠ ਕੇ ਉਠਾਲਣਾ, ਮੇਰੀ ਸਰਦਾਈ ਰਗੜਨੀ, ਮੇਰੀ ਮਾਲਿਸ਼ ਕਰਨੀ, ਹੈਂ ਮੈਨੂੰ ਝਟਕਣਾ ਵੀ ਤੇ ਮੈਨੂੰ ਹੱਲਾਸ਼ੇਰੀ ਵੀ ਦੇਣੀ। ਅੱਛਾ, ਮੈਂ ਨੌਕਰੀ 'ਚ ਕਰਕੇ ਮੈਂ ਇਹਨੇ ਇਸ ਆਪਣੇ ਬੇਟੇ ਨੂੰ ਇੰਨਾ ਅਟੈਂਡ ਨਹੀਂ ਕਰ ਸਕਦਾ ਸੀਗਾ। ਠੀਕ ਹੈ। ਦੂਸਰਾ ਕੁਛ ਉਸ ਵੇਲੇ ਹਾਲਾਤ ਅੱਤਵਾਦ ਦੇ ਸ਼ੁਰੂ ਹੋ ਗਿਆ, ਕੱਲਾ ਕਿਤੇ ਭੇਜਣਾ ਫਿਰ ਪਚਾਸੀ ਛਿਆਸੀ ਸ਼ੁਰੂ ਹੋ ਗਿਆ ਸੀ। ਹਾਂ, ਇਹਦਾ 82 ਜਨਮ ਹੈ ਇਹਦਾ। ਹਾਂ, ਤੇ ਉਸ ਵੇਲੇ 90 'ਚ 7-8 ਸਾਲ ਦਾ ਸੀਗਾ, ਪਾਉਣ ਵਾਲਾ ਉਸ ਵੇਲੇ ਸੀ। ਫਿਰ ਉਸ ਵੇਲੇ ਫਿਰ ਕੋਈ ਨੀ, ਮੈਂ ਤਾਂ ਕਦੇ ਕਿਤੇ ਹੁੰਦਾ ਸੀ, ਕਦੇ ਦਿੱਲੀ 'ਚ ਆ, ਕਦੇ ਜੰਮੂ ਆ, ਕਦੇ ਕਿਤੇ ਆ। ਫਿਰ ਤੁਸੀਂ ਫੈਮਿਲੀ ਨਾਲੇ ਨਹੀਂ? ਅਸੀਂ ਦਿੱਲੀ, ਮੈਨੂੰ ਮੈਂ ਜਦੋਂ ਹਿੰਕੇ ਸੀ ਬਣਿਆ ਤੇ ਮੈਨੂੰ 500 ਗਜ ਦਾ ਪਲਾਟ ਆਰਾਮ ਤੋਂ ਮਿਲਿਆ ਸੀਗਾ। ਉੱਥੇ ਅਸੀਂ ਛੋਟਾ ਜਿਹਾ ਘਰ ਆਪਣਾ ਆਪ ਬਣਾ ਲਿਆ ਤੇ ਸਾਰੇ ਉੱਥੇ ਰਹੇ ਆ, ਦਿੱਲੀ 'ਚ ਰਹੇ, ਦਿੱਲੀ 'ਚ ਰਹੇ ਆ। ਅਸੀਂ 30 ਸਾਲ ਦਿੱਲੀ 'ਚ ਰਹੇ ਆ। ਮੇਰੀ ਜਦੋਂ ਮੇਰੀ ਸੰਤੋਖਿਆ ਕੁਸ਼ਤੀ ਹੋਈ ਪਿੰਡ 'ਚ ਬੜੀ ਤਕੜੀ, ਸਾਡੀ ਕੁਸ਼ਤੀ ਕਰਾਈ ਤੇ ਬਹੁਤ ਵਧੀਆ ਕੁਸ਼ਤੀ ਸਾਡੀ।
ਜੱਸੇ ਪੱਟੀ ਦੇ ਜਿਹੜੇ ਡੈਡੀ ਸ਼ਿੱਦਾ ਪੱਟੀ ਉਹ ਉਹਨਾਂ ਦੇ ਉਸਤਾਦ ਦੀ ਗੱਲ ਕਰਦੇ ਉਹਨਾਂ ਨਾਲ ਇਹਨਾਂ ਦੀ ਘੋਲ ਹੋਈ ਆ ਫਿਲਮਾਂ ਉਹਨਾਂ ਦੀ ਇੱਕ ਰੀਜਨ ਵਧੀਆ ਦਿੱਲੀਆਂ ਵੀ ਕਈ ਹੋਈਆਂ ਬਈ ਉਹਦਾ ਫਿਰ ਕਹਿੰਦੇ ਬਾਂਹ ਉਦੋਂ ਵੀ ਦੱਸਦੇ ਵੀ ਬਾਂਹ ਨਾਲ ਲੈ ਕੇ ਤੁਰ ਪੈ ਜਾਂਦਾ ਬੱਸ ਚ ਬਾਂਹ ਫੜੀ ਉਹ ਬਈ ਬਹੁਤ ਬਸ ਬੈਠਾ ਸੀ ਉਹ ਤੋਂ ਬਾਂਹ ਨਾਲ ਲੱਗੀ ਬਾਂਹ ਲੈ ਗਈ ਨਾਲ ਬਾਅਦ ਚ ਉਹ ਕਹਿੰਦੇ ਚੱਕ ਕੇ ਉਹ ਕਹਿੰਦੇ ਜੁੜ ਸਕਦੀ ਆ ਕਿ ਨਹੀਂ ਤੁਹਾਡਾ ਫਿਰ ਭਲਵਾਨੀ ਪਰ ਪਿੱਛੇ ਨੂੰ ਹਟਣ ਦਾ ਕੀ ਕਾਰਨ ਹੋਇਆ ਉਹ ਤਾਂ ਕਾਰਨ ਇੱਕ ਤਾਂ ਇਹ ਹੋਇਆ ਜੀ ਕਿ ਮੈਂ ਅਫਸਰ ਵੱਡਾ ਬਣ ਗਿਆ ਮੈਂ ਐਸ ਪੀ ਬਣ ਗਿਆ ਠੀਕ ਹੈ ਜੀ ਅਤੇ ਸਾਰੇ ਫਿਰ ਮੈਨੂੰ ਅਫਸਰ ਕਹਿਣ ਲੱਗ ਪਏ ਬਈ ਐਸ ਪੀ ਬਣ ਕੇ ਜੇ ਕਿਸੇ ਢਹੇਗਾ ਅਤੇ ਉਹ ਅੱਛਾ ਨਹੀਂ ਲੱਗਦਾ ਹੈ ਠੀਕ ਹੈ ਜੀ ਇਹ ਖਾਸ ਕਰ ਬੋਕਸਿੰਗ ਅਤੇ ਇੱਕ ਰੈਸਲਿੰਗ ਇਹ ਵੱਡੇ ਅਫਸਰਾਂ ਨੂੰ ਕਰਨੀ ਹੁੰਦੇ ਹੈ ਮਹਿਕਮੇ ਵੱਲੋਂ ਠੀਕ ਹੈ ਹਾਂ ਮੈਂ ਜਿੰਨੀ ਕੁ ਥੋੜ੍ਹੀ ਐਸ ਪੀ ਬਣ ਕੇ ਮੈਂ ਥੋੜ੍ਹੀ ਜਿਹੀ ਦੋ ਸਾਲ ਕੀਤੀ ਆ ਮਤਲਬ ਮੈਨੂੰ ਧੱਕੇ ਨੇ ਕੀਤੀ ਆ ਪਰ ਮੇਰੇ ਸੀਨੀਅਰ ਅਫਸਰ ਨੂੰ ਕਰਨੀ ਹੁੰਦੇ ਸੀਗੇ ਉਹ ਕਹਿੰਦੇ ਨਹੀਂ ਠੀਕ ਹੈ ਹਾਂ ਰੋਸਤਮ ਦੀ ਆਵਾਜ਼ 'ਚ ਆਪਾਂ ਬਹੁਤ ਗੱਲਾਂ ਕਢਾਉਣੀਆਂ ਪਹਿਲਾਂ ਕਿ ਆਪਾਂ ਸੱਚਾਈ ਦਾ ਇਹ ਚੈਨਲ ਇਹ 'ਚ ਪੂਰਾ ਕਰਨਾ ਤੁਹਾਡਾ ਇਹੀ ਕਾਰਨ ਜ਼ਿਆਦਾ ਬਣਿਆ ਕਿ ਜਿੱਦਾਂ ਹੁਣ ਉਦੋਂ ਰਲ ਕੇ ਵੀ ਘੁਲ ਜਾਂਦੇ ਸੀ ਜਾਂ ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਤੁਹਾਨੂੰ ਵਧੀਆ ਨਹੀਂ ਸੀ ਲੱਗਦਾ ਕਿਉਂਕਿ ਤੁਸੀਂ ਪੜ੍ਹੇ ਲਿਖੇ ਉਸ ਟਾਈਮ ਸੀਗੇ ਤੁਹਾਨੂੰ ਇਹ ਗੱਲਾਂ ਵਧੀਆ ਨਹੀਂ ਸੀ ਲੱਗਦੀਆਂ ਨਹੀਂ ਮੈਂ ਰਲ ਕੇ ਨਹੀਂ ਮੈਨੂੰ ਘੁਲਣਾ ਅੱਛਾ ਨਹੀਂ ਲੱਗਦਾ ਸੀ ਤੁਸੀਂ ਤਾਂ ਉਹ ਵੀ ਹੋ ਸਕਦਾ ਤੁਹਾਨੂੰ ਹਾਂ ਪਿੱਛੇ ਖਿੱਚਣ ਦਾ ਕਾਰਨ ਉਹ ਵੀ ਮੈਂ ਆਖਰ ਤਾਂ ਚਲੋ ਬਣੇ ਬਿਲਕੁਲ ਬਿਲਕੁਲ ਹਾਂ ਇਹ ਵੀ ਉਦੋਂ ਵੀ ਮਾਹੌਲ ਜਿਹੜਾ ਹੁਣ ਇੱਦਾਂ ਸੀ ਹਾਂ ਬਿਲਕੁਲ 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 ਕਿਉਂਕਿ ਉਹ ਤੁਹਾਨੂੰ ਵਧੀਆ ਨਹੀਂ ਲੱਗਾ ਨਹੀਂ ਮੈਨੂੰ ਨਹੀਂ ਚੱਲਦਾ ਸੀ ਹਾਂ ਬਿਲਕੁਲ ਇਹ ਹੁਣ ਤੋਂ ਨੇ ਜਾਣੇ ਪੁਰਾਣੇ ਸਮੇਂ ਤੋਂ ਵੀ ਇਹੀ ਗੱਲਾਂ ਚੱਲਦੀਆਂ ਆ ਰਹੀਆਂ ਜਿੱਦਾਂ ਕਹਿੰਦੇ ਨੇ ਹੁਣ ਤਾਂ ਚਲੋ ਮੀਡੀਆ ਸਾਰੇ ਕੋਲ ਘੋਲਾ ਹੋ ਜਾਂਦੀਆਂ ਪਤਾ ਲੱਗਦਾ ਰੇਡੀਓ 'ਤੇ ਉਦੋਂ ਉਹ ਸਮਾਂ ਹੁੰਦਾ ਸੀ ਕੋਈ ਫੋਨ ਨਹੀਂ ਸੀ ਹੁੰਦਾ ਪਹਿਲਾਂ ਜੀ ਹੁਣ ਤਾਂ ਜਿੱਦਾਂ ਫੋਨਾਂ 'ਤੇ ਕਹਿੰਦੇ ਫਿਕਸ ਕਰਕੇ ਘੋਲ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿਉਂਕਿ ਸਾਨੂੰ ਤਾਂ ਇਹ ਵੀ ਟਾਈਮ ਕਿਤੇ ਪੈਂਦੀਆਂ ਆ ਜਾ ਕੇ ਬੈਠਦੇ ਹੋ ਨਾ ਬੈਠਦੇ ਕਮਰੇ ਸੌ ਜਾਣਾ ਸ਼ਾਮ ਨੂੰ ਜਾਣਾ ਪਤਾ ਕਿਹਦੇ ਪੈ ਗਏ ਵੀ ਫਲਾਣੇ ਦਾ ਚੱਲ ਠੀਕ ਆ ਕੋਈ ਇੱਦਾਂ ਵੀ ਉਹੀ ਆ ਜਦੋਂ ਤੁਸੀਂ ਭਲਵਾਨ ਉੱਥੇ ਕਿਤੇ ਮਾੜੇ ਹੋਣ ਤੁਹਾਨੂੰ ਦੇਖ ਕੇ ਕੋਈ ਭੱਜ ਗਿਆ ਹੋਵੇ ਨਹੀਂ ਇੱਥੇ ਤਾਂ ਯਾਰ ਸੁਖਵੰਤ ਭਲਵਾਨ ਆਇਆ ਕਈ ਵਾਰ ਵੀ ਤਾਂ ਹੋਣਾ ਹਰਿਆਣੇ ਚੱਲ ਜਾਣਾ ਉੱਥੇ ਅਤੇ ਅਸੀਂ ਕੋਈ ਚਲੇ ਗਏ ਉੱਥੇ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਬਾਰਡਰ ਜਿਹਾ ਅਤੇ ਸੀਗਾ ਪਿੰਡ ਉਹ ਅਤੇ ਜਿਹੜੇ ਮੇਰੇ ਦੋ ਤਿੰਨ ਛੋਟੇ ਭਲਵਾਨ ਸੀ ਉਹ ਢਹਿ ਗਏ ਮੇਰੇ ਨਾਲ ਭੁਲੇ ਕੋਈ ਨਾ ਉਹ ਅਸੀਂ ਕਹੀਏ ਉਹ ਕਹਿਣ ਜੀ ਜਾਂ ਤਾਂ ਘੋਲੋ ਤਾਂ ਪੈਸੇ ਮਿਲਣੇ ਆ ਜਾਂ ਜਿੱਤੋ ਤਾਂ ਪੈਸੇ ਦੇਣੇ ਆ ਨਾ ਢਹਿ ਨੂੰ ਪੈਸੇ ਦੇਣੇ ਆ ਅਤੇ ਫਿਰ ਮੈਂ ਫਿਰ ਬੜੀ ਮੁਸ਼ਕਿਲ ਨਾਲ ਮੇਰੇ ਨਾਲ ਕੋਈ ਪਿਆਰ ਕੀਤਾ ਬੰਦਾ ਉਹ ਕਹਿੰਦੇ ਯਾਰ ਤੁਹਾਡਾ ਸਭ ਤਕੜਾ ਮੇਰੇ ਕੋਈ ਸੱਟ ਲੱਗ ਜੂਗੀ ਉਹ ਕਹਿੰਦੇ ਸੱਟ ਲੱਗ ਜੂ ਘੋਲਾ ਇਹਦਾ ਤਾਂ ਘੋਲਿਆ ਸਾਨੂੰ 200-400 ਰੁਪਏ ਮਿਲਿਆ ਦਾ ਕਿਰਾਇਆ ਲੱਗ ਗਿਆ ਇਸ ਗੱਲ ਸਾਰੇ ਉਹ ਤੋਂ ਬਾਅਦ ਵੀ ਪਹਿਲਵਾਨ ਜੀ ਜਿਹੜੇ ਇੱਧਰਲਾ ਕਿਤਾਬ ਆ ਇਹ ਕਦੋਂ ਜਿੱਤਿਆ ਹਿੰਦ ਇਹ ਫਿਰ ਉਸ ਤੋਂ ਹੋਇਆ ਜੀ ਰੋਹਤਕ ਦੇ ਵਿੱਚ ਰੋਹਤਕ ਦੇ ਵਿੱਚ ਉਸ ਵੇਲੇ ਮੈਂ ਵਾਲ ਘਟਾਤੇ ਸਿਰ ਦੇ ਠੀਕ ਹੈ ਅਤੇ ਬਹੁਤ ਜੋਰ ਸ਼ੋਰ ਨਾਲ ਬਣਾਉਣੀ ਕਰ ਰਹੇ ਸੀਗੇ ਅਤੇ ਉੱਥੇ ਤੇ ਇੱਥੇ ਤਾਂ ਉਸ ਤੋਂ ਕੁਛ ਤਾਂ ਮੈਂ 5 ਮਿੰਟ ਬਾਅਦ ਕੋਈ ਚੱਲਣੀ ਦਿੱਤੀ ਹੈ ਇਹ ਗੱਦੇ 'ਚ ਨਹੀਂ ਮਿੱਟੀ 'ਚ ਇਹ ਵੀ ਮਿੱਟੀ ਮਿੱਟੀ ਹਾਂਜੀ ਹਾਂਜੀ ਠੀਕ ਹੈ ਉਦੋਂ ਜਿਹੜਾ ਸਾਰਾ ਰੋਤਮਿਆਂ ਦਾ ਹਰਿਆਣਾ ਵੀ ਉਦੋਂ ਪੰਜਾਬ ਦੇ ਵਿੱਚ ਸੀ ਨਹੀਂ ਉਸ ਵੇਲੇ ਹਰਿਆਣਾ ਪੰਜਾਬ ਬਣ ਗਿਆ ਸੀਗਾ ਬਣ ਗਿਆ ਸੀ ਹਾਂਜੀ ਉਸ ਵੇਲੇ ਜਿਹੜੀ ਸਾਡੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਸੀ ਨਾ ਉਹਦੇ ਪ੍ਰਧਾਨ ਸੀ ਸਰ ਕਮਰ ਮਹਿੰਦਰ ਸਿੰਘ ਬੇਦੀ ਠੀਕ ਹੈ ਜੀ ਉਹ ਬਹੁਤ ਤਕੜੇ ਆਈਐਸ ਅਫਸਰ ਸੀਗੇ ਉਹ ਸੀ ਪ੍ਰਧਾਨ ਸੀਗੇ ਅਤੇ ਉਹਨਾਂ ਨੇ ਕੁਸ਼ਤੀਆਂ ਕਰਾਈਆਂ ਸੀਗੀਆਂ ਅਤੇ ਬਸ ਇੱਥੇ ਤਾਂ ਵੀ ਸਾਰੀਆਂ ਕੁਸ਼ਤੀਆਂ 5 ਮਿੰਟ 6 ਮਿੰਟ ਇਹ ਵੀ ਮੈਂ ਜਦੋਂ ਤੁਸੀਂ ਭਰਤੀ ਹੋ ਗਏ ਪੁਲਿਸ 'ਚ ਉਹ ਤੋਂ ਬਾਅਦ ਦੇ ਹਾਂਜੀ ਹਾਂਜੀ ਵੀ ਤੁਹਾਡੇ ਭਾਈ ਪਹਿਲਾਂ ਹਿੰਦ ਕੇਸਰੀ ਬਣ ਗਏ ਭਰਤੀ ਹੋ ਗਏ ਮੈਂ 69 ਅਤੇ 69 'ਚ 73 'ਚ ਹਿੰਦ ਕੇਸਰੀ ਬਣਿਆ 71 'ਚ ਵੇਖ ਉਹ ਬਣਿਆ 71 ਲੋ ਬਣਿਆ ਹਾਂਜੀ ਤੁਸੀਂ ਰਿਟਾਇਰਮੈਂਟ ਕਿਹੜੇ ਰੈਂਕ ਤੋਂ ਤੁਸੀਂ ਆਫ ਹੋਏ ਆ ਮੈਂ ਕਮਾਂਡੈਂਟ ਰਿਟਾਇਰ ਹੋਇਆ ਜੀ ਇੰਸਪੈਕਟਰ ਭਰਤੀ ਹੋਇਆ ਸੀਗਾ ਬਹੁਤ ਪ੍ਰਾਊਡ ਵਾਲੀ ਗੱਲ ਆ ਵੀ ਇੱਡੇ ਸਖਸ਼ੀਅਤ ਦੀ ਅਸੀਂ ਇੰਟਰਵਿਊ ਕਰ ਰਹੇ ਹਾਂ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਮਾਣ ਮਹਿਸੂਸ ਹੁੰਦਾ ਵੀ ਪੜ੍ਹੇ ਲਿਖੇ ਪਹਿਲਵਾਨ ਵੀ ਹੋ ਸਕਦੇ ਇੰਨੇ ਰੈਂਕ ਤੇ ਪਹੁੰਚੇ ਪਹਿਲਵਾਨ ਜੀ ਤੁਸੀਂ ਕੋਈ ਹੋਰ ਦਿਲ 'ਚ ਜਿਹੜੀ ਗੱਲ ਕੋਈ ਰਹਿ ਗਈ ਹੋਵੇ ਤੁਹਾਡੇ ਜਿੱਦਾਂ ਤੁਸੀਂ ਸਾਡੇ ਰੋਸਤਮ ਦੀ ਆਵਾਜ਼ ਤੁਹਾਨੂੰ ਬਹੁਤ ਬੱਚੇ ਦੇਖ ਰਹੇ ਆ ਪਹਿਲਵਾਨ ਮੈਂ ਭਲਵਾਨ ਜੀ ਤੁਹਾਡੀ ਕਲੱਬ ਵਿੱਚ ਕਈ ਵਾਰ ਗਿਆ ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੁਸੀਂ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਕਰਵਾ ਰਹੇ ਆ ਬਸ ਇੱਕੋ ਹੀ ਮੈਂ ਕਹਿੰਦਾ ਹੁੰਦਾ ਹਾਂ ਭਾਈ ਚਲੋ ਰੁਸਤਮ ਬਣਨਾ ਅਤੇ ਕਿਸਮਤ ਦੀਆਂ ਗੱਲਾਂ ਨੇ ਤੁਹਾਡੇ ਤੁਹਾਡੇ ਮਾਂ ਬਾਪ ਠੀਕ ਰਹਿਣ ਤੁਹਾਡਾ ਸਰੀਰ ਠੀਕ ਰਹੇ ਤੁਹਾਡੇ ਕੋਈ ਸੱਟ ਨਾ ਲੱਗੇ ਤੁਹਾਨੂੰ ਕੋਈ ਸਦਮਾ ਨਾ ਪਵੇ ਤਾਂ ਜਾ ਕੇ ਬੰਦਾ ਇੱਕ ਪਹਿਲਾਂ ਤੁਰ ਚੜਦਾ ਆ ਜੇ ਕੋਈ ਰਾਤ ਕੋਈ ਚੋਟ ਪੈ ਜਾਵੇ ਤਾਂ ਨਹੀਂ ਚਾਹੁੰਦਾ ਆ ਪਰ ਚਲੋ ਇਹ ਐਕਸਰਸਾਈਜ਼ ਨਾਲ ਅੱਛੇ ਇਨਸਾਨ ਬਹੁਤ ਬਣ ਗਏ ਅੱਛੀਆਂ ਆਦਤਾਂ ਪੈਣਗੀਆਂ ਡਰੱਗਾਂ ਤੋਂ ਨਸ਼ਿਆਂ ਤੋਂ ਦੂਰ ਰਹਿਣਗੇ ਆਪਣੀ ਸਿਹਤ ਦਾ ਕੱਪੜੇ ਪਾਉਣ ਦਾ ਸ਼ੌਕ ਹੋਊਗਾ ਕੱਪੜੇ ਤਾਂ ਹੀ ਪਾਉਣਗੇ ਵਧੀਆ ਜੇ ਸਰੀਰ ਵਧੀਆ ਹੋਊਗਾ ਤਾਂ ਸੋ ਇੱਕ ਬੱਚੇ ਮਾਂ ਬਾਪ ਦੇ ਕਹਿਰੇ ਘਰ ਰਹਿਣਗੇ ਇਨਸਾਨ ਅੱਛੇ ਬਣਨਗੇ ਸੋ ਇਹ ਬਹੁਤ ਵੱਡੀ ਦੇਣ ਆ ਬਾਕੀ ਪਹਿਲਵਾਨੀ ਤਾਂ ਚਲੋ ਇਹ ਤਾਂ ਕੁਦਰਤੀਆਂ ਗੱਲਾਂ ਜਿਹੜਾ ਤੁਰ ਤੁਰ ਚੜੂਗਾ ਮਾਲਕ ਨੂੰ ਦਿੰਦਾ ਆ ਜਿਹੜੇ ਤੁਸੀਂ ਉਦੋਂ ਦੱਸਦੇ ਆ ਮੇਹਰਦੀਨ ਹੋਣਾ ਨਾ ਤੁਸੀਂ ਬਾਹਰਲੀਆਂ ਕੰਟਰੀਆਂ 'ਚ ਉਦੋਂ ਗਏ ਆ ਦੁਬਈ ਗਏ ਲੋਹਾ ਉੱਧਰ ਕਤਰ ਦੋਹਾ ਕਤਰ ਇੱਧਰ ਵੀ ਉੱਧਰ ਤੁਹਾਡੀਆਂ ਜਿਹੜੀਆਂ ਘੋਲਾਂ ਉਹ ਕੋਈ ਪਾਕਿਸਤਾਨੀ ਮੂਹਰੋਂ ਪਹਿਲਵਾਨ ਵੀ ਆਉਂਦੇ ਜੀ ਉੱਥੇ ਹਾਂ ਮੇਰੇ ਇਹ ਇਸ ਤਰ੍ਹਾਂ ਸੀ ਕਿ ਇਹ ਬੜਾ
ਪ੍ਰੋਮੀਨੈਂਟ ਦੰਗਲ ਕਰਾਉਂਦੇ ਸੀਗੇ, ਬਹੁਤ ਚਿੱਟਾਂ ਲਾ ਕੇ ਬਹੁਤ ਪੈਸਾ ਦਿੰਦੇ ਸਾਨੂੰ, ਠੀਕ ਹੈ ਜੀ, ਤੇ ਬਹੁਤ ਅੱਛਾ ਰਹਿਣ ਸਹਿਣ ਦਾ ਸਾਨੂੰ ਜਾਣ ਦਾ, ਤੇ ਜਿਹੜਾ ਭਲਵਾਨ ਦਾ ਜਿੱਦਾਂ ਮੇਹਦੀ ਤਾਂ ਫੀਸਰ ਵੀ ਕੌਣ ਜਾਣਦਾ ਸੀਗਾ, ਠੀਕ ਹੈ ਜੀ, ਮੇਰੀ ਮੇਹਦੀ ਤਾਂ ਫੀਸਰ ਕਰਾ ਦੇਣੀ ਗੋਰੇ ਨਾਲ ਕਿਸੇ ਨਾ ਕਿਸੇ ਨਾਲ, ਮੇਰੀ ਕਿਸੇ ਪਾਕਿਸਤਾਨੀ ਨਾਲ ਦੇਸੀ ਕੁਸ਼ਤੀ ਕਰਾ ਦੇਣੀ ਕੋਈ, ਹਾਂ ਗੱਦੇ ਉੱਤੇ ਉਦੋਂ ਨਾ ਵੀ ਕੋਈ ਚਿੱਤੇ ਪਾਕਿਸਤਾਨੀ ਦਾ ਜਿਹੜਾ ਕੋਈ ਵਧੀਆ ਭਲਵਾਨ ਤੁਹਾਡੇ ਟਾਈਮ ਤੇ, ਬਿਲਕੁਲ ਬਿਲਕੁਲ ਕਈ ਸੀਗੇ ਅੱਛੇ, ਹੁਣ ਮੈਨੂੰ ਹੁਣ ਯਾਦ ਨਹੀਂ ਆਇਆ ਜੀ, ਪੂਰੀ ਟੀਮ ਸਾਡੀ ਇੰਡੀਆ ਦੀ ਆਉਂਦੀ ਸੀ, ਪੂਰੀ ਪਾਕਿਸਤਾਨ ਦੀ ਹੁੰਦੀ ਸੀ ਤੇ ਪੂਰੀ ਗੋਰਿਆਂ ਦੀ ਆਉਂਦੀ ਸੀ, ਗੋਰਿਆਂ ਦੀ ਗੋਰਿਆਂ ਕਿਹੜੀ ਜਗ੍ਹਾ ਤੋਂ ਆਉਂਦੇ, ਕੋਈ ਇੰਗਲੈਂਡ ਦਾ ਕੁਛ ਜਿੱਦਾਂ ਇਹ ਸਾਰੇ ਇਕੱਠੇ ਕਰਕੇ ਲਿਆਉਂਦੇ ਸੀ, ਇੱਦਾਂ ਇੱਦਾਂ ਲਿਆਉਂਦੇ ਸੀ, ਕਿਉਂਕਿ ਜਿਹੜਾ ਪ੍ਰਮੋਟਰ ਸੀ ਨਾ, ਪ੍ਰਮੋਟਰ ਬਹੁਤ ਤਕੜਾ ਸੀਗਾ, ਲੋਕ ਬਹੁਤ ਉੱਥੇ ਦਾ ਦੁਬਈ ਦਾ ਬਹੁਤ ਤਕੜਾ ਸੀਗਾ ਤਨਾਗ, ਤੇ ਉਹ ਪੈਸੇ ਬਹੁਤ ਦਿੰਦਾ ਸੀ, ਇਸ ਕਰਕੇ ਗੋਰੇ ਵੀ ਆਉਂਦੇ ਸੀ ਉੱਥੇ, ਤੇ ਸਾਡੇ ਇੰਡੀਆ ਦੇ ਵੀ ਅਸੀਂ ਵੀ 10-15 ਵੀ ਪਲਾਨ ਜਾਣਾ, ਪਾਕਿਸਤਾਨ ਦੀ 15 ਵੀ ਪਲਾਨ ਲਾ ਜਾਣੇ, ਤੇ ਅੱਜ 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 ਦੁਬਈ ਚ ਹੋ ਗਈਆਂ, ਕੱਲ ਨੂੰ ਰੈਸਲ ਖੇਮਾ ਹੋ ਗਈਆਂ, ਕੱਲ ਨੂੰ ਇੱਧਰ ਹੋਈਆਂ, ਸ਼ਹਿਰਾਂ ਅਲੱਗ ਅਲੱਗ ਕਰਾਈ ਜਾਣੇ। ਤੁਹਾਡਾ ਕਦੇ ਫਿਰ ਮਨ ਬਣਿਆ ਨੀ ਉਸ ਟਾਈਮ ਮੈਂ ਬਾਹਰੇ ਰਹਿਜਮਾ ਜਾ ਕੇ ਗਿਆ ਉਹਦਾ, ਇੰਡੀਆ ਹੀ ਵਧੀਆ ਸੀਗਾ, ਮੈਨੂੰ ਸੀ ਬਈ ਆਪਣਾ ਹੀ ਮੁਲਕ ਠੀਕ ਆ, ਉੱਥੇ ਬਾਹਰ ਰਹਿਣ ਮੇਰੇ ਆ ਤਾਂ ਕੁਦਰਤੀ ਕੈਨੇਡਾ ਚ, ਮੈਨੂੰ ਅਮੈਰੀਕਾ ਸੋਚਿਆ ਨੀ ਸੀ ਮੈਂ ਕੈਨੇਡਾ ਆਊਂਗਾ, ਇਹ ਕਿੱਦਾਂ ਸਵਾਬ ਬਣਿਆ? ਬਸ ਮੇਰੀ ਬੜੀ ਬੇਟੀ ਦਾ ਇੱਥੇ ਰਿਸ਼ਤਾ ਹੋਇਆ ਸੀਗਾ, ਬੜੀ ਬੇਟੀ ਆ ਗਈ ਸੀਗੀ, ਠੀਕ ਹੈ, ਤੇ ਮੈਂ ਤਾਂ ਕਿਹਾ ਸੀ ਮੈਂ ਰਿਟਾਇਰ ਹੋ ਕੇ ਮੈਨੂੰ ਦਿੱਲੀ ਚ ਘਰ ਸੀਗਾ, ਮੈਂ ਕਿਹਾ ਮੈਂ ਦਿੱਲੀ ਰਹਿਣਾ, ਮੈਂ ਤਾਂ ਆਪਣੇ ਪਹਿਲਵਾਨੀ ਭਲਵਾਨਾਂ ਦੇ ਵਿੱਚ ਰਹਿਣਾ ਉੱਥੇ, ਤੇ ਫਿਰ ਉਹ ਮੇਰਾ ਬੇਟਾ ਸੀ ਛੋਟਾ, ਤੇ ਫਿਰ ਸਾਰੇ ਕਹਿਣ ਲੱਗੇ ਵੀ ਇਹਨੂੰ ਲੈ ਜਾਓ ਕੈਨੇਡਾ ਛੱਡਿਓ, ਇਹਨੂੰ ਲੈ ਜਾਓ ਕੈਨੇਡਾ ਛੱਡਿਓ, ਇੱਥੇ ਆਏ ਬਸ ਤੁਹਾਡੇ ਵਰਗੇ ਦੋਸਤਾਂ ਦਾ ਬਾਤ ਪੈ ਗਿਆ, ਅੱਛਾ ਲੱਗਾ, ਉਹ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਬੜਾ ਸਟੈਪ ਸਹੀ ਨਹੀਂ ਹੈ, ਪਰ ਹੁਣ ਲੱਗਦਾ ਵੀ ਨਹੀਂ, ਉਹ ਵਾਹਿਗੁਰੂ ਨੇ ਜੋ ਕੀਤਾ ਠੀਕ ਹੀ ਕੀਤਾ ਆ, ਬਹੁਤ ਅੱਛੀ ਜਗ੍ਹਾ ਮੁਲਕ 'ਚ ਆ ਗਏ ਆ, ਸਿਹਤ ਅੱਛੀ ਆ, ਬੜੇ ਅੱਛੇ ਵਧੀਆ ਖਾਣ ਪੀਣ ਨੂੰ ਤਾਜ਼ਾ ਸਾਫ਼ ਸਾਫ਼ ਸੁਥਰੀ ਮਿਲਦੀ ਆ, ਵਧੀਆ ਠੀਕ ਲੱਗਾ, ਬਹੁਤ ਉਦੋਂ ਵੀ ਵਧੀਆ ਲੱਗਾ ਸਾਡੀ ਜਦੋਂ ਰੋਸਤਮ ਕਲੱਬ ਗੱਲ ਸ਼ੇਅਰ ਕਰਨ ਲੱਗੇ ਹਾਂ, ਪਹਿਲਵਾਨ ਉਹਨਾਂ ਨੇ ਨਾਲੇ ਆਪਣੀ ਪੈਕਚਰ ਲਿਆਂਦੀ, ਨਾਲੇ ਮੈਨੂੰ ਹਜ਼ਾਰ ਰੁਪਇਆ ਲਿਫਾਫੇ 'ਚ ਪਾ ਕੇ ਦੇਤਾ ਵੀ ਤੂੰ ਵਧੀਆ ਕੰਮ ਕਰਨ ਲੱਗਾ, ਵੀ ਰੋਸਤਮ ਦੇ ਜਿਹੜੀ ਮੇਰੀ ਕਲੱਬ ਦੇ ਸਪੈਲਿੰਗ ਥੋੜ੍ਹਾ ਅਸੀਂ ਉਹ ਨਾਲ ਲਿਖਦੇ ਹਾਂ ਰੋਸਤਮ, ਤਾਂ ਇਹ ਇਹ ਨਾ ਭਲਾਉਣ ਵੀ ਨਾਲੇ ਮੈਨੂੰ ਕਹਿ ਗਿਆ ਵੀ ਤੇਰੇ ਸਪੈਲਿੰਗ ਗਲਤ ਆ, ਤਾਂ ਉਹ ਸਾਡੇ ਤੋਂ ਪਹਿਲਾਂ ਤੋਂ ਜਿੱਦਾਂ ਮੱਲਾ ਪਾਕਿਸਤਾਨੀ ਭਲਵਾਨ ਵੀ ਉਹ ਨਾਲ ਲਿਖਦੇ ਸ਼ਾਇਦ ਰੋਸਤਮ ਥੋੜ੍ਹੇ, ਕਿਉਂਕਿ ਅਸੀਂ ਜਿੰਨੇ ਇੰਡੀਆ ਵਾਲੇ ਆ ਇਹ ਨਾਲ ਲਿਖਦੇ ਹਾਂ, ਬਿਲਕੁਲ ਬਿਲਕੁਲ ਬਿਲਕੁਲ, ਤਾਂ ਤੁਸੀਂ ਮੈਨੂੰ ਉਹ ਸਪੈਲਿੰਗ ਵੀ ਇੱਕ ਚਿੱਠੀ ਤੁਹਾਡੀ ਮੇਰੇ ਕੋਲ ਆ, ਤਾਂ ਬਹੁਤ ਸਾਨੂੰ ਵਧੀਆ ਲੱਗਾ ਉਦੋਂ ਜਦੋਂ ਇਹ ਸ਼ਾਬਾਸ਼ ਦੇ ਕੇ ਗਿਆ ਜਦੋਂ ਛੋਟੇ ਭਲਵਾਨਾਂ ਨੂੰ ਆਪ ਤੋਂ ਵੀ ਨਵਿਆਂ ਨੂੰ, ਤਾਂ ਤੁਸੀਂ ਜਿਹੜੇ ਸਾਡੇ ਨਵੇਂ ਪਹਿਲਵਾਨ ਹੈ ਭਲਵਾਨ ਜੀ, ਇਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਿਹੜੇ ਹੁਣ ਦੇ ਅੱਜ ਕੱਲ੍ਹ? ਦੇਖੋ ਜੀ, ਮੈਂ ਬੱਚਿਆਂ ਨੂੰ ਚਾਹੁੰਦਾ ਆ ਦੱਸਾਂ ਵੀ ਪਹਿਲਵਾਨੀ ਆਪਣੇ ਤੁਹਾਡੇ ਆਪਣੇ ਡਿਸਿਪਲਿਨ ਦੀ ਆ, ਠੀਕ ਹੈ, ਮੈਂ ਹਿੰਦ ਕੇਸਰੀ ਵੀ ਆਪਣੇ ਵਿਆਹ ਤੋਂ ਬਾਅਦ ਬਣਿਆ, ਮੈਂ ਰੁਸਤਮੇਜ ਵੀ ਆਪਣੇ ਵਿਆਹ ਤੋਂ ਬਣਿਆ, ਮੈਂ 10 ਸਾਲ 8 ਸਾਲ ਆਲ ਇੰਡੀਆ ਪੁਲਿਸ ਦਾ ਗੋਲਡ ਮੈਡਲ ਜਿੱਤਿਆ, ਉਹ ਮੇਰੇ ਵਿਆਹ ਤੋਂ ਬਾਅਦ ਹੋਇਆ, ਸੋ ਇਹ ਕੋਈ ਰੁਕਾਵਟ ਨਹੀਂ ਮੈਨੂੰ ਲੱਗੀ ਹੈ ਮੇਰਾ ਵਿਆਹ ਜਾਂ ਮੇਰੇ ਬੱਚੇ, ਸੋ ਬਿਲਕੁਲ ਕੋਈ ਗੱਲ ਨਹੀਂ ਹੈ, ਬਿਲਕੁਲ ਤੁਹਾਡੇ ਵਰਜਿਸ਼ ਤੁਹਾਡੀ ਨਿਜ਼ਮ ਚਾਹੀਦੀ ਆ, ਤੁਹਾਡੀ ਖੁਰਾਕ ਨਿਜ਼ਮ ਦਾ ਚਾਹੀਦੀ ਆ, ਤੁਹਾਡੇ ਆਪਣਾ ਖਾਣ ਪੀਣ ਵਧੀਆ ਚਾਹੀਦਾ ਹੈ, ਸੋ ਇਹ ਬਾਕੀ ਕੋਈ ਰੁਕਾਵਟ ਨਹੀਂ ਹੈ, ਹਾਂ ਇਹ ਬਾਕੀ ਕੋਈ ਰੁਕਾਵਟ ਨਹੀਂ ਆ, ਸੋ ਅੱਛੇ ਇਨਸਾਨ ਬਣੋ, ਮਾਂ ਬਾਪ ਦੀ ਰਹੋ, ਆਪਣੀ ਸਿਹਤ ਬਣਾਓ, ਅੱਛੀ ਖੁਰਾਕ ਖਾਓ। ਉਸ ਟਾਈਮ ਜਿੱਦਾਂ ਹੁਣ ਜਿੱਦਾਂ ਪਹਿਲਵਾਨ ਜੀ ਜਿਹੜੇ ਸਟੂਡੈਂਟ ਬਹੁਤ ਪਹਿਲਵਾਨ ਲੈ ਰਹੇ ਆ, ਉੱਥੇ ਤੁਹਾਡੇ ਸਮੇਂ 'ਚ ਵੀ ਇੱਦਾਂ ਦੇ ਕੋਈ ਟੀਕੇ ਸੀਗੇ ਜਿੱਦਾਂ ਨਹੀਂ ਕਿੱਦਾਂ ਹੁਣ ਲਾ ਕੇ ਘੁਲ ਲੈਂਦੇ ਸੀ? ਨਹੀਂ ਮੇਰਾ ਖਿਆਲ ਨਹੀਂ ਜੀ ਉਸ ਵਿੱਚ ਕੁਛ ਦਾ, ਸਾਨੂੰ ਪਤਾ ਹੀ ਨਹੀਂ ਹੈ, ਸਾਡੇ ਤਾਂ ਜੀ ਦੁੱਧ ਘਿਓ ਅਤੇ ਬਦਾਮ ਤਿੰਨੇ ਚੀਜ਼ਾਂ ਹੁੰਦੀਆਂ ਸੀ, ਤੇ ਸਾਡੇ ਗੁਆਂਢ ਪੋਲਟਰੀ ਫਾਰਮ ਸੀਗਾ, ਅਸੀਂ ਉਹ ਦੋ 3-3 ਰੁਪਏ ਨੂੰ ਚੂਚੇ ਲੈ ਆਉਣੇ, 50 ਇਕੱਠੇ ਇੱਕ ਖੂਹ ਤੇ ਲੈ ਕੇ ਰੱਖ ਲੈ ਚੱਲ ਲੈਣੇ, ਉਹ ਨਾਲ ਚੂਚੇ ਤਕੜੇ ਹੋ ਜਾਣ, ਨਾਲ ਰੋਜ਼ੀ ਵੱਡੇ ਖਾਈ ਜਾਣਾ। ਉਦੋਂ ਕਿੰਨੇ ਕਿੰਨੇ ਕੁ ਤੁਸੀਂ ਖਾ ਜਾਂਦੇ ਸੀ ਆਪ ਜਾ ਕੇ ਉਹ ਜਾਂ ਬਦਾਮ? ਇੱਕ ਚੂਚਾ ਰੋਜ਼ੀ, ਚੂਚੇ ਅਸੀਂ ਰੋਜ਼ ਬਣਾ ਲੈਣਾ, ਬਦਾਮ ਕਿੰਨੇ ਕੁ ਰਗੜ? 200 ਬਦਾਮ ਬਸ, ਮੇਰੇ ਬਾਪੂ ਦੇ ਰਗੜਨੀ ਸਰਦਾਰੀ ਬਣਾ ਕੇ ਪੀਣੀ, ਬਸ ਇਹੀ ਖੁਰਾਕ, ਬਸ ਇਹੀ ਖੁਰਾਕ ਸੀ, ਬਿਲਕੁਲ ਬਿਲਕੁਲ, ਹੋਰ ਬਾਕੀ ਤਾਂ ਕੋਈ ਸਾਨੂੰ ਪ੍ਰੋਟੀਨ ਪ੍ਰੋਟੀਨ ਦਾ ਕੋਈ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਵੀ ਕੋਈ ਚੀਜ਼ ਆ, ਪਹਿਲਵਾਨਾਂ ਨੂੰ। ਤਾਂ ਪਹਿਲਵਾਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰੋਸਤਮ ਦੀ ਆਵਾਜ਼ ਚ ਤੁਸੀਂ ਅੱਜ ਸਾਡੇ ਲਈ ਟਾਈਮ ਕੱਢਿਆ। ਨਹੀਂ ਭੈਣ ਜੀ, ਤੁਹਾਡਾ ਬਹੁਤ ਹੀ ਧੰਨਵਾਦ, ਮੈਨੂੰ ਤੁਸੀਂ ਮੇਰੇ ਆਪਣੇ ਪਹਿਲਵਾਨ ਹੋ, ਮੇਰੇ ਆਪਣੇ ਬੱਚੇ ਹੋ ਤੁਸੀਂ, ਔਰ ਆਹ ਜਿਹੜਾ ਤੁਸੀਂ ਸ਼ੁਰੂ ਕੀਤੀ ਆ ਇਹ ਬਹੁਤ ਹੀ ਅੱਛੇ ਕੰਮ ਕੀਤਾ ਆ, ਹਰ ਭਲਵਾਨਾਂ ਨੂੰ, ਦੁਨੀਆਂ ਨੂੰ, ਨਵੇਂ ਬੱਚਿਆਂ ਨੂੰ ਪਤਾ ਲੱਗਦਾ ਆ ਕਿ ਇਹਨਾਂ ਪੁਰਾਣੇ ਭਲਵਾਨਾਂ ਨੇ ਕੀ ਖੁਰਾਕ ਖਾਧੀ ਆ, ਕੀ ਵਰਜਿਸ਼ ਕੀਤੀ ਆ, ਕਿੱਦਾਂ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖਿਆ, ਔਰ ਵਾਹਿਗੁਰੂ ਕਰੇ ਤੁਹਾਡੀ ਕਾਮਯਾਬ ਕਲੱਬ 'ਚ ਤਰੱਕੀ ਜਾਵੇ ਅਤੇ ਤੁਹਾਡੀ ਕਲੱਬ 'ਚੋਂ ਅੱਛੇ ਅੱਛੇ ਪਹਿਲਵਾਨ ਪ੍ਰਤੀ ਹੋਣ। ਥੈਂਕ ਯੂ ਜੀ। ਆਓ ਅੱਜ ਪਹਿਲਵਾਨ ਦੇ ਮਗਰ ਕਹਿੰਦੇ ਨਹੀਂ ਹੁੰਦੇ ਜਿਹੜਾ ਹੱਥ ਹੁੰਦਾ, ਕਹਿੰਦੇ ਔਰਤ ਦਾ ਬਹੁਤ ਵੱਡਾ ਹੁੰਦਾ ਜੀਵਨ ਸਾਥਣ ਦਾ। ਤਾਂ ਆਂਟੀ ਜੀ ਤੁਹਾਡਾ ਸਵਾਗਤ ਹੈ ਰੋਸਤਮ ਦੀ ਆਵਾਜ਼ 'ਚ।
ਤੁਸੀਂ ਜਿਹੜਾ ਤੁਹਾਨੂੰ ਕਦੇ ਇੱਦਾਂ ਦੀਆਂ ਔਕੜਾਂ ਉਸ ਟਾਈਮ ਦੀਆਂ ਜਿਹੜੀਆਂ ਆਈਆਂ ਕਿਉਂਕਿ ਪਹਿਲਵਾਨ ਹੋਣੀ ਤਾਂ ਆਪਣੀ ਜਗ੍ਹਾ ਕਦੇ ਕਿਤੇ ਰਹਿੰਦੇ ਜੀ, ਕਦੇ ਕਿਤੇ ਜੋਬਾਂ ਹੁੰਦੀਆਂ ਰਹਿੰਦੀਆਂ ਜੀ, ਤੁਸੀਂ ਕਦੇ ਅੱਜ ਸਾਰੀਆਂ ਰੋਸਤੋਂ ਦੀ ਆਵਾਜ਼ 'ਚ ਸਾਰੀਆਂ ਗੱਲਾਂ ਆਪਾਂ ਪਬਲਿਕ ਨਾਲ ਸਾਂਝੀਆਂ ਕਰਨੀਆਂ, ਤੁਹਾਨੂੰ ਕਦੇ ਇੱਦਾਂ ਦੀ ਦਿੱਕਤ ਤਾਂ ਨਹੀਂ ਆਈ ਕੋਈ? ਸਭ ਤੋਂ ਪਹਿਲਾਂ ਰੁਸਤਮ ਦੀ ਆਵਾਜ਼ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਪਹਿਲਵਾਨ ਸਾਹਿਬ ਦੀ ਜ਼ਿੰਦਗੀ ਵਿੱਚ ਮੈਨੂੰ ਇਹਨਾਂ ਦੇ ਸਟਰਗਲ ਵਿੱਚ ਪੂਰਾ ਸਾਥ ਦੇਣਾ ਪਿਆ ਔਰ ਉਹਦੇ ਲਈ ਮੈਨੂੰ ਕਾਮਯਾਬੀਆਂ ਬਹੁਤ ਮਿਲੀਆਂ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਉਹਨਾਂ ਨੂੰ ਪਾਲਣ ਤੋਂ ਲਈ, ਉਹਨਾਂ ਦੀ ਐਜੂਕੇਸ਼ਨ ਲਈ, ਉਹਨਾਂ ਨੂੰ ਜ਼ਿੰਦਗੀ 'ਚ ਸੈਟਲ ਹੋਣ ਲਈ, ਹਰ ਇੱਕ ਚੀਜ਼ ਲਈ ਮੈਨੂੰ ਕਾਫੀ ਸਟਰਗਲ ਕਰਨਾ ਪਿਆ ਔਰ ਉਹਦੇ ਲਈ ਮੈਨੂੰ ਪਰਮਾਤਮਾ ਨੇ, ਅਕਾਲ ਪੁਰਖ ਨੇ ਬਹੁਤ ਮਦਦ ਕੀਤੀ ਔਰ ਮੈਂ ਉਹਦੇ ਵਿੱਚ ਕਾਮਯਾਬ ਰਹੀ ਹਾਂ। ਹਰ ਇੱਕ ਚੀਜ਼ ਨੂੰ, ਹਰ ਆਪਣੇ ਹਰ ਰਿਸ਼ਤੇ ਨੂੰ, ਹਰ ਜ਼ਿੰਮੇਵਾਰੀ ਨੂੰ ਬਹੁਤ ਅੱਛੀ ਤਰ੍ਹਾਂ ਨਿਭਾ ਸਕੀ ਹਾਂ, ਉਸ ਚੀਜ਼ ਲਈ ਮੈਂ ਅਕਾਲ ਪੁਰਖ ਦੀ ਮਿਹਰਬਾਨ ਹਾਂ। ਪਹਿਲਾਂ ਜੀ ਉਸ ਟਾਈਮ ਜਦੋਂ ਤੁਹਾਨੂੰ ਥੈਂਕ ਯੂ ਤੁਹਾਡਾ, ਪਹਿਲਾਂ ਵੀ ਜਦੋਂ ਤੁਸੀਂ ਉਦੋਂ ਕਰਦੇ ਸੀ ਰੈਸਲਿੰਗ, ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਵੀ ਤੁਹਾਡੀਆਂ ਜਿਹੜੀਆਂ ਘੋਲਾਂ ਹੋਈਆਂ ਜਿੱਦਾਂ? ਹਾਂਜੀ ਬਿਲਕੁਲ 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 ਵਿਆਹ ਤਾਂ ਤੁਹਾਨੂੰ ਦੱਸਿਆ ਨਾ, ਮਾਤਾ ਜੀ ਜਿਹੜਾ ਪਹਿਲਾਂ ਇਹਨਾਂ ਦੇ ਫਾਦਰ ਪਹਿਲਵਾਨ ਹੋਣਾ ਦੇ ਸਰਦਾਰੀ ਰਗੜ ਦੇ, ਜਾਂ ਤੁਹਾਨੂੰ ਕਦੇ ਇੱਦਾਂ ਦਾ ਮੌਕਾ ਮਿਲਿਆ ਸਾਰਾ ਕੁਛ? ਮੈਂ ਹਰਜੀਤ ਸਾਡੇ ਘਰ 6 ਮਹੀਨੇ ਲਗਾਤਾਰ ਖਰੋੜੇ ਬਣਦੇ ਸੀ, 6 ਮਹੀਨੇ ਲਗਾਤਾਰ ਚਿਕਨ ਬਣਦਾ ਸੀ। ਤੁਹਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੀ? ਤੁਸੀਂ ਆਪ ਖਾਂਦੇ? ਆਪ ਨਹੀਂ ਖਾਂਦੀ, ਰੂਟੀਨ ਸੀ ਸਾਡੀ, ਇਹ ਰੂਟੀਨ ਸੀ ਹੈ ਨਹੀਂ, ਜਦੋਂ ਤੁਸੀਂ ਉਹ ਬਣਾਉਣੇ ਜਿੱਦਾਂ ਖੁਰਾਕ ਦਾ ਕੋਈ ਕਮੀ ਨਹੀਂ ਆਉਣ ਦਿੱਤੀ ਪਹਿਲਵਾਨ ਨੂੰ? ਬਿਲਕੁਲ ਨਹੀਂ, ਸੱਚੇ ਪਾਤਸ਼ਾਹ ਦੀ ਬੜੀ ਮਿਹਰਬਾਨੀ ਰਹੀ ਆ। ਕਦੇ ਕੋਈ ਇਦਾਂ ਦੀ ਲੜਾਈ ਵਾਲੀ ਨਹੀਂ ਗੱਲ ਰਹੀ ਕਿਉਂਕਿ ਤੁਸੀਂ ਦਿੱਲੀ 'ਚ ਹੀ ਰਹੇ ਆ ਜ਼ਿਆਦਾ ਟਾਈਮ? ਬਿਲਕੁਲ, ਕਿਉਂਕਿ ਪਹਿਲਵਾਨ ਉਹਨਾਂ ਦੀਆਂ ਤਾਂ ਜੋਬਾਂ ਕਦੇ ਕਿਤੇ ਕਦੇ ਕਿਤੇ ਆ। ਬਿਲਕੁਲ, ਤਾਂ ਕਦੇ ਇਹਨਾਂ ਨੂੰ ਕੋਈ ਗੁੱਸੇ ਵਾਲੀ ਗੱਲ ਜਾਂ ਕਹੀ ਹੋਵੇ, ਤੁਹਾਡਾ ਕੋਈ ਕਿੱਸਾ ਇੱਦਾਂ ਦਾ ਸੁਣਾਉਣਾ ਚਾਹੁੰਦੇ ਹੋਣ ਤਾਂ ਜ਼ਰੂਰ ਸ਼ੇਅਰ ਕਰੋ। ਨਹੀਂ ਜੀ, ਉਹ ਗੱਲਾਂ ਤਾਂ ਪਰਸਨਲ ਹੁੰਦੀਆਂ, ਬਹੁਤ ਠੰਡੇ ਸੁਭਾਅ ਦੇ ਅਸੀਂ ਗਿਣੇ ਗਏ ਪਹਿਲਵਾਨ, ਉਹਨਾਂ ਦੀ ਬੋਲੀ ਜਿਹੜੀ ਆ ਅਸੀਂ ਪਹਿਲਾਂ ਜਦੋਂ ਅਸੀਂ ਰੋਸਤਮ ਸਾਡਾ ਵੀ ਟਾਈਮ ਸੀਗਾ ਅਸੀਂ ਇਹੀ ਸੁਣਦੇ ਆਉਂਦੇ ਹਾਂ, ਤਾਂ ਤੁਸੀਂ ਤੁਹਾਨੂੰ ਹੁਣ ਕੜਕ ਚ ਕਹਿਤਾ ਗੱਲ, ਹੁਣ ਸਾਨੂੰ ਕੜਕ ਵਾਲੀ ਗੱਲ ਜ਼ਰੂਰ ਸੁਣਾਉਣੀ ਆ ਆਪਾਂ। ਡਿਸਿਪਲਿਨ ਲਈ ਸਖਤ ਨੇ ਤੇ ਇਹ ਕੁਦਰਤੀ ਆ, ਹੋਣਾ ਵੀ ਚਾਹੀਦਾ ਬੱਚਿਆਂ ਦੇ ਲਈ ਕਿਉਂਕਿ ਖੁਦ ਡਿਸਿਪਲਿਨ ਚ ਰਹੇ ਆ ਤੇ ਉਹੀ ਇਨਸਾਨ ਜਿਹੜਾ ਕੁਛ ਆ ਖੁਦ ਕਰਦਾ ਉਹ ਐਕਸਪੈਕਟ ਵੀ ਕਰਦਾ। ਤੁਹਾਨੂੰ ਉਦੋਂ ਜਦੋਂ ਇਹ ਜਿੱਤ ਕੇ ਆਏ ਬਾਅਦ 'ਚ, ਜਦੋਂ ਵਿਆਹ ਤੋਂ ਬਾਅਦ ਤੁਹਾਨੂੰ ਕਿੰਨਾ ਕੁ ਫਖਰ ਮਹਿਸੂਸ ਹੋਇਆ ਜਿੱਦਾਂ ਉਦੋਂ ਘੋਲਾ ਜਿੱਤ ਕੇ ਆਉਂਦੇ ਸੀ ਪਤਾ ਵੀ ਮੈਂ ਤਿਆਰੀ ਕਰਾਈ? ਬਹੁਤ ਜੀ ਬਹੁਤ, ਔਰ ਆਸ ਵੀ ਇਹੀ ਹੁੰਦੀ ਸੀ ਹਮੇਸ਼ਾ, ਔਰ ਉਹ ਤਾਂ ਦਿਨ ਹੀ ਇਸ ਤਰ੍ਹਾਂ ਲੱਗਦਾ ਵੀ ਇਹ ਉਦੋਂ ਉੱਡੇ ਰਹਿੰਦੇ ਸੀ ਅਸਮਾਨ 'ਚ, ਹਰ ਟਾਈਮ ਇਹ ਹੁੰਦਾ ਸੀਗਾ ਕਿ ਗਏ ਮੈਡਲ ਲੈ ਕੇ ਆ ਗਏ, ਮੈਂ ਗਏ ਮੈਡਲ ਲੈ ਕੇ ਆ ਗਏ। ਮੈਂ ਬੱਚਿਆਂ ਨਾਲ ਵੀ ਹਮੇਸ਼ਾ ਗੱਲ ਕਰਦੀ ਹਾਂ ਕਿ ਬੇਟਾ ਉਹ ਦਿਨ ਤਾਂ ਮੁੜ ਕੇ ਆਏ ਨਹੀਂ, ਬੜੀਆਂ ਅਰਦਾਸਾਂ, ਬੜੇ ਪਾਠ, ਬੜਾ ਕੁਛ ਕੀਤਾ, ਬਾਅਦ ਵਿੱਚ ਫਿਰ ਉਹ ਨਹੀਂ ਗੱਲ ਬਣਦੀ ਕਿਉਂਕਿ ਸਮਾਂ ਹੁੰਦਾ, ਸਮਾਂ ਹੁੰਦਾ। ਤੁਹਾਡੇ ਮਨ 'ਚ ਸੀਗਾ ਵੀ ਮੈਂ ਕਦੇ ਇਹਨਾਂ ਨੂੰ ਵੀ ਭਲਵਾਨ ਬਣਾਵਾਂ ਦੇਖਾਂ? ਮੇਰੀ ਹਰਜੀਤ ਮੈਂ ਬਹੁਤ ਚਾਹੁੰਦੀ ਸੀ, ਦਿੱਲੀ 1-2 ਅਖਾੜਿਆਂ 'ਚ ਖਲੀਫਿਆਂ ਨਾਲ ਗੱਲ ਵੀ ਕੀਤੀ, ਮੈਂ ਭੇਜਣਾ ਵੀ ਚਾਹੁੰਦੀ ਸੀ, ਪਰ ਇਹ ਉਹਨਾਂ ਦਿਨਾਂ 'ਚ ਪੰਜਾਬ 'ਚ ਸੀਗੇ, ਬੜਾ ਹੀ ਹੋਟ ਮਾਹੌਲ ਸੀਗਾ ਅਤੇ ਇਹ ਮੈਨੂੰ ਹਮੇਸ਼ਾ ਜਦੋਂ ਵੀ ਕਿਤੇ ਮੈਂ ਮਨ ਬਣਾਉਂਦੀ ਸੀ ਅਤੇ ਮੈਨੂੰ ਫਿਰ ਉਦੋਂ ਹੀ ਫੋਨ ਕਰ ਦਿੰਦੇ ਸੀ ਜਾਂ ਮੈਸੇਜ ਭੇਜ ਦਿੰਦੇ ਸੀ, ਨਹੀਂ ਬੇਟੇ ਨੂੰ ਬਾਹਰ ਨਾ ਭੇਜੀ, ਸੋ ਇਸ ਕਰਕੇ ਮੈਂ ਰਿਸਕ ਲੈ ਨਹੀਂ ਸਕੀ। ਜਿਹੜਾ ਉਹ ਦੌਰ ਦਿੱਲੀ ਦਾ ਜਦੋਂ ਕਤਲੇਆਮ ਹੋਇਆ ਉਦੋਂ ਤੁਸੀਂ ਉੱਥੇ ਦਿੱਲੀ 'ਚ ਰਹਿੰਦੇ ਸੀ? ਉਦੋਂ ਪਹਿਲਵਾਨ ਜੀ ਤੁਹਾਡੀ ਜੋਬ ਕਿਹੜੀ ਜਗ੍ਹਾ ਸੀਗੀ? ਮੈਂ ਸਪੀਸ ਕਰ ਦਿੱਲੀ ਸੀ, ਦਿੱਲੀ 'ਚ। ਹਾਂਜੀ ਹਾਂਜੀ, ਸਾਡਾ ਘਰ ਤਾਂ ਆਂਢ ਗੁਆਂਢ ਦੇ ਲੋਕਾਂ ਦਾ ਭਰ ਗਿਆ ਸੀਗਾ, ਸਾਰੇ ਸਾਡੇ ਘਰ ਆ ਗਿਆ ਸੀ, ਮੇਰੇ ਬੇਟੇ ਦੇ ਜਿੰਨੇ ਦੋਸਤ ਸੀਗੇ ਉਹਨਾਂ ਦੇ ਪਰਿਵਾਰ, ਮੇਰੀ ਬੇਟੀ ਦੇ ਜਿੰਨੇ ਦੋ ਸਹੇਲੀਆਂ ਸੀ ਉਹਨਾਂ ਦੇ ਪਰਿਵਾਰ ਸਾਰੇ ਸਾਡੇ ਘਰ ਆ ਗਏ ਭਾਈ। ਮੈਂ ਕਿਹਾ ਵੀ ਦੱਸੋ ਕਿੱਦਾਂ ਕਰੀਏ, ਫਿਰ ਮੈਂ ਸਪੈਸ਼ਲੀ ਜਾ ਕੇ ਗਿਆ, ਫੋਰਸ ਲੈ ਕੇ ਆਇਆ ਆਲੇ ਦੁਆਲੇ ਆਪਣੇ ਜਿਸ ਮਹੱਲੇ 'ਚ ਰਹਿੰਦੀ ਉੱਥੇ ਫੋਰਸ ਲਵਾਈ,
ਤਾਂ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ। ਬਹੁਤ ਇਹਨਾਂ ਦੀ ਆਪਣੀ ਬਟਾਲੀਅਨ ਵੀ ਹੈਦਰਾਬਾਦ ਸੀ, ਏਅਰ ਲਿਫਟ ਕਰਵਾ ਕੇ ਲੈ ਕੇ ਉੱਥੇ ਆ ਗਈ ਸੀ, ਪ੍ਰੋਟੈਕਸ਼ਨ ਦਿੱਤੀ ਸੀ ਪੂਰੀ ਸਾਰੇ ਏਰੀਏ ਨੂੰ। ਹੁਣ ਕਿੰਨੀ ਕੇਜ ਹੋ ਗਈ ਪਹਿਲਾਂ? ਮੇਰੀ ਹੁਣ 77 ਹੋ ਗਈ। 77 ਹੋ ਗਿਆ ਤਾਂ ਉਸ ਸਮੇਂ ਦੀਆਂ ਬਹੁਤ ਦੁਆਵਾਂ ਤੁਹਾਡੇ ਨਾਲ ਲੱਗੀਆਂ। ਰੰਗ ਦੇਖਦੇ ਹਾਂ ਲਾਲੀ ਚ ਰੰਗ ਗਿਆ ਪਹਿਲਵਾਨ ਜੀ, ਪਿਆਰ ਜੀ ਬਿਲਕੁਲ ਬਹੁਤ ਜਿਹੜਾ ਬਹੁਤ ਲੋਕਾਂ ਨੇ ਪਿਆਰ ਕੀਤਾ, ਬਹੁਤ ਲੋਕਾਂ ਨੂੰ ਪਿਆਰ ਮਿਲਿਆ, ਹਾਂਜੀ ਬਹੁਤ ਪਿਆਰ ਮਿਲਿਆ। ਤਾਂ ਤੁਸੀਂ ਆਂਟੀ ਜੀ ਕੋਈ ਮਨ 'ਚ ਜਿਹੜੀ ਹੋਰ ਗੱਲ ਹੈ ਜਿਹੜੀ ਸ਼ੇਅਰ ਕਰਨੀ ਚਾਹੁੰਦੇ ਹਾਂ, ਜਿੱਦਾਂ ਭਲਵਾਨਾਂ ਦੀ ਤੁਸੀਂ ਕਿੱਸਾ, ਜਿੱਦਾਂ ਤੁਸੀਂ ਉਹ ਟਾਈਮ ਪਾਕਿਸਤਾਨੀ ਭਲਵਾਨਾਂ ਦੀਆਂ ਗੱਲਾਂ ਚੱਲਦੀਆਂ ਸੀ, ਜਿੱਦਾਂ ਤੁਹਾਨੂੰ ਕਦੇ ਮਨ 'ਚ ਆਇਆ ਵੀ ਉਦੋਂ ਤੁਹਾਨੂੰ ਨਾਮ ਕੋਈ ਚੇਤਾ ਹੋਵੇ ਇਹਨਾਂ ਦੀ ਕਿਹਨਾਂ ਕੋਲ ਕੋਈ ਸਾਡੇ ਘਰ ਆਉਂਦੇ ਨੇ ਪਾਕਿਸਤਾਨੀ ਭਲਵਾਨ ਸਾਡੇ? ਹਾਂ ਕਾਫੀ ਜ਼ਿਆਦਾ ਸੀ, ਹੁਣ ਵੀ ਆ ਜਾਰੇ ਦੀ ਵਾਈਫ ਦੀ ਕੱਲ ਪਰਸੋਂ ਇੰਟਰਵਿਊ ਦੇਖੀ ਆ, ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਕਿ ਤੂੰ ਉਹਦਾ ਟੈਲੀਫੋਨ ਨੰਬਰ ਲੱਭੋ ਉਹਦੇ ਨਾਲ ਗੱਲਾਂ ਕਰੀਏ, ਉਹਨਾਂ ਦਾ ਪਹਿਲਵਾਨ ਉਹਨਾਂ ਦੀਆਂ ਹਜ਼ਾਰਾਂ ਪਹਿਲਵਾਨ ਮੇਰੇ ਕਿਉਂਕਿ ਮੈਨੂੰ ਸ਼ੌਕ ਸੀ ਇਸ ਕਰਕੇ ਮੇਰੇ ਬੱਚਿਆਂ ਨੂੰ ਛੋਟਿਆਂ ਨੂੰ ਛੋਟੇ ਹੁੰਦਿਆਂ ਨੂੰ ਸਾਰਿਆਂ ਪਹਿਲਵਾਨਾਂ ਦੇ ਇਮਾਮ ਬਖਸ਼ ਦੇ ਬੇਟਿਆਂ ਦੇ ਤੇ ਗਾਮੇ ਦੀ ਫੈਮਿਲੀ ਦੇ ਸਾਰਿਆਂ ਦੇ ਨਾਂ ਆਉਂਦੇ ਸੀਗੇ, ਛੋਟੇ ਛੋਟਿਆਂ ਨੂੰ ਸਿਖਾਏ ਹੋਏ ਸੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵੱਡੀ ਗੱਲ ਆ। ਦੇਖੋ ਕਿੱਡੇ ਕਿੱਡੇ ਭਲਵਾਨਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ, ਤਾਂ ਅਸੀਂ ਤਾਂ ਬਹੁਤ ਇਹ ਗੱਲ ਦੇ ਰਹਿਣੀ ਆ, ਤੁਸੀਂ ਸਾਨੂੰ ਇਹ ਗੱਲਾਂ ਦੱਸ ਰਹੇ ਹਾਂ, ਅਸੀਂ ਆਉਣ ਵਾਲੀ ਪੀੜ੍ਹੀ ਤੇ ਤੁਹਾਡੀਆਂ ਯਾਦਾਂ ਰੋਹਤਮ ਦੀ ਆਵਾਜ਼ 'ਚ ਰਹਿਣੀਆਂ। ਹਾਂ ਮੇਰੇ ਕੋਲ ਬੇਟੇ ਬਹੁਤ ਕਲੈਕਸ਼ਨ ਸੀਗੀ ਇਹਨਾਂ ਦੀਆਂ, ਜਿੰਨੀਆਂ ਜਿੰਨੇ ਰੈਸਲਿੰਗ ਕੰਪੀਟੀਸ਼ਨ ਹੋਏ ਆ ਉਹਨਾਂ ਸਾਰਿਆਂ ਦੇ ਰਿਕਾਰਡ ਅਖਬਾਰਾਂ ਦੇ ਸਾਰੇ ਮੇਰੇ ਕੋਲ ਸੀਗੇ। ਹੁਣ ਜਦੋਂ ਕਿਤਾਬ ਛਪਵਾਈ ਆ ਉਦੋਂ ਉਹਦੇ 'ਚ ਕਟਿੰਗ ਸਾਰੀਆਂ ਮੇਰੀ ਸਟੋਰ ਕੀਤੀਆਂ ਸੀਗੀਆਂ, ਅੱਜ ਵੀ ਮੇਰੇ ਕੋਲ ਬਹੁਤ ਰਿਕਾਰਡਸ ਨੇ, ਕਿਉਂਕਿ ਮੈਂ ਜਦੋਂ ਇਹਨਾਂ ਦੇ ਕੰਪੀਟੀਸ਼ਨ ਹੁੰਦੇ ਸੀ ਤਾਂ ਮੈਂ ਪੰਜਾਬ ਦੀਆਂ ਵੀ ਸੈਂਟਰ ਦੀਆਂ ਵੀ ਸਾਰੀਆਂ ਅਖਬਾਰਾਂ ਮੰਗਵਾਉਂਦੀ ਹੁੰਦੀ ਸੀ, ਫਿਰ ਬਕਾਇਦਾ ਉਹਨਾਂ ਨੂੰ ਸੰਭਾਲਣਾ, ਵਿੱਚੋਂ ਕੱਟ ਕੱਟ ਕੇ ਪ੍ਰੀਜ਼ਰਵ ਕਰ ਰਹੀਆਂ, ਕਿਉਂਕਿ ਉਹ ਮਹੱਲਾ ਹੁੰਦਾ ਸੀ ਮੇਰੇ ਹਿਸਾਬ ਨਾਲ ਦਿੱਲੀ 'ਚ, ਉਦੋਂ ਫਿਰ ਤੁਸੀਂ ਗੁਆਂਢਣਾ ਜਿੰਨੇ ਵੀ ਹੁੰਦੇ ਵਧੀਆ ਲੱਗਦਾ ਤੁਹਾਡੇ ਕੋਲ ਆ ਕੇ ਬਹਿ ਜਾਂਦੇ ਬਹੁਤ, ਮਤਲਬ ਸਮਝੋ ਸਾਡੀ ਪੂਰੇ ਪਰਿਵਾਰ ਦੀ ਡਿਵੋਸ਼ਨ ਹੁੰਦੀ ਸੀ ਉਸ ਚੀਜ਼ 'ਚ, ਵਿੱਚੇ ਬੱਚਿਆਂ ਦੀ, ਵਿੱਚੇ ਮੇਰੀ, ਵਿੱਚੇ ਮਾਤਾ ਉਹਨਾਂ ਦੀ। ਤੁਸੀਂ ਜਿਹੜੀ ਉਹ ਬੁੱਕ ਲਿਖਣ ਦੀ ਸਲਾਹ ਤੁਸੀਂ ਦਿੱਤੀ ਪਹਿਲਵਾਨ ਜੀ, ਨਾਲੇ ਉਹ ਬੁੱਕ ਕਦੋਂ ਨਾਲੇ ਤੁਸੀਂ ਰਿਲੀਜ਼ ਕੀਤੀ ਆ? ਮੈਨੂੰ ਪਤਾ ਤੇ ਕੈਨੇਡਾ 'ਚ ਆ ਕੇ ਕੀਤੀ ਸੱਚ? ਹਾਂਜੀ, ਇਹਨਾਂ ਦੇ ਲਿਖਦੇ ਤਾਂ ਸੀਗੇ ਬਹੁਤ ਚਿਰ ਦੇ, ਥੋੜੇ ਥੋੜੇ ਲਿਖਦੇ ਰਹਿੰਦੇ ਤੁਸੀਂ ਸਾਰੀ, ਫਿਰ ਉਹ ਇੱਥੇ ਚੇਤਨਾ ਪ੍ਰਕਾਸ਼ਨ ਪ੍ਰਕਾਸ਼ਨ ਵਾਲੀ ਕਿਤਾਬਾਂ ਵਾਲੇ ਨੇ ਸਤੀਸ਼ ਗੁਲਾਟੀ, ਠੀਕ ਹੈ, ਉਹਨਾਂ ਨੇ ਗੱਲਬਾਤ ਕੀਤੀ, ਉਹ ਕਹਿੰਦੇ ਰਾਜੇ ਕਿਤਾਬ ਛਾਪਦੇ ਆ। ਕਿਆ ਬਾਤ, ਉਹਨਾਂ ਨੇ ਕਿਤਾਬ ਛਾਪਦੀ, ਤੁਹਾਡੇ ਕੋਲ ਕਿਤਾਬ ਹੈ ਕਿ ਨਹੀਂ? ਉਹ ਮੇਰੇ ਕੋਲ ਉਹ ਕਿਤਾਬ ਹੈਗੀ ਆ, ਪਹਿਲਵਾਨ ਉਹਨਾਂ ਦੀ ਕਿਤਾਬ ਵੀ ਛਪੀ ਆ, ਪਹਿਲਵਾਨ ਸੁਖਵੰਤ ਸਿੰਘ ਦੀ ਰੁਸਤਮੈਨ ਦੀ, ਤਾਂ ਉਹ ਬੁੱਕ ਬਹੁਤ ਸੋਹਣੀ ਆ, ਪੜ੍ਹਨ ਵਾਲੀ ਆ, ਜ਼ਰੂਰ ਉਹ ਖਰੀਦਿਓ ਇਸਦਾ, ਤਾਂ ਉਹਦੇ ਵਿੱਚ ਹਿਸਟਰੀ ਪਹਿਲਵਾਨ ਉਹਨਾਂ ਦੀ ਹੋਰ ਮਿਲੂਗੀ, ਉਹਦੇ 'ਚ ਜਿਹੜੀ ਉਸ ਟਾਈਮ ਦੇ ਦਾਦੇ ਵੀ ਜਾ ਰਹੇ ਪਹਿਲਵਾਨ ਨੇ ਕਿੱਦਾਂ ਘੋਲ ਹੋਈ ਤੁਹਾਨੂੰ ਚੇਤਾ, ਕਿਉਂ ਪਹਿਲਵਾਨ ਹੁਣ ਇੰਨੀ ਪਤਾ ਨਹੀਂ ਸੀ ਜਿੱਦਾਂ ਇਹਨਾਂ ਦੀ? ਮੈਨੂੰ ਦੱਸਦੇ ਸੀਗੇ ਕਿ ਜਦੋਂ ਦੁਬਈ 'ਚ ਹੋਈ ਆ ਕੁਸ਼ਤੀ, ਉਦੋਂ ਉੱਥੇ ਪਾਕਿਸਤਾਨ ਦੀ ਟੀਮ ਉਹ ਆਈ ਸੀ, ਇਧਰੋਂ ਸੀ ਗਏ ਸੀ, ਉੱਥੇ ਸੀ ਸਾਰੇ ਇਕੱਠੇ ਸੀ। ਹਾਂਜੀ, ਉੱਥੇ ਹੋਈ ਸੀ ਕੁਸ਼ਤੀ, ਬਹੁਤ ਸੋਹਣੀ ਵਧੀਆ ਹੈ, ਬਹੁਤ ਵਧੀਆ ਗੱਲ ਲੱਗੀ। ਜਾ ਰਹੇ ਭਲਵਾਨ ਦਾ ਬਹੁਤ ਨਾਮ, ਬਹੁਤ ਵੱਡਾ ਪਹਿਲਵਾਨ ਸੀ, ਬਹੁਤ ਵੱਡਾ ਪਹਿਲਵਾਨ ਸੀ ਪਹਿਲਵਾਨ ਜੀ, ਜਿੱਦਾਂ ਬਹੁਤ ਜਿਹੜੀ ਉਸ ਟਾਈਮ ਦੀ ਹੋਰ ਕੋਈ ਉੱਥੇ ਪਹਿਲਵਾਨ ਨਾ ਕੋਈ ਹੋਈ ਹੋਵੇ ਪਾਕਿਸਤਾਨ ਦੇ ਤੁਹਾਡੇ ਮਨ 'ਚ, ਜਾਂ ਤੁਹਾਨੂੰ ਹੋਰ ਪਤਾ ਕੋਈ ਕੋਲਾਂ? ਇੰਗਲੈਂਡ ਦੇ ਵੀ ਪ੍ਰਮੋਟਰ ਸੀਗੇ, ਫਿਰ ਉੱਥੇ ਸਟੇਡੀਅਮ ਬੁੱਕ ਕਰਾ ਲੈਣਾ, ਸਟੇਡੀਅਮ ਬੁੱਕ ਕਰਾ ਕੇ ਪਹਿਲਾਂ ਟਿਕਟਾਂ ਲਾਉਣੀਆਂ, ਤੇ ਹਿੰਦੂ ਹਿੰਦੁਸਤਾਨ ਦੇ ਤਾਂ ਪਾਕਿਸਤਾਨ ਦੇ, ਪਾਕਿਸਤਾਨ ਦੇ ਤਾਂ ਇੰਗਲੈਂਡ ਦੇ, ਇੰਗਲੈਂਡ ਦੇ ਤਾਂ ਇੰਡੀਆ ਦੇ, ਤਾਂ ਆਪਸ ਵਿੱਚ ਮਿਲ ਕੇ ਕੁਸ਼ਤੀਆਂ ਕਰਾਉਣੀਆਂ। ਕਤਰ ਵਿੱਚ ਤਾਂ ਕ੍ਰੋਏਸ਼ੀ ਫਹੀਮ ਦੀ ਇਨਫਾਮੀ ਨੇ, ਅੱਛਾ ਜੀ, ਤੇ ਇੱਥੇ ਮੇਰੇ ਖਿਆਲ ਦੁਬਈ 'ਚ ਕਿਸੇ ਹੋਰ ਨੇ ਕਰਵਾਈ, ਕਈ ਸਪਰੋਟਰ ਹੈ। ਤੁਸੀਂ ਵੀ ਗਏ ਆ ਕਦੇ ਨਾਲ ਇੱਦਾਂ ਕਿਸੇ ਇਹਨਾਂ ਦੇ ਦੰਗਲ ਤੇ ਪਹਿਲਵਾਨ ਉਹਨਾਂ ਦੇ? ਨਹੀਂ ਬੇਟਾ, ਮੈਂ ਬੱਚਿਆਂ ਨਾਲ ਬਿਜ਼ੀ ਸੀ, ਬੱਚਿਆਂ ਨੂੰ ਇਸ ਤਰ੍ਹਾਂ ਦਰਅਸਲ ਐਜੂਕੇਸ਼ਨ ਦੇ ਕਰਕੇ ਹੀ ਤਾਂ, ਕਿਉਂਕਿ ਉਹਨਾਂ ਨੂੰ ਅੱਛੀ ਤਰ੍ਹਾਂ ਪੜ੍ਹਾਇਆ ਜਾ ਸਕੇ, ਫਿਰ ਉਹ ਦਿੱਲੀ ਪੱਕਾ ਸਟੇਸ਼ਨ ਇਸੇ ਕਰਕੇ ਬਣਾਇਆ ਸੀ, ਪੋਸਟਿੰਗ 'ਤੇ ਵੀ ਕਦੇ ਨਹੀਂ ਸੀ ਜਾਂਦੇ, ਅਤੇ ਇੱਦਾਂ ਵੀ ਕਦੇ ਨਹੀਂ ਸੀ ਜਾਂਦੇ, ਜਨਰਲੀ ਹਾਂ ਬੱਚਿਆਂ ਨਾਲ ਰਹੀ ਹਾਂ ਮੈਂ ਜ਼ਿਆਦਾ। ਸੁਭਾਅ ਵੱਲੋਂ ਤਾਂ ਬਹੁਤ ਪਹਿਲਵਾਨ ਹੋਣੇ, ਜਿੱਦਾਂ ਸਾਡੇ ਤਾਂ ਅਸੀਂ ਤਾਂ ਕਹਿੰਦੇ ਵੀ ਠੰਡੇ ਸੁਭਾਅ ਦੇ, ਤੁਹਾਡੇ ਕੋਈ ਕਿੱਸਾ ਇੱਦਾਂ ਦਾ ਸ਼ੇਅਰ ਕਰਨ ਵਾਲਾ ਹੋਵੇ? ਨਹੀਂ ਨਹੀਂ ਜੀ, ਠੀਕ ਹੈ, ਸਾਰਾ ਕੁਝ ਬਹੁਤ ਵਧੀਆ ਲਾਈਫ ਨਿਕਲ ਗਿਆ, ਬੜੀ ਪਰਮਾਤਮਾ ਦੀ ਦਇਆ ਹੈ। ਤਾਂ ਕੋਈ ਰੁਸਤਮ ਦੀ ਆਵਾਜ਼ 'ਚ ਤੁਹਾਨੂੰ ਸਾਰੇ ਅੱਜ ਦੇਖ ਰਹੇ ਆ ਜਿੰਨੇ ਵੀ ਸਰੋਤੇ ਆ, ਤੁਸੀਂ ਕੋਈ ਉਹਨਾਂ ਨੂੰ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਆ ਕੋਈ ਬੱਚਿਆਂ ਨੂੰ ਦਿਓ? ਮੇਰੇ ਵੱਲੋਂ
ਜਿਹੜੀ ਰਸਮ ਦੀ ਆਵਾਜ਼ ਨਾਲ ਜੁੜੇ ਹੋਏ ਪਰਿਵਾਰ ਨੇ ਜਾਂ ਜਿਹੜੇ ਬੱਚੇ ਨੇ ਉਹਨਾਂ ਸਾਰਿਆਂ ਦੇ ਲਈ ਆਸ਼ੀਰਵਾਦ ਔਰ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ, ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ। ਬਸ ਇਹੀ ਮੇਰੇ ਵੱਲੋਂ ਦੁਆ ਹੈ, ਇਹੀ ਮੇਰੇ ਵੱਲੋਂ ਅਰਦਾਸ ਹੈ। ਸਾਡੇ ਨਾਲ ਇੱਦਾਂ ਜੁੜੇ ਰਿਹਾ ਕਰੋ, ਰੋਸਤਮ ਦੀ ਆਵਾਜ਼ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਇੱਦਾਂ ਤੁਹਾਨੂੰ ਅਸੀਂ ਰੋਸਤਮ ਪਹਿਲਵਾਨਾਂ ਨਾਲ ਨਵੇਂ ਪੁਰਾਣਿਆਂ ਨਾਲ ਸਾਰਿਆਂ ਨਾਲ ਮੁਲਾਕਾਤਾਂ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡਾ ਮਾਣ ਹੈ, ਜਿਹਨਾਂ ਨੂੰ ਪਤਾ ਹੀ ਨਹੀਂ ਜਿੱਦਾਂ ਪਗੜੀ ਹੋਇਆ, ਸਰੋਪਾ ਹੋਇਆ, ਸਰੋਪੇ ਵੀ ਅਸੀਂ ਤਾਂ ਹੀ ਪਹਿਲਵਾਨੀ ਚ ਪਗੜੀ ਦੇ ਬਹੁਤ ਵੱਡਾ ਉੱਚੀ ਉੱਚੀ ਜਗ੍ਹਾ ਹੈ। Oh, glad you.